ਹਾਂਜੀ, ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਿਰਸਾ ਦੇ ਉੱਤੇ। ਅਤੇ ਕਾਲ ਲਗਾਤਾਰ ਕਾਲਾਂ ਵੱਜੀ ਜਾ ਰਹੀਆਂ ਜੀ, ਅਸੀਂ ਕਈ ਵਾਰੀ ਤਾਂ ਛੱਡੀ ਜਾਂਦੇ ਹਾਂ ਅਤੇ ਕਈ ਵਾਰੀ ਫਿਰ ਅਸੀਂ ਕਹਿ ਦਿੰਦੇ ਹਾਂ ਵੀ ਹਾਂਜੀ ਤੁਹਾਨੂੰ ਸੁਣ ਲੈਂਦੇ ਹਾਂ ਦੁਬਾਰਾ। ਹੁਣ ਫਿਰ 0108 ਦੇ ਉੱਤੇ ਸਰੋਤੇ ਸਾਡੇ ਨਾਲ ਹੈਗੇ। ਅਗਲੀ ਵੀਡੀਓ ਲਾਉਣ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਟਰਾਈ ਕਰਕੇ ਦੇਖ ਲੈਂਦੇ ਹਾਂ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਨਹੀਂ, ਤੁਸੀਂ ਇੱਕ ਸੈਕਿੰਡ ਜੀ ਹੋਲਡ ਕਰਿਓ। 108 ਵਾਲਿਆਂ ਨੂੰ ਪਹਿਲਾਂ ਅਸੀਂ ਦੇਖਦੇ ਸੀ, ਉਹ ਬੋਲ ਨਹੀਂ ਰਹੇ ਤੇ ਤੁਸੀਂ WhatsApp ਤੇ ਕਾਲ ਕੀਤੀ ਆ। ਹਾਂਜੀ, ਤੁਸੀਂ ਸੁਣਾਓ ਜੀ। ਮੈਂ ਹੀ ਕੀਤਾ ਜੀ ਹੁਣ ਇੱਕ ਵੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ YouTube ਤੇ ਨਹੀਂ ਚੱਲ ਰਿਹਾ ਤੁਹਾਡਾ ਵੀਡੀਓ, ਨਹੀਂ ਚੱਲ ਰਹੀ। ਨਹੀਂ, ਅੱਜ YouTube ਤੇ ਨਹੀਂ ਜੀ, ਤਾਂ ਹੀ Facebook ਤੇ ਕੀਤਾ ਸੀ। YouTube ਤੇ ਅਸੀਂ ਕੋਸ਼ਿਸ਼ ਕਰਾਂਗੇ, ਜੇ ਰਿਪਲੇ ਹੋ ਗਿਆ ਸਾਨੂੰ ਥੋੜਾ ਜਿਹਾ ਅੜਚਣ ਪੈ ਗਈ ਸੀ ਤੇ ਅਸੀਂ ਉਹਦੀ ਵੇਟ ਕਰਨ ਦੀ ਬਜਾਏ ਪ੍ਰੋਗਰਾਮ ਲੇਟ ਕਰੀਏ ਉਹਦੀ ਬਜਾਏ ਅਸੀਂ ਇਹ ਤੈਅ ਕਰ ਲਿਆ ਸੀ ਵੀ ਹੁਣ ਪਹਿਲਾਂ ਰੇਡੀਓ ਤੇ ਫੇਸਬੁੱਕ ਤੇ ਕਰ ਲੈਂਦੇ ਹਾਂ, ਉਹਦੀ ਰਿਕਾਰਡਿੰਗ ਸਾਡੀ ਹੋ ਜਾਵੇ ਤੇ ਉਹ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਰੀਪਲੇ ਕਰ ਲਵਾਂਗੇ ਬਾਅਦ ਚ। ਠੀਕ ਹੈ, ਠੀਕ ਹੈ ਜੀ, ਧੰਨਵਾਦ ਜੀ। ਠੀਕ ਹੈ ਜੀ, ਉਹ ਜੇ ਕੋਈ ਹੋਰ ਵੀ ਤੁਹਾਡੇ ਨੇੜੇ ਤੇੜੇ ਸੁਣ ਰਿਹਾ ਹੋਵੇ ਤੇ ਉਹ ਚਾਹੁੰਦਾ ਹੋਵੇ ਪੁੱਛਣਾ ਤਾਂ ਉਹਨਾਂ ਨੂੰ ਤੁਸੀਂ ਦੱਸ ਸਕਦੇ ਹਾਂ ਵੀ ਇਹ ਕੁਛ ਵਾਪਰ ਰਿਹਾ ਹੈ ਜਿਹੜਾ। ਹਾਂਜੀ, ਠੀਕ ਹੈ ਜੀ, ਤੇ ਆਪਾਂ ਵੀਡੀਓ ਜਿਹੜੀ ਆ ਉਹਨਾਂ ਦੀ ਦੇਖਣੀ ਆ ਚਲਾ ਕੇ ਤੇ ਸੈਂਪਲ ਤੁਹਾਨੂੰ ਅਸੀਂ ਦਿਖਾ ਦਿੱਤਾ ਆ, ਇਹ ਉਹਨਾਂ ਦਾ ਮਕਸਦ ਆ, ਇੱਥੇ ਲੈ ਕੇ ਜਾਣਾ ਚਾਹੁੰਦੇ ਆ ਸਾਨੂੰ, ਸਾਰਿਆਂ ਨੂੰ ਇਸ ਕਤਾਰ ਵਿੱਚ ਖੜੇ ਰੱਖਣਾ ਚਾਹੁੰਦੇ ਆ। ਮਕਸਦ ਉਹਨਾਂ ਦਾ ਇਹ ਆ ਵੀ ਇਹ ਇੱਕ ਅਕਾਲ ਤਖ਼ਤ ਦੇ ਜਥੇਦਾਰ ਦੇ ਥੱਲੇ ਜਿਹੜੇ ਸਿੱਖ ਪੱਗਾਂ ਵਾਲੇ ਜਿੱਦਾਂ ਦੇ ਵੀ ਸਿੰਘ ਨਾਂ ਵਾਲੇ ਆ ਸਾਰੇ ਇੱਦਾਂ ਇਸ ਤਰ੍ਹਾਂ ਰਜਿਸਟਰ ਹੋਏ ਹੋਣ ਤੇ ਜਦੋਂ ਉਹਨਾਂ ਨੂੰ ਹੋਵੇ ਕੋਈ ਲੋੜ ਉਹ ਉੱਥੋਂ ਕਹਿਣ ਤੇ ਸਾਰੇ ਮੰਨ ਲੈਣ, ਜਿਹੜਾ ਨਾ ਮੰਨੇ ਜਿਹੜਾ ਉਹਨਾਂ ਦਾ ਡਰ ਜਿਹੜਾ ਉਹ ਕਬੂਲਣ ਤੋਂ ਇਨਕਾਰੀ ਹੋਵੇ ਉਹਨੂੰ ਫਿਰ ਉਹ ਇੱਦਾਂ ਇੱਦਾਂ ਉਹਨੂੰ ਕਹਿਣ ਪਿਆ ਆ ਕੇ ਪੇਸ਼ ਹੋ, ਆ ਆ ਪੇਸ਼ ਹੋਣਾ, ਇੱਦਾਂ ਉਹ ਚਾਹੁੰਦੇ ਆ ਵੀ ਖੜਾ ਹੋ ਆ ਕੇ, ਖੜਾ ਹੋ ਕੇ ਫਿਰ ਜਦੋਂ ਅਗਲੇ ਕਹਿਣ ਉਹਨੂੰ ਦੱਸਣ, ਠੀਕ ਆ ਭਈ ਤੂੰ ਭਾਈ ਇਹ ਤੇਰੀ ਸ਼ਿਕਾਇਤ ਆਈ ਆ, ਉਹ ਫਿਰ ਮੂਹਰਿਓ ਇੱਕਦਮ ਕਬੂਲ ਲਵੇ, ਫਿਰ ਉਹ ਕਹਿਣ ਪੇਸ਼ਾ ਹੁਣ ਤੈਨੂੰ, ਹੁਣ ਉਹ ਤੋਂ ਬਾਅਦ ਉਹਨੇ ਉਹਨੂੰ ਲੰਬੀ ਆ ਵੀਡੀਓ ਉਹਨੇ ਫਿਰ ਉਹਨੂੰ ਸਜ਼ਾ ਲਾਈ ਆ ਵੀ ਤੂੰ ਇੰਨੇ ਪਾਠ ਕਰਨੇ ਆ, ਇੱਦਾਂ ਕਰਨਾ, ਇੱਦਾਂ ਕਰਨਾ, ਇੰਨੇ ਦਿਨ ਸੇਵਾ ਕਰਨੀ ਆ ਤੇ ਉਹ ਤੋਂ ਬਾਅਦ ਫਿਰ ਇਹਦਾ ਪ੍ਰਸ਼ਾਦ ਕਰਾਉਣਾ ਇਹਨਾਂ ਇਹਨਾਂ ਜਗ੍ਹਾ ਦੇ ਉੱਤੇ, ਉਹ ਤੋਂ ਅਖੀਰ ਦੇ ਵਿੱਚ ਫਿਰ ਦੋ ਅਖੰਡ ਪਾਠ ਤਿੰਨ ਅਖੰਡ ਪਾਠ ਇੱਦਾਂ ਕਰਾਉਣੇ ਆ, ਠੀਕ ਆ, ਉਹ ਤੋਂ ਬਾਅਦ ਫਿਰ ਤੂੰ ਆ ਕੇ ਸਾਨੂੰ ਮਿਲਣਾ ਤਾਂ ਇੱਥੇ ਅਰਦਾਸ ਹੋਊਗੀ ਤੇਰੀ, ਫਿਰ ਤੈਨੂੰ ਬਖਸ਼ਿਆ ਜਾਊਗਾ। ਬਿਲਕੁਲ, ਵੈਸੇ ਵੀ ਜਿਹੜਾ ਇਹ ਵਿਸ਼ਾ ਆ ਨਾ ਆਪਣੇ ਆਪ ਦੇ ਵਿੱਚ, ਹਾਂਜੀ, ਜਿਹੜਾ ਇਹਦਾ ਸਾਰਿਆਂ ਨਾਲੋਂ ਇੰਪੋਰਟੈਂਟ ਐਂਗਲ ਆ ਉਹ ਤਾਂ ਤੁਸੀਂ ਮਤਲਬ ਛੂ ਰਹੇ ਆ ਜਾਲੀ ਜਿਹੜੀ ਗੱਲਬਾਤ ਆ ਵੀ ਜਿਹੜੇ ਤਰੀਕੇ ਦੇ ਨਾਲ ਗੁਲਾਮ ਮਾਨਸਿਕ ਤੌਰ ਤੇ ਬੰਦੇ ਨੂੰ ਕੀਤਾ ਜਾ ਰਿਹਾ, ਇਹਦੇ ਪਿੱਛੇ ਇੱਕ ਹੋਰ ਜਿਹੜੀ ਗੱਲ ਲੁਕੀ ਹੋ ਆ ਜਿਹੜੀ ਆਪਣੇ ਆਪ 'ਚ ਡਿਸਕਸ਼ਨ ਮੰਗਦੀ ਆ ਵੀ ਜਿਹੜਾ ਧਰਮ ਆ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਿੱਦਾਂ ਕਰਦੇ ਹਾਂ, ਉਹ ਮਤਲਬ ਆਪਣੇ ਆਪ 'ਚ ਬੜੀ ਇੰਪੋਰਟੈਂਟ ਗੱਲ ਆ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਕਿਉਂ ਨਹੀਂ ਬੰਦਾ ਪਰੇ ਹੋ ਜਾਂਦਾ, ਉਹਦੇ ਵੀ ਫੈਕਟਰ ਹੈਗੇ ਆ, ਮਤਲਬ ਕੋਈ ਨਹੀਂ ਜੇ ਇੱਥੇ ਗੱਲ ਕਰਾਂਗੇ ਤਾਂ ਜ਼ਰੂਰ ਗੱਲਾਂ ਸਾਹਮਣੇ ਆਊਗੀਆਂ, ਪਰ ਮੈਨੂੰ ਇੱਦਾਂ ਲੱਗਦਾ ਆ ਵੀ ਜਿਹਨੂੰ ਅਸੀਂ ਧਰਮ ਕਹਿੰਦੇ ਹਾਂ ਨਾ ਬਾਰ ਬਾਰ ਉਹ ਤੋਂ ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਹਾਂ, ਇਸ ਲਈ ਨਹੀਂ ਇੱਦਾਂ ਮੂੰਹ ਪਰੇ ਕਰਕੇ ਤੁਰ ਪੈਂਦੇ। ਉਦੋਂ ਮੈਂ ਗੱਲ ਕਰਦਾ ਸੀ ਬਈ ਮੈਂ ਮੋਨਾ ਹੋਣ ਦੇ ਬਾਵਜੂਦ ਵੀ ਜੇ ਸਿੰਘ ਕਹਾਉਣ 'ਚ ਪ੍ਰਾਊਡ ਫੀਲ ਕਰਦਾ, ਸਿੱਖ ਕਹਾਉਣ 'ਚ ਪ੍ਰਾਊਡ ਫੀਲ ਕਰਦਾ, ਇਹਦਾ ਮਤਲਬ ਕੁਛ ਹੈਗਾ ਆ ਪਿੱਛੇ, ਸਾਈਕੀ ਖੜੀ ਆ ਬੰਦੇ ਦੇ ਪਿੱਛੇ ਜਿਹੜੀ ਆਪਣੇ ਆਪ ਨੂੰ ਅਧੂਰਾ ਸਮਝ ਰਿਹਾ ਬਸ ਉਹ, ਹਾਂ ਬਸ ਲੱਗਦਾ ਆ ਵੀ ਜਦੋਂ ਬੰਦਾ ਹੁਣ ਜਿਹਦੀਆਂ ਲੱਤਾਂ ਦੁਖਦੀਆਂ ਜਿਹਨੂੰ ਪ੍ਰੋਬਲਮ ਆ ਉਹ ਤੁਰ ਨਹੀਂ ਸਕਦਾ, ਹਨਾ, ਤੇ ਉਹਨੂੰ ਲੱਗਦਾ ਆ ਵੀ ਜੇ ਫੌੜੀਆਂ ਹੋਣ ਫਿਰ ਸੌਖਾ ਤੁਰ ਸਕਦਾ ਮੈਂ, ਰਾਈਟ,
ਕਰਚਸ ਜਿਹੜੀਆਂ ਹਨਾ ਇਹਨੂੰ ਕਰਚਸ ਦੇ ਤੌਰ ਤੇ ਵਰਤਿਆ ਜਾ ਰਿਹਾ ਜਿਹੜੀਆਂ ਪਸੰਦ ਜਦੋਂ ਉਹ ਗੱਲ ਨਾ ਕਈ ਵਾਰੀ ਹੋ ਚੁੱਕੀ ਆ ਵੀ ਮੈਂ ਇੱਥੇ ਸਟੂਡੈਂਟ ਸਾਡੇ 7-8 ਦੇ ਵਿੱਚ ਆਉਣੇ 7 ਵਿੱਚ ਆਉਣੇ ਸ਼ੁਰੂ ਹੋਏ ਇੱਦਾਂ ਤੇ ਗੁਰਦੁਆਰਾ ਸਾਹਿਬ ਕਾਫੀ ਆਉਂਦੇ ਸੀ ਇੱਦਾਂ ਮੇਰਾ ਬਹੁਤ ਨੇੜਿਓਂ ਬਾਹਰ ਆ ਜਾਣੀ ਇੱਦਾਂ ਜਿੰਨੇ ਵੀ ਬੰਦੇ ਨਾ ਮੈਂ ਦੇਖੇ ਜਿਹੜੇ ਮੁੰਨੇ ਮੁੰਡੇ ਆਉਂਦੇ ਸੀ ਰਾਈਟ ਉਹ ਇੰਨੀ ਛੇਤੀ ਆ ਕੇ ਮਿਹਨਤ ਕਰਕੇ ਜਾਣੀ ਭੱਜਦੇ ਸੀ ਇੱਦਾਂ ਠੀਕ ਆ ਤੇ ਕੰਮ ਨੂੰ ਵੀ ਬਾਕੀ ਸਾਰੇ ਕੁਛ ਨੂੰ ਗੱਲਬਾਤ ਕਰਨ ਦੇ ਵਿੱਚ ਵੀ ਇੱਦਾਂ ਤੇ ਜਿਹੜੇ ਜਿਹੜੇ ਅੰਮ੍ਰਿਤਧਾਰੀ ਸਰਦਾਰ ਸੀਗੇ ਉਹ ਇੱਦਾਂ ਜਿੱਦਾਂ ਆਪਣੇ ਆਪ ਜਾਂ ਕੁਛ ਤਾਂ ਡਰਾਮਾ ਕਿਉਂਕਿ ਅਸੀਂ ਬਣਾ ਇੱਦਾਂ ਦਿੱਤਾ ਗਿਆ ਵੀ ਸਾਡੇ ਵਿੱਚ ਕਲਚਰ ਪੈਦਾ ਕਰ ਦਿੱਤਾ ਗਿਆ ਵੀ ਜਦੋਂ ਗੁਰਦੁਆਰੇ ਜਾਣਾ ਵੀ ਬੰਦੇ ਨੂੰ ਨਿਮਾਣਾ ਹੋ ਕੇ ਹੁਣ ਅਵਤਾਰ ਸਿੰਘ ਕਿੱਦਾਂ ਖੜਾ ਸੀ ਇੱਦਾਂ ਹੱਥ ਜੋੜ ਕੇ ਇੱਦਾਂ ਸਿਰ ਹਨਾ ਵੀ ਇੱਦਾਂ ਇਕੱਠੇ ਜਿਹਾ ਹੋ ਕੇ ਫਿਰ ਸ਼ਬਦਾਵਲੀ ਇੱਦਾਂ ਇੱਦਾਂ ਵੀ ਦਾਸ ਜੀ ਹਨਾ ਬੇਨਤੀ ਕਰਕੇ ਨਿਮਰਤਾ ਸਹਿਤ ਕਰ ਲਿਆ ਇੱਦਾਂ ਫਿਰ ਉਹ ਇੱਦਾਂ ਦੀ ਹੋਣੀ ਆ ਫਿਰ ਬਹਿਣਾ ਐਨ ਬਿਮਾਰ ਜਿਹਾ ਹੋ ਕੇ ਫਿਰ ਹੱਸਣਾ ਨੀ ਖੁੱਲ ਕੇ ਗੱਲ ਨੀ ਕਰਨੀ ਹਨਾ ਵੀ ਤੂੰ ਕੋਈ ਸੰਕਰ ਤੂੰ ਅੰਮ੍ਰਿਤਧਾਰੀ ਆ ਤੂੰ ਇੱਦਾਂ ਹਨਾ ਉਹ ਪਰਸਨੈਲਿਟੀ ਇੱਦਾਂ ਦੀ ਬਣਾ ਦਿੱਤੀ ਗਈ ਆ ਤੇ ਉਹ ਜਿਹੜਾ ਬੰਦਾ ਅੰਮ੍ਰਿਤ ਛਕਦਾ ਆ ਉਹ ਹੋਰ ਤਾਂ ਕੁਛ ਨੀ ਲੈਂਦਾ ਜਿਹੜੀਆਂ ਇਹ ਗੱਲਾਂ ਉਹ ਅਡੋਪਟ ਕਰ ਲੈਂਦਾ ਫਟਾਫਟ ਹਿਊਮਰ ਖਤਮ ਹੋ ਜਾਂਦਾ ਉਸ ਬੰਦੇ ਚ ਲਗਭਗ ਉਹਨੂੰ ਇਦਾਂ ਹੁੰਦਾ ਵੀ ਮੈਂ ਇਦਾਂ ਦਾ ਦਿਸਣਾ ਫਿਰ ਮੈਂ ਇਦਾਂ ਇਦਾਂ ਵਧੀਆ ਸਿੱਖ ਦਿਸੂਗਾ ਦੇਖਣੇ ਵਾਲੇ ਨੂੰ ਫੇਰ ਲੱਗੂਗਾ ਫਿਰ ਜਦੋਂ ਬੋਲਣਾ ਆ ਗੱਲ ਕਰਨੀ ਆ ਉਹਨਾਂ ਜਾਣੀ ਇੱਦਾਂ ਉਹ ਜਿੰਨੇ ਕੁ ਬੰਦਿਆਂ ਦਾ ਮੇਰਾ ਇੱਥੇ ਵਾਹ ਪਿਆ ਦੇਖਣ ਉਹ ਇਦਾਂ ਦੇ ਜਿੱਦਾਂ ਕੰਮ ਚੋਰ ਜਾਏ ਬਹਾਨੇਬਾਜ਼ ਜਾਏ ਇੱਦਾਂ ਠੀਕ ਆ ਵੀ ਜਦੋਂ ਕੰਮ ਦੀ ਲੋੜ ਹੋਣੀ ਆ ਉਦੋਂ ਹੀ ਉਹਨੇ ਗੁਟਕਾ ਲੈ ਕੇ ਬੈਠੇ ਹੋਣਾ ਉਦੋਂ ਹੀ ਪਾਠ ਕਰਦੇ ਹੋਣਾ ਪਰਿਭਾਸ਼ਾ ਹੀ ਇਹ ਆ ਨਾ ਕਿਤੇ ਨਾ ਕਿਤੇ ਤਾਂ ਜਿਹੜੇ ਮੈਂ ਕਹਿੰਦਾ ਹੱਦੋਂ ਵੱਧ ਕਮਲੇ ਆ ਉਹ ਤਾਂ ਇਹ ਵੀ ਸੋਚਦੇ ਹੋਣੇ ਵੀ ਸ਼ਾਇਦ ਗੁਰੂ ਸਾਹਿਬ ਵੀ ਇੱਦਾਂ ਦੇ ਸੰਸੀਅਰ ਜਿਹੇ ਹੋਣੇ ਜਿਹੜੇ ਕਦੇ ਹੱਸੇ ਹੀ ਨਹੀਂ ਹੋਣੇ ਸਾਰੀ ਜ਼ਿੰਦਗੀ ਹੈ ਨਾ ਕਿਉਂਕਿ ਤੁਸੀਂ ਮਨ ਚ ਬਣਾ ਲਈਆਂ ਉਹ ਗੱਲਾਂ ਆਪਣੀਆਂ ਬਣਾ ਕੇ ਬੈਠੇ ਉਹਨਾਂ ਨੂੰ ਜਦੋਂ ਉਹਦੇ ਬਾਰੇ ਮੈਂ ਉਦੋਂ ਕਿਹਾ ਸੀ ਮੈਂ ਕਿਹਾ ਮੈਨੂੰ ਇਦਾਂ ਲੱਗ ਰਿਹਾ ਵੀ ਹਾਰੇ ਹੋਏ ਜਿਹੜੇ ਜ਼ਿੰਦਗੀ ਤੋਂ ਬੰਦੇ ਆ ਨਾ ਉਹ ਬੰਦੇ ਅੰਮ੍ਰਿਤ ਛਕਦੇ ਆ ਇਸ ਪਾਸੇ ਤੁਰਦੇ ਆ ਉਹ ਤੇ ਉੱਤੇ ਫਿਰ ਉਹ ਜਾਣੀ ਬੜਾ ਚੀਕ ਛੜਾ ਪਾਇਆ ਨੀ ਪਰ ਇਹ ਦੱਸ ਦੇਣ ਭਾਈ ਇਹ ਲੈ ਆਉਣ ਅਸੀਂ ਜਿੰਨਾ ਚਿਰ ਅਸੀਂ ਆਪਣਾ ਕੋਨਫੀਡੈਂਸ ਨਹੀਂ ਦਿਖਾਵਾਂਗੇ ਉੱਥੇ ਜਥੇਦਾਰਾਂ ਦੇ ਮੂਹਰੇ ਤਾਂ ਬੰਦੇ ਨੂੰ ਖੜ ਕੇ ਸਿਰ ਪਹਿਲੀ ਤਾਂ ਗੱਲ ਜਾਣਾ ਹੀ ਨੀ ਬਣਦਾ ਤੂੰ ਕੌਣ ਹੁੰਦਾ ਸੱਦਣੇ ਵਾਲਾ ਭਾਈ ਕੀ ਲੈਣਾ ਮੈਂ ਪ੍ਰਧਾਨਗੀ ਤੋਂ ਇਹੋ ਦੀ ਤੂੰ ਠੀਕ ਆ ਕੰਮ ਕਰ ਤੂੰ ਜਾ ਕੇ ਆਪਣਾ ਠੀਕ ਆ ਆਪਣੇ ਆਪ ਚ ਤੁਸੀਂ ਪੂਰੇ ਹੋਣੇ ਚਾਹੀਦੇ ਲਹਿਦਾ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੇ ਅੱਜ ਅਸੀਂ ਤੁਸੀਂ ਗੱਲ ਕਰਦੇ ਹੋ ਸਾਨੂੰ ਉੱਥੋਂ ਛੇਕਿਆ ਅਸੀਂ ਆਪਣੇ ਆਪ ਨੂੰ ਸਿੱਖ ਆਈਡੈਂਟੀਫਾਈ ਕਰਦੇ ਹਾਂ ਜਾਂ ਨਹੀਂ ਕਰਦੇ ਕਹਿਣ ਤੋਂ ਬਾਅਦ ਵੀ ਅਸੀਂ ਕਹਿੰਦੇ ਹਾਂ ਨਾ ਸਿੱਖ ਆ ਵੀ ਇਹ ਕੌਣ ਹੁੰਦੇ ਆ ਸਾਨੂੰ ਏਦਾਂ ਛੇਕਣ ਵਾਲੇ ਤਾਂ ਹਰ ਬੰਦਾ ਆਪਣੇ ਆਪ ਨੂੰ ਕਹਿ ਸਕਦਾ ਸਾਨੂੰ ਮਾਣ ਹੋਣਾ ਚਾਹੀਦਾ ਮੇਰਾ ਸੰਬੰਧ ਗੁਰੂ ਦੇ ਨਾਲ ਆ ਬਸ ਜਦੋਂ ਗੁਰੂ ਸਾਹਿਬ ਦਾ ਗੁਰੂ ਸਾਹਿਬ ਕਿਤੇ ਵੀ 10 ਪਾਤਸ਼ਾਹੀਆਂ ਜਾਂ ਗੁਰੂ ਗ੍ਰੰਥ ਸਾਹਿਬ ਕਦੇ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਬਣਾ ਰਹੇ ਇਹ ਚੀਜ਼ ਸਮਝਣੀ ਪੈਣੀ ਆ ਸਾਨੂੰ ਠੀਕ ਨਹੀਂ ਤਾਂ ਸਿੱਖ ਬਣਾਉਣ ਦਾ ਪ੍ਰੋਸੀਜਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣਾ ਸੀ ਜੇ ਸਿੱਖ ਬਣਨਾ ਤਾਂ ਇੱਦਾਂ ਬਣਿਓ ਠੀਕ ਆ ਉਹ ਜਿਹੜਾ ਸਿੱਖ ਬਣਾਉਣ ਦਾ ਪ੍ਰੋਸੀਜਰ ਆ ਜਿਹਨੂੰ ਅਸੀਂ ਦਾਖਲਾ ਕਹਿੰਦੇ ਹਾਂ ਨਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਆ ਔਰ ਇਸ ਇਹ ਵੀ ਗੱਲ ਸਾਡੇ ਚ ਜੇ ਕੰਟਰੋਵਰਸ਼ਲ ਹੈਗੀ ਆ ਵੀ ਕੀ ਉਹ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ ਜਾਂ ਨਹੀਂ ਆਹੋ ਕਿਉਂਕਿ ਜਿਹੜੀਆਂ ਲਿਖਤਾਂ ਕੋਈ ਵੀ ਨਹੀਂ ਸਾਬਤ ਕਰਦੀਆਂ ਹਨਾ ਹੁਣ ਜੇ ਤੋਂ ਸਾਬਤ ਇਹ ਹੁੰਦਾ ਆ ਅੱਜ ਮੰਨ ਲਈਏ ਚਾਹੇ ਤੁਸੀਂ 2 ਸਦੀਆਂ ਠਹਿਰ ਕੇ ਮੰਨ ਲਿਓ ਵੀ ਉਹ ਜਿਹੜਾ ਸਿੱਖੀ ਚ ਦਾਖਲੇ ਦਾ ਪ੍ਰੋਸੀਜਰ ਆ ਨਾ ਸਿੱਖ ਬਣਨ ਦਾ ਪ੍ਰੋਸੀਜਰ ਆ ਉਹ ਇਸ ਢਾਂਚੇ ਨੇ ਦਿੱਤਾ ਜਿਹੜਾ ਉੱਤੇ ਬਾਲਕੋਨੀ ਦੇ ਵਿੱਚ ਬੈਠ ਕੇ ਅਵਤਾਰ ਸਿੰਘ ਹਿੱਤ ਨੂੰ ਹੁਕਮ ਕਰ ਰਿਹਾ ਸੀ ਇਸ ਢਾਂਚੇ ਦੀ ਦੇਣ ਆ ਉਹ ਕਿਉਂਕਿ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਆ ਵੀ ਤੂੰ ਏਦਾਂ ਏਦਾਂ ਕਰ ਤੇ ਸਾਡਾ ਸਿੱਖ ਬਣ ਪੰਥ ਦਾ ਪੰਥ ਅਸੀਂ ਆ
ਫਿਰ ਜੇ ਤੂੰ ਉਹ ਸਾਡੀ ਸਿੱਖੀ ਤੋਂ ਬਾਹਰ ਹੋਇਆ ਫਿਰ ਤੈਨੂੰ ਅਸੀਂ ਆਵਾਜ਼ ਮਾਰਾਂਗੇ ਵੀ ਪੇਸ਼ ਹੋ, ਫਿਰ ਤੂੰ ਸਾਨੂੰ ਗੁਰੂ ਰੂਪ ਸਮਝ ਕੇ ਸਾਡੇ ਮੂਹਰੇ ਹੱਥ ਜੋੜ ਕੇ ਖੜਾ ਹੋਈ, ਫਿਰ ਅਸੀਂ ਤੈਨੂੰ ਦੱਸਾਂਗੇ ਵੀ ਤੈਨੂੰ ਸਿੱਖੀ ਚ ਰੱਖਣਾ ਜਾਂ ਨਹੀਂ ਰੱਖਣਾ। ਗੁਰੂ ਗ੍ਰੰਥ ਸਾਹਿਬ ਨਹੀਂ ਕਦੇ ਵੀ ਕਹਿੰਦੇ ਵੀ ਤੂੰ ਮੇਰਾ ਸਿੱਖ ਬਣ, ਗੁਰੂ ਗ੍ਰੰਥ ਸਾਹਿਬ ਰੱਬ ਦਾ ਇੱਕ ਓਂਕਾਰ ਦਾ ਸਿੱਖ ਬਣਾਉਂਦੇ ਆ, ਸਿੱਧਾ ਉਹਦੇ ਨਾਲ ਜੋੜਦੇ ਆ ਸਾਨੂੰ, ਠੀਕ ਹੈ। ਉਹ ਸਾਰੀ ਸ੍ਰਿਸ਼ਟੀ ਤੇ ਕੁਝ ਆ, ਫਿਰ ਤੁਹਾਨੂੰ ਮਾਣ ਹੁੰਦਾ ਆਪਣੇ ਆਪ 'ਚ। ਚਾਹੀਦਾ ਇਹ ਸੀ ਵੀ ਅਸੀਂ ਉਸ ਅਕਾਲ ਪੁਰਖ ਦੇ ਉਸ ਇੱਕ ਦੇ ਇੱਕ ਓਂਕਾਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਇੱਕ ਜੋਤ ਆ ਜਿਹੜੀ, ਇੱਕ ਧੁਰਾ ਹੈ ਜਿਹੜਾ, ਉਹਦੇ ਸਿੱਖ ਬਣਦੇ ਤੇ ਅਸੀਂ ਸਾਡਾ ਬਾਕੀ ਜਿਹੜਾ ਦੇਖਣ ਵਾਲਾ ਸਾਰਾ ਸਾਡੀ ਸ਼ਕਲ ਆ, ਸਾਡੀ ਅਕਲ ਆ, ਉਹ ਦਸਾਂ ਪਾਤਸ਼ਾਹੀਆਂ ਨਾਲ ਮਿਲਦੀ ਹੁੰਦੀ ਤੇ ਸਾਨੂੰ ਸਾਡੀਆਂ ਗੱਲਾਂ ਸੁਣ ਕੇ, ਸਾਡਾ ਬਹਿਣੀ ਉੱਠਣੀ ਸੁਣ ਕੇ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਅੱਛਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਣਾ ਆ, ਉਹਨੂੰ ਪੜ੍ਹਨ ਵਾਲਾ ਬੰਦਾ, ਇਹਦਾ ਨਜ਼ਰੀਆ ਤਾਂ ਇੱਦਾਂ ਦਾ ਆ, ਇਹ ਕਿਉਂ ਨਹੀਂ ਗੁਲਾਮੀ ਕਬੂਲ ਰਿਹਾ, ਕਿਉਂ ਸਾਰਿਆਂ ਦੇ ਨਾਲ ਮਿਲ ਕੇ ਚੱਲ ਰਿਹਾ ਆ, ਇਹ ਊਚ ਨੀਚ ਕਿਉਂ ਨਹੀਂ ਮੰਨਦਾ, ਇਹਦੇ 'ਚ ਬਰਾਬਰਤਾ ਜਿਹੜੀ ਆ, ਦੂਜੇ ਨੂੰ ਬਰਾਬਰ ਦਾ ਮਾਣ ਦੇਣ ਦੀ ਬਿਰਤੀ ਕਿੱਥੋਂ ਆਈ ਆ, ਉਹ ਗੁਰੂ ਗ੍ਰੰਥ ਸਾਹਿਬ 'ਚੋਂ ਆਈ ਆ, ਠੀਕ ਹੈ। ਤੇ ਅੱਛਾ ਹੁਣ ਦੇਖ ਕੇ ਅਗਲਾ ਦੱਸ ਦਿੰਦਾ ਵੀ ਅੱਛਾ ਇਹ ਨਾਨਕ ਨੂੰ ਮੰਨਣ ਵਾਲਾ ਹੋਣਾ, ਇਹ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲਾ ਹੋਣਾ, ਠੀਕ ਹੈ। ਤੇ ਉਹ ਤੋਂ ਬਾਅਦ ਫਿਰ ਕੋਈ ਚੈਲੰਜ ਕਰਕੇ ਦਿਖਾਉਂਦਾ ਵੀ ਗੁਰੂ ਨਾਨਕ ਨੇ ਕਿਹੜੇ ਰੱਬ ਦੀ ਗੱਲ ਕੀਤੀ ਆ, ਕਿਹੜੇ ਸਵਰਗ ਨਰਕ ਦੀ, ਕਿਹੜੇ ਜੰਮਣ ਮਰਨ ਦੀ, ਕਿਹੜੀ 84 ਦੀ ਗੱਲ ਹੋਈ ਆ, ਪਰ ਨਹੀਂ ਭਾਈ ਇਹ ਆ ਜਾਣੀ ਸਮਝ ਸਾਨੂੰ, ਅੱਜ ਨਹੀਂ ਤਾਂ ਕੱਲ੍ਹ ਸਾਡੇ ਗੇਟ 'ਚ ਆ ਜਾਣੀ ਆ, ਵੀ ਜੋ ਕੁਛ ਸਾਡੇ ਸਾਹਮਣੇ ਹੈਗਾ ਆ ਸਾਰੇ ਦਾ ਸਾਰਾ, ਇਸ ਢਾਂਚੇ ਨੂੰ ਜਿਹੜਾ ਬਾਲਕੋਨੀ 'ਚ ਖੜਾ ਸੀ ਇਹਨੂੰ ਮਜ਼ਬੂਤ ਕਰਨ ਦੇ ਲਈ ਖੜਾ ਕੀਤਾ, ਅੱਜ ਟਕਸਾਲ ਦਾ ਸਾਰਾ ਜ਼ੋਰ ਇਸ ਕਰਕੇ ਲੱਗਾ ਆ ਕਿਉਂਕਿ ਉਹ ਅਕਾਲ ਤਖਤ ਨਾਂ ਦਾ ਜਿਹੜਾ ਹਊਆ ਸਾਡੇ ਸਿਰ 'ਤੇ ਖੜਾ ਕੀਤਾ ਆ, ਜਿਹੜੀ ਬਾਲਕੋਨੀ ਰੂਪੀ ਅਦਾਲਤ ਇਹਨੇ ਬਣਾ ਕੇ ਪੇਸ਼ ਕੀਤੀ ਆ, ਉਹਦੇ ਵਿੱਚ ਖੜੇ ਹੋਣ ਵਾਲੇ ਲੋਕ ਜਿਹੜੇ ਆ ਉਹਨਾਂ ਦੀ ਟ੍ਰੇਨਿੰਗ ਟਕਸਾਲ ਵਿੱਚੋਂ ਹੋ ਰਹੀ ਆ। ਟਕਸਾਲ ਕੋਈ ਇਹ ਨਹੀਂ ਵੀ ਸਿੱਕੇ ਘੱਟ ਰਹੀ ਆ, ਨਹੀਂ ਨਹੀਂ ਪੁਜਾਰੀ ਘੱਟ ਰਹੀ ਆ, ਉਹ ਪੁਜਾਰੀ ਜਿਹੜੇ 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 ਪੱਗਾਂ ਵਾਲਿਆਂ ਨੂੰ ਗੁਲਾਮ ਬਣਾ ਕੇ ਸਰਕਾਰ ਦਾ ਕੰਮ ਕਰਨਾ ਚਾਹੁੰਦੀ, ਜਿਹੜੇ ਫਿਰ ਜਿਹੜੀ ਸਟੇਟ, ਕਿਉਂਕਿ 84 ਤੋਂ ਬਾਅਦ ਤਾਂ ਬਿਲਕੁਲ ਸਾਬਤ ਹੋ ਗਿਆ ਨਾ, ਹਾਂਜੀ, ਪਰ ਪੰਜਾਬ ਦੇ ਵਿੱਚ ਕੋਈ ਬੰਦਾ ਉੱਚੀ ਆਵਾਜ਼ ਨਾ ਉਠਾ ਲੈ, ਜਿਹੜੇ ਲੋਕ ਇਹ ਗੱਲ ਕਹਿੰਦੇ ਨਾ ਵੀ ਭਿੰਡਰਾਂਵਾਲਾ ਬਹੁਤ ਹਿੰਮਤੀ ਸੀਗਾ, ਉਹਨੇ ਅਕਾਲੀਆਂ ਨੂੰ ਚੈਲੰਜ ਕਰ ਦਿੱਤਾ ਤੇ ਕਾਮਰੇਡਾਂ ਨੂੰ ਚੈਲੰਜ, ਭਾਈ ਉਹਦਾ ਕਾਰਨ ਸੀ, ਜਦੋਂ ਤੁਸੀਂ ਟਕਸਾਲੀਓ ਇਹ ਕਹਿੰਦੇ ਆ ਵੀ ਉਹਨੂੰ ਦਵਾਰਾ ਸਿੰਘ ਨੂੰ ਚੈਲੰਜ ਕਰ ਦਿੱਤਾ, ਉਹਦਾ ਕਾਰਨ ਸੀ ਉਹਦੇ ਪਿੱਛੇ ਗਿਆਨੀ ਜੈਲ ਸਿੰਘ ਦਾ ਹੱਥ ਸੀ, ਗਿਆਨੀ ਜੈਲ ਸਿੰਘ ਨਹੀਂ ਸੀ ਚਾਹੁੰਦਾ ਵੀ ਦਰਬਾਰਾ ਸਿੰਘ ਦੇ ਪੈਰ ਪੱਕੇ ਹੋਣ, ਦਰਬਾਰਾ ਸਿੰਘ ਦੀ ਤਾਂ ਗਿਆਨੀ ਜੈਲ ਸਿੰਘ ਦੀ ਆਪਣੀ ਟਸਲ ਕਰਕੇ ਹੀ ਗਿਆਨੀ ਜੈਲ ਸਿੰਘ ਨੂੰ MLA ਤੋਂ ਚੱਕ ਕੇ MP ਬਣਾਇਆ ਗਿਆ ਤੇ ਮੁੱਖ ਮੰਤਰੀ ਤੋਂ ਬਾਅਦ ਚੱਕ ਕੇ ਉਹਨੂੰ ਗ੍ਰਹਿ ਮੰਤਰੀ ਬਣਾਇਆ ਗਿਆ, ਔਰ ਜਿੱਦਣ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਬਣਿਆ ਉਹ ਗ੍ਰਹਿ ਮੰਤਰੀ ਚੱਕ ਕੇ ਰਾਸ਼ਟਰਪਤੀ ਬਣਾ ਦਿੱਤਾ ਉਹਨੇ, ਕੱਲੀ ਇਹਦੀ ਨਹੀਂ ਗੱਲ, ਉਹ ਤੋਂ ਪਹਿਲਾਂ ਵੀ ਇੰਦਰਾ ਗਾਂਧੀ 1975 ਵਿੱਚ ਰਾਸ਼ਟਰਪਤੀ ਨੂੰ ਆਪਣਾ ਹੱਥ ਠੋਕਾ ਬਣਾ ਕੇ ਕਿੱਦਾਂ ਵਰਤਣਾ ਆ ਉਹ ਐਕਸਪੀਰੀਅੰਸ ਕਰ ਚੁੱਕੀ ਸੀ, ਜਿਹਨਾਂ ਨੂੰ ਤਜਰਬਾ ਆਇਆ 1975 ਦੀ ਐਮਰਜੈਂਸੀ ਦਾ ਉਹਨਾਂ ਨੂੰ ਪਤਾ ਹੋਣਾ ਵੀ ਜਦੋਂ ਐਮਰਜੈਂਸੀ ਲਗਾਈ ਆ ਉੱਥੇ ਰਾਸ਼ਟਰਪਤੀ ਨੂੰ ਕਿੱਦਾਂ ਵਰਤਿਆ ਉਹਨੇ, ਠੀਕ ਹੈ ਜੀ। ਆ ਜਾਣੀ ਸਾਡੇ ਗੇਟ ਦੇ ਵਿੱਚ, ਪਰ ਇਹ ਗੱਲ ਇੱਦਾਂ ਨਹੀਂ ਹੈਗੀ ਵੀ ਤੁਸੀਂ ਜੇ ਕਹੋ ਵੀ ਇਹ ਸੁਖਮਣੀ ਦੀਆਂ ਦੋ ਪੰਕਤੀਆਂ ਸੁਣਾ ਕੇ ਤੁਹਾਨੂੰ ਕੋਈ ਇੱਦਾਂ ਉਹਦੀ ਵਿਆਖਿਆ ਕਰਕੇ ਤੁਹਾਡੇ ਮੂਹਰੇ ਰੱਖਦਾ, ਨਹੀਂ, ਕੋਮਨ ਸੈਂਸ ਤੁਹਾਨੂੰ ਡਿਵੈਲਪ ਕਰਨੀ ਪੈਣੀ ਆ, ਸਾਡੇ ਇਹ ਪੁਜਾਰੀਆਂ ਦੇ ਵਸ ਦੀ ਗੱਲ ਨਹੀਂ ਹੈਗੀ, ਸਾਨੂੰ ਜਿਹੜੇ ਵਿਦਵਾਨ ਆ ਜਿਹੜੇ ਸਕੋਲਰ ਆ ਸਾਡੇ ਉਹ ਸਾਨੂੰ ਥੋੜ੍ਹੇ ਜਿਹੇ ਇੱਦਾਂ ਬ੍ਰਾਈਟ ਚਾਹੀਦੇ ਆ, ਜਿਹੜੇ ਜਿਹੜੇ ਗੱਲ ਨੂੰ ਫੜ ਕੇ, ਜਦੋਂ ਨਾ ਇੱਥੇ ਅਸੀਂ ਰੇਡੀਓ 'ਤੇ ਬੈਠੇ ਹੁੰਦੇ ਹਾਂ, ਜੇ ਅਸੀਂ ਕਿਤਾਬਾਂ ਪੜ੍ਹ ਕੇ ਉਹ ਗੱਲਾਂ ਕਿਸੇ ਆਰਟੀਕਲ ਪੜ੍ਹ ਕੇ, ਗੁਰਬਾਣੀ ਦੀ ਕਥਾ ਵਿਆਖਿਆ ਪੜ੍ਹ ਕੇ, ਕਿਸੇ ਸਟੀਕ ਨੂੰ ਪੜ੍ਹ ਕੇ,
ਕਿਸੇ ਦੀਆਂ ਵੀਡੀਓ ਦੇਖ ਕੇ ਇੱਦਾਂ ਉਹ ਨੁਕਤਿਆਂ ਨੂੰ ਨੋਟ ਕਰਕੇ ਇੱਥੇ ਬੈਠੇ ਹੋਈ ਹੈ। ਕੁਛ ਨਹੀਂ ਸਾਡੇ ਮੂਹਰੇ, ਜੇ ਕੈਮਰਾ ਤੁਹਾਨੂੰ ਨੀਵਾਂ ਕਰਕੇ ਦਿਖਾ ਦਈਏ, ਫੋਨ ਪੈ ਜਾ ਦੂਗਾ ਸਾਡੇ ਕੋਲ, ਠੀਕ ਹੈ। ਉਹ ਕੋਲਾਂ ਅਸੀਂ ਚੱਕੀ ਦੀਆਂ ਨਹੀਂ ਹੈਗੀਆਂ, ਅਸੀਂ ਕੋਈ ਇੱਥੇ ਨੋਟ ਬਣਾ ਕੇ ਕਿਤਾਬਾਂ ਰੱਖ ਕੇ ਨਹੀਂ ਇੱਦਾਂ ਬੈਠੀ ਦਾ, ਜਿੱਦਾਂ ਬੈਠੇ ਹੋਈਏ ਅਤੇ ਤੁਹਾਡੇ ਜਿਹੜੇ ਸਰੋਤਿਆਂ ਨੇ ਫੋਨ ਕਰ ਰਹੇ ਉਹਨਾਂ ਦੇ ਜਵਾਬ ਨਹੀਂ ਦੇ ਹੋਣੇ ਸਭ ਤੋਂ, ਸਾਨੂੰ ਵੀ ਦੇਖਣਾ ਪੈਣਾ ਪਿੱਛੇ ਨੂੰ ਮੂੰਹ ਕਰਕੇ ਵੀ ਜਿਸ ਬੰਦੇ ਨੇ ਕਿਤਾਬ ਲਿਖੀ ਆ ਉਹ ਹੁਣ ਇਹਦੇ ਬਾਰੇ ਕੀ ਕਹੂਗਾ, ਫਿਰ ਗੁਲਾਮ ਹੋ ਜਾਣਾ ਅਸੀਂ ਉਹਨਾਂ ਦੀ ਸੋਚ ਦੇ। ਜਿਸ ਕਰ ਜਦੋਂ ਸਾਡਾ ਕਨੈਕਸ਼ਨ ਇੱਦਾਂ ਜੁੜ ਗਿਆ ਨਾ ਆਪਣੇ ਕੋਲ, ਤੁਹਾਡੀ ਕਾਮਨ ਸੈਂਸ ਇੱਦਾਂ ਡਿਵੈਲਪ ਹੋ ਗਈ ਵੀ ਹਰ ਘਟਨਾ ਨੂੰ ਤੁਸੀਂ ਉਸ ਨਜ਼ਰੀਏ ਨਾਲ ਜਿਹੜਾ ਗੁਰੂ ਪਾਤਸ਼ਾਹ ਨੇ ਦਿੱਤਾ ਆ ਉਹਦੇ ਨਾਲ ਦੇਖਣ ਲੱਗ ਪਏ, ਫਿਰ ਮਸਲਾ ਹੱਲ ਹੋਣ ਲੱਗਣਾ। ਫਿਰ ਤੁਹਾਡੇ ਰਾਹੀਂ ਗੁਰੂ ਦਾ ਰੂਪ ਉੱਦਣਾ ਹੀ ਹੋਣਾ, ਰੱਬ ਦਾ ਰੂਪ ਉੱਦਣਾ ਹੀ ਹੋਣਾ, ਘੱਟ ਘੱਟ ਮੈਂ ਹਰਜੂ ਬਸੈ ਉੱਦਣ ਬਣਨਾ, ਫਿਰ ਸਾਡੇ ਰਾਹੀਂ ਪ੍ਰਗਟ ਹੋ ਕੇ ਸਾਰਿਆਂ ਦੇ ਸਾਹਮਣੇ ਆਊਗਾ ਔਰ ਗਰੰਟੀ ਆਊਗਾ, ਬਹੁਤੀ ਦੂਰ ਨਹੀਂ ਉਹ ਦਿਨ। ਅਸੀਂ ਇੱਥੇ ਇਸੇ ਧਰਤੀ ਦੇ ਉੱਤੇ ਐਸੇ ਜਨਮ ਦੇ ਵਿੱਚ ਜਾਣੀ ਸਾਬਤ ਕਰਕੇ ਦਿਖਾਵਾਂਗੇ, ਠੀਕ ਹੈ। ਹਿੰਮਤ ਕਰਨੀ ਪੈਣੀ ਸਾਨੂੰ ਆਪਣੇ ਆਪ ਦੇ ਵਿੱਚ। ਹੁਣ ਆਪਾਂ ਜੀਤੇ ਹੋਣ ਵਾਲੀ ਵੀਡੀਓ ਹਾਂਜੀ ਚਲਾ ਲਈਏ ਜੀ। ਸਰੋਤੇ ਸਾਡੇ ਨਾਲ ਇੱਕ ਹੋ ਰਿਹਾ 0108 ਦੇ ਉੱਤੇ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਨੇਕੀ ਬੋਲਦਾ, ਨੇਕੀ ਹੈਲੋ ਜੀ, ਤੁਸੀਂ ਦੱਸ ਸਕਦੇ ਕੌਣ ਬੋਲਦੇ ਆ? ਰੇਡੀਓ ਵਿਰਸਾ ਤੇ ਪ੍ਰੋਗਰਾਮ ਚੱਲ ਰਿਹਾ ਤੇ ਤੁਸੀਂ ਆਉਣੇ ਰਿਹਾ, ਸਰੋਤੇ ਸੁਣ ਰਹੇ ਤੁਹਾਨੂੰ। ਹਾਂ ਹਾਂ ਮੈਂ ਕੁਲਦੀਪ ਸਿੰਘ ਬੋਲਦਾ ਆ, ਜਿਹਦੇ ਬਾਰੇ ਤੂੰ ਪੋਸਟਾਂ ਪਾਉਣਾ ਹੋਣਾ ਡਰਾਈਵਰ ਦੇ, ਆ ਗਿਆ ਜਿੱਤਾ। ਕੁਲਦੀਪ ਸਿੰਘ ਕਿਹੜੇ ਕੰਟਰੀ ਤੋਂ ਬੋਲਦੇ ਤੁਸੀਂ? ਕੋਈ ਨੀ ਜੀ, ਮੈਨੂੰ ਇਦਾਂ ਦਾ ਬਹੁਤ ਜਣੇ ਹੋਣੇ, ਤੁਸੀਂ ਆਪਣਾ ਨਾਂ ਦੱਸ ਦਿਓ ਤੇ ਆਪਣੀ ਗੱਲ ਕਰ ਲਓ, ਚੇਤੇ ਦਾ ਕੋਈ ਨੀ ਮੈਨੂੰ ਨਾਂ ਵੀ ਆਵੇ। ਤੈਨੂੰ ਨਾਂ ਹੀ ਦੱਸਿਆ ਕੁਲਦੀਪ ਸਿੰਘ ਨਾਂ ਹੀ ਆ, ਹੋਰ ਕੀ ਆ। ਓਕੇ ਹੁਣ ਤੂੰ ਦੱਸੇਗਾ ਫਿਰ ਤੂੰ ਗੱਲ ਕਿਹੜੀ ਕਰਨੀ ਚਾਹੁੰਦਾ? ਆ ਜਿਹੜਾ ਵਿਸ਼ਾ ਤੂੰ ਛੇੜਿਆ ਵਾ ਤੇਰੇ ਕੋਲ, ਇਹ ਤਿੰਨਾਂ ਵਿਸ਼ਿਆਂ ਤੋਂ ਇਲਾਵਾ ਕੋਈ ਵਿਸ਼ਾ ਹੈਗਾ ਆ? ਦਮਦਮੀ ਟਕਸਾਲ, ਦਸਮ ਗ੍ਰੰਥ, ਬਾਬਾ ਦੀਪ ਸਿੰਘ ਤੇ ਅਕਾਲ ਤਖਤ ਸਾਹਿਬ, ਇਸ ਤੋਂ ਇਲਾਵਾ ਤੇਰੇ ਕੋਈ ਵਿਸ਼ਾ ਹੈਗਾ ਆ? ਵਿਰਸਾ ਤੇਰਾ ਰੇਡੀਓ ਨਾਂ ਆ, ਤੇ ਵਿਰਸਾ ਇਕੱਲਾ ਇਹ ਜਿੱਦਾਂ ਦੀਆਂ ਤੇਰੀਆਂ ਪੋਸਟਾਂ ਆਉਂਦੀਆਂ ਵਾ ਫੇਸਬੁੱਕ ਦੇ ਉੱਤੇ ਵੀ ਆਪਣੀ ਘਰਵਾਲੀ ਨਾਲ ਕੋਈ ਵੀ ਸੌਂ ਸਕਦਾ ਆ, ਇਹ ਪੰਜਾਬੀਆਂ ਦਾ ਤੇ ਵਿਰਸਾ ਨੀ, ਨਾ ਹੀ ਕਿਸੇ ਸਿੱਖਾਂ ਦਾ ਵਿਰਸਾ ਆ। ਹੁਣ ਮੈਨੂੰ ਕਿਹੜਾ ਵਿਰਸਾ ਆ? ਮੈਨੂੰ ਜਵਾਬ ਦੇਣ ਦਏਗਾ ਮੇਰੀ ਗੱਲ ਪਹਿਲਾਂ? ਮੈਨੂੰ ਜਵਾਬ ਦੇਣ ਦਏਗਾ ਪਹਿਲਾਂ? ਮੇਰੀ ਗੱਲ ਪੂਰੀ ਹੋ ਜਾਂਦੇ? ਜਿੰਨੀਆਂ ਗੱਲਾਂ ਤਾਂ ਕਹਿ ਦਿੱਤੀਆਂ ਪਹਿਲਾਂ ਉਨੀਆਂ ਦੇ ਜਵਾਬ ਤਾਂ ਲੈ ਲਾ ਮੇਰੇ ਕੋਲੋਂ। ਮੈਂ ਤਾਂ ਤੇਰੇ ਪੇ ਦਾ ਰਾਜ ਥੋੜੋ, ਇਦਾਂ ਥੋੜੋ ਤੇਰੀ ਚੱਲੂਗੀ, ਨਾ ਨਾ ਕਰਨੇ ਵਾਲਾ ਤੂੰ ਕੌਣ ਹੁੰਦਾ? ਤੁਸੀਂ ਪਸ਼ੂ ਦੇ ਪਸ਼ੂ ਰਹਿਣਾ ਆ? ਤੂੰ ਗੱਲ ਕਰ ਲਈ ਆਪਣੀ ਪਹਿਲੀ ਗੱਲ ਤਾਂ ਤੈਨੂੰ ਮੈਂ ਤੁਸੀਂ ਤੁਸੀਂ ਕਹਿ ਕੇ ਬੁਲਾਈ ਜਾਂਦਾ, ਤੂੰ ਮੋਹਰਿਓ ਚੜ ਕਿੱਦਾਂ ਰਿਹਾ ਮੇਰੇ ਦੇ ਉੱਤੇ? ਤੈਨੂੰ ਕੀ ਲੱਗਦਾ ਡੰਗਰ ਇਕੱਠੇ ਹੋਏ ਉੱਥੇ ਟਕਸਾਲੀ ਪਸ਼ੂਆਂ ਨਾਲ ਵਾਹ ਪਿਆ ਤੇਰਾ? ਫਿਰ ਜਦੋਂ ਤੁਹਾਨੂੰ ਕਈ ਦਾ ਖੋਤੇ ਹੋ ਤੁਸੀਂ ਜੁੱਤੀ ਦੇ ਜਾ ਰਿਹਾ, ਫਿਰ ਤੂੰ ਸਾਬਤ ਨਹੀਂ ਕੀਤਾ ਹੁਣ ਤਾਂ? ਫਿਰ ਤੂੰ ਜੇ ਚੁੱਪ ਕਰਕੇ ਗੱਲ ਸੁਣੇਗਾ ਤਾਂ ਸੁਣ ਕਰ ਲਏਗਾ ਗੱਲ, ਨਹੀਂ ਤਾਂ ਤੈਨੂੰ ਇਦਾਂ ਥੋੜਾ ਬੋਲਣ ਦਊਂਗਾ ਮੈਂ। ਤੂੰ ਮੈਨੂੰ ਪਹਿਲਾਂ ਇਹ ਪੁੱਛਿਆ ਵੀ ਤੇਰੇ ਕੋਲ ਟਕਸਾਲ, ਬਾਬਾ ਦੀਪ ਸਿੰਘ, ਦਸ ਗ੍ਰੰਥ ਤੋਂ ਬਿਨਾਂ ਕੋਈ ਵਿਸ਼ਾ ਹੈ? ਆਪਣੇ ਆਪ 'ਚ ਬਹੁਤ ਵੱਡਾ ਸਵਾਲ ਆ, ਮੈਨੂੰ ਇਹਦਾ ਜਵਾਬ ਤਾਂ ਦੇਣ ਦੇ। ਹੁਣ ਇਦਾਂ ਥੋੜਾ ਹੋਊਗਾ ਵੀ ਤੈਨੂੰ 15 ਮਿੰਟ ਮੈਂ ਬੋਲਣ ਦਊਗਾ, 20 ਮਿੰਟ ਬੋਲੀ ਜਾਵੇ ਮੈਂ, ਫਿਰ 4-5 ਦਿਨ ਉਹਦੇ ਪ੍ਰੋਗਰਾਮ ਕਰੀ ਜਾਵਾਂ, ਇੱਦਾਂ ਕਿੱਦਾਂ ਹੋ ਜਾਊਗੀ? ਚੁੱਪ ਕਰਕੇ ਗੱਲ ਸੁਣਨੀ ਕਿ ਨਹੀਂ ਸੁਣਨੀ? ਚੁੱਪ ਕਰਕੇ ਹੈਲੋ, ਹੁਣ ਚੁੱਪ ਕਰੇਗਾ ਨਹੀਂ ਤਾਂ ਮੈਂ ਫੋਨ ਕੱਟਣ ਲੱਗਾ ਫਿਰ ਤੇਰਾ, ਫਿਰ ਟਕਸਾਲੀ ਪਿੱਟ ਦੇ ਕਹਿੰਦੇ ਫੋਨ ਕੱਟ ਦਿੰਦਾ। ਹੁਣ ਦੁਬਾਰਾ ਸਾਰੇ ਟਕਸਾਲੀਆਂ ਨੂੰ ਬੇਨਤੀ ਆ ਵੀ ਇਹਦੀ ਕਾਲ ਜਿੱਥੋਂ ਸ਼ੁਰੂ ਹੋਈ ਆ ਉੱਥੋਂ ਲੈ ਕੇ ਸੁਣ ਲਿਓ ਤੁਸੀਂ, ਵੀ ਇਹਦਾ ਕੋ ਆਪਣੇ ਆਪ ਦੇ ਵਿੱਚ ਅੰਦਾਜ਼ ਸੀਗਾ ਰੇਡੀਓ 'ਤੇ ਗੱਲ ਕਰਨੇ ਵਾਲਾ? ਤੁਸੀਂ ਸਾਡੇ ਕੋਲੋਂ ਕੀ ਸੁਣਨਾ? ਇੱਦਾਂ ਦੇ ਗੁੰਡੇ ਪੈਦਾ ਕੀਤੇ ਭਿੰਡਰ ਵਾਲੇ ਨੇ ਇਹ ਸੁਣਨਾ ਸਾਡੇ ਕੋਲੋਂ? ਇੱਦਾਂ ਦੇ ਪਸ਼ੂ ਪੈਦਾ ਕੀਤੇ ਟਕਸਾਲ ਨੇ ਵੀ ਲੋਕਾਂ ਨੂੰ ਥਾਂ ਥਾਂ ਵੱਢਦੇ ਫਿਰਨ? ਤੁਸੀਂ
ਕਿਉਂ 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 ਸਾਡੇ ਤੇ ਇਹ ਇਲਜ਼ਾਮ ਲਾਉਂਦੇ ਪਏ ਅਸੀਂ ਇਹ ਗੱਲਾਂ ਨਾ ਕਰੀਏ? ਤੁਸੀਂ ਸਾਬਤ ਨਹੀਂ ਕਰਕੇ ਜਾਂਦੇ? ਆਹ ਕੋਈ ਬੰਦਾ ਦੱਸ ਸਕਦਾ ਇਮਾਨਦਾਰੀ ਨਾਲ ਵੀ ਮੇਰੀ ਸਟੇਟਮੈਂਟ ਇਹ ਕਦੋਂ ਸੀਗੀ? ਵੀ ਤੀਮੀ ਜਿਹਦੇ ਨਾਲ ਮਰਜ਼ੀ ਸੌਂ ਜਾਵੇ, ਆਪਣੀ ਮਰਜ਼ੀ ਨਾਲ ਤੋੜ ਮਰੋੜ ਕੇ ਪੇਸ਼ ਕਰੋਗੇ ਤੁਸੀਂ? ਵੀ ਜੇ ਤੁਹਾਨੂੰ ਜਦੋਂ ਤੁਹਾਨੂੰ ਅਸੀਂ ਕਹਿੰਦੇ ਹਾਂ ਵੀ ਤੁਸੀਂ ਇਹ ਹਰਾਮ ਖੋਰੀਆਂ ਕਰਕੇ ਬ੍ਰਹਮ ਗਿਆਨੀ ਕਹਾਉਂਦੇ ਆ, ਆਹ ਨਜ਼ਰੀਆ ਸੀ ਤੁਹਾਡਾ ਅਗਲੇ ਦੀਆਂ ਗੱਲਾਂ ਨੂੰ ਬਦਲਣ ਦਾ? ਇੱਦਾਂ ਰਾਜ ਕੀਤਾ ਤੁਸੀਂ ਕੌਮ ਦੇ ਉੱਤੇ? ਜਿੱਦਣ ਤੁਹਾਡਾ ਰਾਜ ਆਇਆ, ਜਿੱਦਣ ਤੁਹਾਡੇ ਅਧਿਕਾਰਾਂ ਦਾ ਤੁਹਾਡੇ ਆਪਣੇ ਆਪਣੀਆਂ ਕਰਤੂਤਾਂ ਦੇ ਨਾਲ ਤੁਹਾਡੇ ਆਪਣੇ ਕੰਟਰੋਲ ਦੇ ਵਿੱਚ ਬਣਿਆ ਹੋਇਆ ਖਾਲਿਸਤਾਨ ਬਣਿਆ, ਉਦੋਂ ਆਹ ਕੁਛ ਹੋਊਗਾ? ਇਹ ਬੰਦੇ ਸਾਡੇ ਸਿਰਾਂ ਤੇ ਬਹਿਣਗੇ? ਔਰ ਤੁਹਾਨੂੰ ਇੰਨੀ ਸਮਝ ਨਹੀਂ ਆਉਂਦੀ ਵੀ ਇੱਕ ਬਟਨ ਆ ਸਾਡੇ ਕੋਲ, ਅਸੀਂ ਦੱਬ ਦੇਣਾ ਤੁਹਾਡੀ ਆਵਾਜ਼ ਬੰਦ ਹੋ ਜਾਣੀ ਆ, ਅਸੀਂ ਦੂਜਾ ਬਟਨ ਦੱਬਾਂਗੇ ਤੁਹਾਡੀ ਕਾਲ ਕੱਟ ਹੋ ਜਾਣੀ ਆ, ਤੁਸੀਂ 20 ਵਾਰੀ ਕਾਲ ਕਰ ਲਿਓ ਭਾਵੇਂ ਕਿਉਂ ਰੇਡੀਓ ਤੇ ਕਾਲ ਲਵਾਂਗੇ ਤੁਹਾਡੀ? ਜੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਆਈ, ਤੁਹਾਨੂੰ ਇੰਨਾ ਨਹੀਂ ਪਤਾ ਲੱਗਾ ਜਦੋਂ ਕਿਸੇ ਰੇਡੀਓ ਤੇ ਜਾਣਾ ਤਾਂ ਗੱਲ ਕਿੱਦਾਂ ਕਰਨੀ, ਸਾਨੂੰ ਤੁਸੀਂ ਭਾਸ਼ਾ ਦੱਸਣ ਲੱਗੇ ਹੋ, ਔਰ ਤੁਹਾਡੇ ਇਸ ਬਿਹੇਵੀਅਰ ਤੋਂ ਬਾਅਦ ਕਿੱਦਾਂ ਦਾ ਜਵਾਬ ਹੋਵੇ ਮੇਰਾ ਦੱਸੋ? ਮੈਂ ਹੁਣੇ ਅਜੇ 2 ਮਿੰਟ ਪਹਿਲਾਂ ਉਹ ਗੱਲ ਮੈਂ ਰਿਪੀਟ ਕਰਕੇ ਹਟਿਆ ਜਾਣੀ, ਠੀਕ ਆ ਭਾਈ? ਹੁਣ ਤਾਂ ਸੁਣਨੀ ਗੱਲ ਨਹੀਂ, ਅਜੇ ਨਹੀਂ, ਅਜੇ ਫਿਰ ਜਾ ਤੂੰ ਭਰਾਵਾ, ਜੇ ਤੂੰ ਇੱਦਾਂ ਇਕੱਲੇ ਨਹੀਂ ਬੋਲਣਾ ਤਾਂ ਬੋਲੀ ਜਾ, ਤੂੰ ਕੰਮ ਕਰ ਆਪਣਾ। 0107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਆ ਜਿਹੜੀ ਗੱਲ ਹੋ ਰਹੀ ਆ ਧਾਰਮਿਕ ਗੁਲਾਮੀ ਦੀ, ਇਹਦੇ ਬਾਰੇ ਮੈਂ ਵੀ ਕਰਨਾ ਚਾਹੁੰਦਾ ਵਾਂ, ਕਿਉਂਕਿ ਮੈਂ 24 ਸਾਲ ਦਾ ਤੇ ਬਚਪਨ ਤੋਂ ਹੀ ਮਤਲਬ। 2 ਮਿੰਟ ਦੇ ਵਿੱਚ ਆਪਣੀ ਗੱਲ ਪੂਰੀ ਕਰ ਲਿਓ, ਕਿਉਂਕਿ ਅਸੀਂ ਵੀਡੀਓ ਪੂਰੀ ਕਰਨੀ ਆ ਉਹਨਾਂ ਦੀ। ਠੀਕ ਹੈ ਵੀਰ ਜੀ, ਮੈਂ ਜਲਦੀ ਕਰਨਾ ਚਾਹੁੰਦਾ। ਮੈਂ ਇੱਕ ਧਾਰਮਿਕ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਮਤਲਬ ਸ਼ੁਰੂ ਤੋਂ ਹੀ ਮੇਰੇ ਮਾਤਾ ਪਿਤਾ ਜਿਹੜੇ ਮਤਲਬ ਸਵੇਰੇ ਉੱਠ ਕੇ ਪਾਠ ਕਰਦੇ, ਸ਼ਾਮਾਂ ਨੂੰ ਕਰਦੇ, ਉਹ ਵੀ ਬਿਰਤੀ ਮੇਰੇ ਵਿੱਚ ਡਿਵੈਲਪ ਹੋਈ ਤੇ ਮੈਂ ਮਤਲਬ ਕਥਾ ਸੁਣਨੀਆਂ ਸ਼ੁਰੂ ਕਰਤੀਆਂ, ਉਹੋ ਜਿਹੀ ਮੇਰੀ ਸਾਇਕੀ ਬਣ ਗਈ ਤੇ ਧਰਮ ਹੀ ਮਤਲਬ ਇੱਕ ਜ਼ਰੀਆ ਹੈ ਜਿਹਦੇ ਕਾਰਨ ਮੈਂ ਬਾਅਦ ਚੋਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਕਿਉਂਕਿ ਮੈਂ ਧਰਮ ਤੋਂ ਇੰਨਾ ਡਰਦਾ ਸੀ, ਹੱਥ ਦੇ ਵਿੱਚ ਧਰਮ ਦਾ ਡਰ ਸੀ ਮੈਨੂੰ। ਤੇ ਮਤਲਬ 1 ਸਾਲ ਪਹਿਲਾਂ ਮੈਂ ਤੁਹਾਡਾ ਰੇਡੀਓ ਵਿਰਸਾ ਸੁਣਨਾ ਸ਼ੁਰੂ ਕਰ ਦਿੱਤਾ ਸੀ ਤੇ ਮਤਲਬ ਹੌਲੀ 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 ਉਹ ਪਰਤਾਂ ਜਿਹੜੀਆਂ ਉੱਠਣੀਆਂ ਸ਼ੁਰੂ ਹੋ ਗਈਆਂ, ਜਿਉਂ ਜਿਉਂ ਮੈਂ ਭਾਈ ਸਾਹਿਬ ਨੂੰ ਸ਼ੁਰੂ ਕੀਤਾ, ਤੁਹਾਨੂੰ ਸੁਣਨਾ ਸ਼ੁਰੂ ਕੀਤਾ, ਤੇ ਜਿਉਂ ਉਹ ਪਰਤਾਂ ਲੱਥੀਆਂ ਤੇ ਫਿਰ ਮਤਲਬ ਜਿਹੜੀ ਉਹਦੇ ਪਿੱਛੇ ਕਾਮਨ ਸੈਂਸ ਸੀ ਉਹ ਆਪਣੇ ਆਪ ਡਿਵੈਲਪ ਹੋਣੀ ਸ਼ੁਰੂ ਹੋ ਗਈ। ਮੈਨੂੰ ਗੁਟਕਾ ਫੜਨ ਦੀ ਲੋੜ ਨਹੀਂ ਹੁਣ, ਮੈਂ ਗੁਰਦੁਆਰੇ ਜਾਂਦਾ ਵਾਂ ਤੇ ਮਤਲਬ ਮੈਨੂੰ ਉੱਥੇ ਜਾ ਕੇ ਸਮਝ ਆਉਂਦੀ ਹੈ ਕਿ ਯਾਰ ਸਿਰ ਢੱਕਣ ਦਾ ਮਤਲਬ ਕੀ ਆ, ਜਦੋਂ ਸਾਰੀ ਸ੍ਰਿਸ਼ਟੀ ਇੱਕ ਰੱਬ ਦੀ ਆ ਤੇ ਉਹਦੇ ਜਦੋਂ ਅਸੀਂ ਸ੍ਰਿਸ਼ਟੀ ਦੇ ਵਿੱਚ ਸਿਰ ਨਹੀਂ ਢੱਕ ਕੇ ਘੁੰਮਦੇ ਤੇ ਸਾਨੂੰ ਗੁਰਦੁਆਰੇ ਵਿੱਚ ਸਿਰ ਢੱਕਣ ਦੀ ਉਹ ਇੱਕ ਸਪੈਸ਼ਲ ਜਗ੍ਹਾ ਕਿਉਂ? ਹੋਰ ਵੀ ਚੀਜ਼ਾਂ ਤੁਹਾਨੂੰ ਸਮਝ ਆਉਂਦੀਆਂ ਵੀ ਇੱਕ ਸਟੀਫਨ ਹੌਕਿੰਗ ਇੱਕ ਸਾਇੰਟਿਸਟ ਹੈ ਜਿਹਨੇ ਮਤਲਬ ਇੰਨੀ ਜ਼ਿਆਦਾ ਪੜ੍ਹਾਈ ਕੀਤੀ ਆ, ਉਹਨੂੰ ਪੂਰੇ ਬ੍ਰਹਿਮੰਡ ਦਾ ਪਤਾ ਨਹੀਂ ਤੇ ਅੱਜ ਜਿਹੜੇ 10 ਨਾ ਪੜ੍ਹੇ ਹੋਏ ਮਤਲਬ ਆਪਣੇ ਜਿਹੜੇ ਬ੍ਰਹਮ ਗਿਆਨੀ ਬਣ ਕੇ ਬੈਠ ਗਏ ਆ ਤੇ ਇਹ ਬ੍ਰਹਮ ਗਿਆਨੀ ਕਿੱਦਾਂ, ਇਹਨਾਂ ਨੂੰ ਸਾਰੇ ਬ੍ਰਹਮ ਦਾ ਕਿੱਦਾਂ ਗਿਆਨ ਹੋਊਗਾ, ਇਹਨਾਂ ਨੂੰ ਸਾਨੂੰ ਦੀ ਕੀ ਲੋੜ ਹੈ? ਸਾਨੂੰ ਆਪਣੀ ਕਾਮਨ ਸੈਂਸ ਦਿੱਤੀ ਗਈ ਕੁਦਰਤ ਦੁਆਰਾ, ਜਦੋਂ ਅਸੀਂ ਬੱਚੇ ਪੈਦਾ ਹੋਏ ਸੀ ਅਸੀਂ ਖੁਦ ਚੀਜ਼ਾਂ ਲਰਨ ਕਰਦੇ ਸੀ ਆਲੇ ਦੁਆਲੇ ਨੂੰ ਵੇਖ ਕੇ, ਸਾਨੂੰ ਇਹਨਾਂ ਦੀ ਲੋੜ ਕਿਉਂ ਪੈ ਗਈ ਕੁਝ ਸਿੱਖਣ ਦੀ? ਸਾਡੇ ਕੋਲ ਆਪਣੀ ਕਾਮਨ ਸੈਂਸ ਹੈਗੀ ਜ਼ਿੰਦਗੀ ਜੀਣ ਵਾਸਤੇ। ਮੈਂ ਭਾਜੀ ਬਸ ਇੰਨੀ ਗੱਲ ਕਰਨਾ ਚਾਹੁੰਦਾ। ਥੈਂਕ ਯੂ ਵੀਰੇ, ਥੈਂਕ ਯੂ, ਧੰਨਵਾਦ ਤੁਹਾਡਾ ਛੋਟੀ ਜਿਹੀ ਗੱਲ ਕਰਨ ਦੇ ਲਈ, ਠੀਕ ਆ। ਪਰ ਫਿਰ ਵੀ ਸਰੋਤਿਆਂ ਨੂੰ ਬੇਨਤੀ ਆ ਵੀ ਤੁਸੀਂ ਛੋਟੀ ਛੋਟੀ ਕਰਨ ਲਈ ਵੀ ਜਿਹੜਾ ਆਪਣੇ ਆਪ ਨੂੰ ਸੰਕੋਚ ਕਰਿਓ। ਹੁਣ ਚਾਹੀਦਾ ਇਹ ਆ ਵੀ ਜਿਹੜੀ ਕਾਲ ਆਵੇ ਕਿਸੇ ਵਿਰੋਧੀ ਦੀ ਆਵੇ, ਠੀਕ ਆ, ਉਹਨੂੰ ਅਸੀਂ ਦੇਖ ਲਈਏ, ਅਸੀਂ ਲੈ ਲਈਏ ਉਹਨੂੰ ਲੈ ਕੇ, ਤੇ ਉਹ ਆਪਣੀ ਜੇ ਗੱਲ ਕਰਨੀ ਚਾਹੁੰਦਾ ਹੋਵੇ ਵਜ੍ਹਾ ਦੇ ਨਾਲ। ਬੇਨਤੀ ਆ ਟਕਸਾਲੀਆਂ ਨੂੰ, ਜੇ ਤੁਸੀਂ ਇਸ ਭਾਸ਼ਾ ਦੇ ਵਿੱਚ ਬੋਲੋਗੇ ਮੇਰੇ ਕੋਲੋਂ ਜੋ ਮਰਜ਼ੀ ਸੁਣ ਲਿਓ, ਕੁਲਦੀਪ ਸਿੰਘ ਨੂੰ ਸੁਨੇਹਾ ਦੇ ਦਿਓ, ਤੇਰੇ ਅਰਗੇ ਦੀਆਂ 7 ਕੁਲਾਂ ਪੱਟ ਕੇ ਰੱਖ ਦਿੰਦਾ ਹੁੰਦਾ ਮੈਂ, ਤੂੰ ਤੈਨੂੰ ਲੱਗਦਾ ਬੋਲਣਾ, ਤੈਨੂੰ ਲੱਗਦਾ ਕਰਨਾ, ਸਭ ਕੁਛ ਕਰਨਾ ਆਉਂਦਾ ਮੈਨੂੰ, ਮੈਨੂੰ ਬੋਲਣਾ ਵੀ ਆਉਂਦਾ, ਮੈਨੂੰ ਹੱਥ ਵੀ ਚਲਾਉਣੇ ਆਉਂਦੇ ਆ ਵੀਰਾ, ਸਾਨੂੰ ਬੰਨ ਕੇ ਰੱਖਿਆ ਕਾਨੂੰਨ ਨੇ, ਤੁਹਾਨੂੰ ਵਾਰ ਵਾਰ ਕਹੀ ਜਾਂਦੇ ਹਾਂ
ਨਾ ਨਾ ਤੁਸੀਂ ਸਾਬਿਤ ਕਰ ਦਿੱਤਾ ਤੁਹਾਡੀ ਇਸ ਭਾਸ਼ਾ ਨੇ ਸਾਰੀ ਕੌਮ ਗੁਲਾਮ ਕਰਵਾਈ ਆ। ਕੁਲਦੀਪ ਸਿੰਘ ਤੇਰੇ ਵਰਗੇ ਜਿਹੜੇ ਬਕਵਾਸ ਕਰਨ ਵਾਲੇ ਬੰਦੇ ਸੀ ਨਾ, ਉਹਨਾਂ ਦੀਆਂ ਇਹਨਾਂ ਗੱਲਾਂ ਨੇ ਸਾਡੀਆਂ ਧੀਆਂ ਭੈਣਾਂ ਨੂੰ ਥਾਣਿਆਂ 'ਚ ਨੰਗੀਆਂ ਕਰਵਾਇਆ। ਤੁਸੀਂ ਪਸ਼ੂਆਂ ਵਾਂਗ ਸਟੇਟਮੈਂਟਾਂ ਦਿੱਤੀਆਂ, ਔਰ ਭਿੰਡਰਾਂ ਵਾਲੇ ਦੀਆਂ ਜਿਹੜੀਆਂ ਸਟੇਟਮੈਂਟਾਂ ਪਏ ਇੱਕ ਬੱਸ ਦੇ ਬਦਲੇ 5000 ਹਿੰਦੂ ਵੱਢੂੰਗਾ ਤਾਂ ਇਹ ਕਰੂੰਗਾ, ਉਹ ਗੱਲਾਂ ਨੇ ਕੌਮ ਦਾ ਇੰਨਾ ਕੁ ਨੁਕਸਾਨ ਕਰਵਾਇਆ ਨਾ, ਔਰ ਤੁਹਾਨੂੰ ਗਧਿਆਂ ਨੂੰ ਹੁਣ ਵੀ ਲੱਗੀ ਜਾਂਦਾ ਵੀ ਤੁਸੀਂ ਅੱਜ ਵੀ ਇੱਦਾਂ ਦੀਆਂ ਸਟੇਟਮੈਂਟਾਂ ਦਊਂਗੇ ਤਾਂ ਦੁਨੀਆ ਸੁਣੀ ਜਾਊਗੀ। ਮੁੜ ਕੇ ਕੋਈ ਅੱਜ ਦੇ ਸਮੇਂ 'ਚ ਮੈਂ ਕਹਿੰਦਾ ਕੋਈ ਭਿੰਡਰਾਂ ਵਾਲਾ ਇੱਦਾਂ ਖੜਾ ਹੋ ਜਾਏ, ਕੋ ਬਣ ਕੇ ਉਸ ਪੱਧਰ ਦਾ ਹੋ ਜਾਏ, ਸਰਕਾਰ ਵੀ ਉਹਦੇ ਪਿੱਛੇ ਹੋ ਜਾਏ, ਅੱਜ ਉਹ ਕਰਕੇ ਦਿਖਾਲੇ। ਨਹੀਂ ਸੁਣਨੀ ਕਿਸੇ ਨੇ ਗੱਲ, ਠੀਕ ਹੈ, ਇੱਕ ਵਾਰੀ ਦੇਖ ਲਿਆ, ਲੋਕ ਬੋਲ ਨਹੀਂ ਰਹੇ ਉਹਦਾ ਮਤਲਬ ਤੁਹਾਨੂੰ ਲੱਗਦਾ। ਔਰ ਇੱਕ ਮੈਂ ਹੋਰ ਦੱਸ ਦਿੰਦਾ, ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਆ ਉਹਨਾਂ ਨੂੰ ਵੀ ਬੇਨਤੀ ਆ, ਆ ਜਿਹੜੇ ਸਾਡੇ ਕਥਾਕਾਰ ਆ ਘੱਗੇ ਹੁਣੀ ਜਿਹੜੇ ਜਿੰਨੇ ਵੀ ਵਿਦਵਾਨ ਬੰਦੇ ਆਪਣੇ ਆਪ ਨੂੰ ਕਹਾਉਂਦੇ, ਇੱਕੋ ਹੀ ਗੱਲ ਇਹਨੂੰ ਲੱਗਦੀ ਆ, ਇਹ ਜੀ ਰੇਡੀਓ ਵਾਲਿਆਂ ਦੀ ਭਾਸ਼ਾ ਠੀਕ ਨਹੀਂ। ਮੈਂ ਦੱਸ ਦਿੰਦਾ ਜੇ ਇਹ ਭਾਸ਼ਾ ਨਾ ਵਰਤੀ ਨਾ, ਉਹ ਘੱਗਿਆ ਛੱਗਿਆ ਤੇਰੇ ਵਰਗਿਆਂ ਨੂੰ ਘਰੇ ਆ ਕੇ ਠੋਕਿਆ ਕਰਨਾ ਤੀਜੇ ਦਿਨ ਉਹਨਾਂ ਨੇ। ਇਹ ਭਾਸ਼ਾ ਅਡੋਪਟ ਕਰਨੀ ਪੈਣੀ, ਤੁਹਾਨੂੰ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ ਪੈਣਾ। ਧੁੰਦੇ ਹੁਣਾਂ ਤੋਂ ਅੱਜ ਤਾਂ ਜਾਪ ਕਰਵਾਇਆ ਉਹਨਾਂ ਨੇ ਭਲਕੇ ਨੂੰ ਤੁਹਾਡੀਆਂ ਤੀਵੀਆਂ ਦੀਆਂ ਨੌਂਦੀਆਂ ਦੀਆਂ ਵੀਡੀਓ ਵੀ ਬਣਾਉਣੀਆਂ ਵੀ ਤੁਸੀਂ ਇਸ਼ਨਾਨ ਨਹੀਂ ਕਰਦੇ ਸਵੇਰੇ। ਜੇ ਨਾ ਉਹਨਾਂ ਨੂੰ ਜਵਾਬ ਦਿੱਤਾ ਠੋਕਵਾਂ, ਤਾਂ ਦੇਖਿਓ ਤੁਹਾਡਾ ਬਣਾਉਣਾ ਕੀ ਆ, ਤੁਹਾਡੀ ਵਿਧਵਤਾ ਮੁੜ ਕੇ ਅਗਲੇ ਨੇ ਐਨ ਪਛਵਾੜੇ ਦੇਣੀ ਆ। ਮੁੜ ਕੇ ਗੁੱਸਾ ਨਾ ਕਰਿਓ ਮੇਰੀਆਂ ਗੱਲਾਂ ਦਾ। ਬੜੇ 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 ਗੁੰਡੇ ਬੰਦੇ ਆ ਇਹ, ਇਹਨਾਂ ਨੂੰ ਨਾ ਆਪਾਂ ਨਾ ਕੁਛ ਕਿਹਾ ਨਾ ਨੱਥ ਪਾਈ, ਤੰਗ ਕਰਨਗੇ ਸਾਨੂੰ ਇਹ, ਠੀਕ ਹੈ। ਉਹ ਦੇਖੋ ਉਹ ਬੰਦੇ ਰੇਡੀਓ ਦੇ ਉੱਤੇ ਫੋਨ ਕਰਕੇ ਅਮੈਰੀਕਾ 'ਚ ਬੈਠਾ ਐਡੀ ਦੂਰੋਂ ਇਹ ਭਾਸ਼ਾ ਵਰਤ ਰਿਹਾ ਆ। ਜੇ ਬੰਦਿਆਂ ਦੇ ਕੋਲ ਹਥਿਆਰ ਹੋਣ, ਜੇ ਅਸੀਂ ਇਹਨਾਂ ਦੇ ਮੂਹਰੇ ਪੇਸ਼ ਹੋ ਜਾਈਏ, ਜੇ ਇਹਨਾਂ ਦੇ ਤਖਤਾਂ 'ਤੇ ਖੜ ਜਾਈਏ ਜਾ ਕੇ, ਅਸੀਂ ਕੀ ਕਰਨਗੇ ਸਾਡਾ ਇਹ, ਠੀਕ ਹੈ। ਸਭ ਕੁਛ ਪਿੱਛੇ ਡਿੱਗ ਪੈਂਦਾ, ਸਭ ਕੁਛ ਪਿੱਛੇ ਚਲਿਆ ਜਾਂਦਾ, ਜਾਣੀ ਕੋਈ ਗੱਲ ਦੀ ਗਿਣਤੀ ਨਹੀਂ ਹੁੰਦੀ। ਜਦੋਂ ਤੁਸੀਂ ਆਪਣੇ ਅਮਾਨ ਤੋਂ, ਆਪਣੇ ਕਿਰਦਾਰ ਤੋਂ, ਆਪਣੀ ਖੁਦ ਮੁਖਤਿਆਰੀ ਤੋਂ, ਆਪਣੇ ਸਵੈ ਮਾਣ ਤੋਂ ਡਿੱਗਦੇ ਆ, ਠੀਕ ਹੈ, ਬਾਜ਼ ਆ ਜਾਓ, ਖੜ ਜਾਓ, ਅੱਜ ਵੀ ਨਹੀਂ ਕੁਛ ਕਰ ਹੁੰਦਾ ਘਰੇ ਬਹਿ ਜਾਓ, ਕਮ ਸੇ ਕਮ ਕੋਈ ਬੰਦਾ ਸਾਨੂੰ ਸਾਡੀ ਭਾਸ਼ਾ ਦੇ ਲਈ ਅਕਲਾਂ ਦੇਵੇ, ਠੀਕ ਹੈ। ਪਤਾ ਹੈ ਸਾਨੂੰ ਕੀ ਕਰਨਾ, ਅਸੀਂ ਜੋ ਮਰਜ਼ੀ ਹੋ ਜਾਏ ਇਹਨਾਂ ਦੀ ਗੁਲਾਮੀ ਨਹੀਂ ਕਬੂਲਾਂਗੇ ਅਸੀਂ, ਠੀਕ ਹੈ। ਕੋਈ ਅਰਥ ਨਹੀਂ ਹੈਗੇ ਰੇਡੀਓ ਦੇ ਸਾਡੇ ਲਈ, ਕੋਈ ਅਰਥ ਨਹੀਂ ਹੈਗੇ ਬੋਲਣ ਦੇ, ਕੀ ਲੈਣਾ ਇਹੋ ਜਿਹਾ ਰਾਜ ਤੋਂ, ਇੱਥੇ ਕੰਮ ਕਰਦੇ, ਇੱਥੇ ਨਾ ਹੋਵੇ ਹੋਰ ਕਿਤੇ ਜੀ ਲਾਂਗੇ ਅਸੀਂ, ਕੋਈ ਨਾ ਵੀ ਜੀਏ ਤਾਂ ਵੀ ਕੀ ਹੈ, ਜੀਣਾ ਵੀ ਕਾਹਦਾ ਜੀਣਾ ਆ, ਠੀਕ ਹੈ। ਆਪਾਂ ਵੀਡੀਓ ਚਲਾਉਂਦੇ ਹਾਂ ਜੀ, ਇੱਕ ਕਾਲ ਹੋਰ ਆਈ ਆ। ਹੈਲੋ ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਨਿਖਿਲ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਰੇਡੀਓ ਵਿਰਸਾ ਤੇ ਆਉਂਦੇ ਹਾਂ ਜੀ? ਹੈਲੋ, ਆਉਂਦਾ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਜੋ ਵਿਚਾਰ ਆ ਸਿਰ ਇਹਦੇ ਨਾਲ ਮਿਲਦੇ ਹਨ, ਸਮਝੇ ਕਿ ਇਸ ਕਰਕੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਇੱਕ ਆਦਮੀ ਨੇ ਵੀਡੀਓ ਦੇਖੀ, ਉਹ ਕਹਿੰਦਾ ਤੁਸੀਂ ਸਿੰਘ ਨਾਂ ਨਹੀਂ ਰੱਖ ਸਕਦੇ, ਉਹਨੂੰ ਪੁੱਛੋਗੇ। ਬਾਕੀ ਉੱਧਰ ਬਿਹਾਰ ਵਿੱਚ, ਰਾਜਸਥਾਨ ਵਿੱਚ ਜਿੰਨੇ ਸਾਰੇ ਰਾਜਪੂਤ ਆ ਉਹਨਾਂ ਦੇ ਨਾਲ ਸਿੰਘ ਰੱਖਿਆ, ਇਹਦਾ ਮਤਲਬ ਸਾਨੂੰ ਹੁਣ ਸਿੰਘ ਲਾਉਣ ਲਈ ਸਾਨੂੰ ਪਹਿਲਾਂ ਅੰਮ੍ਰਿਤ ਛਕਣਾ ਪਊਗਾ। ਹੁਣ ਮੇਰੇ ਬਾਬੇ ਦਾ ਨਾਂ ਸਿੰਘ ਸੀਗਾ, ਮੇਰੇ ਡੈਡੀ ਦਾ ਨਾਂ ਸਿੰਘ ਸੀਗਾ, ਉਹ ਮੇਰਾ ਸਿੰਘ ਸੀਗਾ, ਮੈਂ ਵੀ ਸਿੰਘ ਰੱਖ ਲਿਆ। ਇਸ ਕਰਕੇ ਅਸੀਂ ਸਿੰਘ ਨਹੀਂ ਰੱਖ ਸਕਦੇ। ਨਹੀਂ, ਉਹ ਕੌਣ ਹੁੰਦੇ ਕਹਿਣੇ ਵਾਲੇ ਜੀ, ਸਾਨੂੰ ਅਸੀਂ ਕਿਹੜੀ ਉਹਨਾਂ ਦੀ ਪਰਵਾਹ ਕਰਦੇ ਆ, ਉਹਨਾਂ ਦੀ ਪਰਵਾਹ ਥੋੜੀ ਕਰਦੇ ਆ ਅਸੀਂ। ਨਾਲੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਜਿਹੜਾ ਪਿੰਦਰਾ ਵਾਲਾ ਉਹਨੂੰ ਤਾਂ ਇੰਨਾ ਵੀ ਨਹੀਂ ਪਤਾ ਸੀਗਾ ਇੱਕ ਸੁਣ ਨੇੜੇ ਕਿ ਰੱਬ ਨੇੜੇ ਰਾਏ, ਨਾਲੇ ਉਹਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ 71 ਦੀ ਲੜਾਈ ਹੋਈ ਆ,
ਪਾਕਿਸਤਾਨ ਨੇ 70,000 ਜਿਹੜੇ ਸੋਲਜਰ ਸੀਗੇ ਉਹ ਸਰੈਂਡਰ ਕਰਾਏ। ਉਹਨੂੰ ਜਦੋਂ ਉਹਦੇ ਜਨਰਲ ਨੂੰ ਪੁੱਛਿਆ, ਉਹ ਕਹਿੰਦਾ ਸਾਡੇ ਕਹਿੰਦਾ ਮੈਂ ਸਰੈਂਡਰ ਨਾ ਕਰਦਾ ਤਾਂ 70,000 ਆਪਣੇ ਸੋਲਜਰ ਮਿਟਾ ਲੈਣਗੇ, ਕੋਈ ਗੱਲ ਨੀ ਆਪਾਂ ਫਿਰ ਵੀ ਕਿਤੇ ਗੱਲ ਕਰ ਸਕਦੇ ਆ। ਤੁਸੀਂ ਆਪਣੇ ਮਿਸ਼ਨ ਵਿਚ ਕਾਮਯਾਬ ਹੋ, ਮੈਂ ਤਾਂ ਇਹ ਕਰ ਲੈਂਦਾ ਕਹਿਣਾ ਇੱਕ ਆਦਮੀ ਇਹੋ ਜਿਹਾ ਜੋ ਕਿ ਮੇਰੇ ਹੰਡ ਚ ਚੱਲ ਇੱਥੇ ਉਹ 84 ਵਿੱਚ ਹੋਇਆ ਇੱਥੇ ਸਾਰੇ ਸਾਡੇ ਪੋਸਟਰ ਲਾ ਤੇ ਖਾਲਿਸਤਾਨ ਦੇ, ਮੈਂ ਜਾ ਕੇ ਸਾਰੇ ਇੱਕ ਇੱਕ ਜਿਹੜਾ ਸੀਗਾ ਮੈਂ ਸਾਰੇ ਉਹ ਪਾੜੇ ਸਮਝ ਨੇ ਇਹ ਸਭ ਕੁਛ ਇਹ ਪਾਵੇ ਹੁਣ ਸਾਨੂੰ ਸਾਨੂੰ ਸਲੇਹ ਬਣਾਉਣਾ ਭਾਈ ਪਾਵੇ ਜਿੰਨੇ ਸਾਰੇ ਸਾਰੇ ਗੁਰਦੁਆਰੇ ਵਿੱਚ ਤੁਸੀਂ ਇਹਨਾਂ ਨੂੰ ਕੁੱਤੇ ਨਾ ਕਿਆ ਕਰੋ, ਕੁੱਤੇ ਤਾਂ ਬਹੁਤ ਸਿਆਣੇ ਆ, ਇਹਨਾਂ ਨੂੰ ਹਲਕੇ ਕੁੱਤੇ ਕਿਆ ਕਰੋ, ਹਲਕੇ ਕੁੱਤੇ ਆ ਇਹ ਦੂਜੇ ਕੁੱਤੇ ਦਾ ਉਹ ਤਾਂ ਆਪਣੇ ਮਾਸਟਰ ਦੀ ਕਿਤੇ ਸੇਵਾ ਕਰ, ਉਹ ਤਾਂ ਤੁਸੀਂ ਇੱਥੇ ਦੇਖ ਲਓ ਕੁੱਤੇ ਤਾਂ ਮੈਂ ਸਟੋਰੀਆਂ ਦੱਸ ਸਕਦਾ ਜਿੰਨੇ ਉਹ ਸਿਆਣੇ ਆ, ਇਹ ਤਾਂ ਕੁੱਤਿਆਂ ਤੋਂ ਵੀ ਬੈੜੇ, ਤਾਂ ਹਲਕੇ ਕੁੱਤੇ ਕਿਆ ਕਰੋ ਜੀ। ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ, ਸਭ ਕੁਛ ਹੋਣਗੇ, ਫਿਕਰ ਨਾ ਕਰੋ ਤੁਸੀਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਮੇਰੀ ਲਾਈਫ ਬਣਾ ਦਿੱਤੀ, ਮੈਂ ਹੁਣ ਥੋੜਾ ਚਿਰ ਮੈਨੂੰ ਕੈਂਸਰ ਹੋਇਆ ਪਰ ਮੈਂ ਹੁਣ ਬੜਾ ਖੁਸ਼ੀ ਹੋ ਕੇ ਮਰੂਗਾ ਕਿ ਜੋ ਕੁਛ ਮੈਂ ਚਾਹੁੰਦਾ ਇੱਕ ਆਦਮੀ ਨੇ ਉਹ ਛੋਟਾ ਚੁੱਕ ਲਿਆ। ਕੋਈ ਨੀ ਜੀ, ਫਿਕਰ ਨਾ ਕਰੋ, ਸਭ ਠੀਕ ਹੋਊਗਾ, ਸਭ ਠੀਕ। ਗੁਰੂ ਨੇ ਜਿਹੜਾ ਰੱਬ ਆ ਨਾ ਸਾਡੇ ਅੰਦਰ ਵਸਦਾ, ਜਿਹੜਾ ਘੱਟ ਘੱਟ ਚ ਵਸਦਾ ਉਹੀ ਆ ਸਮਾਜ ਸੋਹਣਾ, ਇਸੇ ਕਰਕੇ ਆ ਨਾ ਬੈਲੈਂਸ ਹੋ ਰਿਹਾ ਹੈ ਸਾਰਾ ਕੁਝ। ਜਿਹੜਾ ਕੁਲਦੀਪ ਸਿੰਘ ਅਮਰੀਕਾ ਵਾਲਾ ਪੁੱਛਦਾ ਸੀ ਨਾ ਵੀ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ ਆ, ਭਾਈ ਸਾਨੂੰ ਕੰਮ ਆ, ਅਸੀਂ ਦੱਸ ਦਿੰਦੇ ਹਾਂ, ਤੁਹਾਡੇ ਵਰਗੇ ਪਸ਼ੂਆਂ ਨੂੰ ਨੱਥ ਪਾਉਣ ਲਈ ਅਸੀਂ ਬੈਠੇ ਹਾਂ, ਦੇਖੀ ਕੁਲਦੀਪ ਸਿੰਘ ਤੇਰਾ ਬਣਾਉਣੇ ਕੀ ਆ, ਯਾਦ ਰੱਖੀ ਇਹ ਗੱਲ, ਲਿਖ ਲਈ ਡੈਰੀ ਚ, ਜੇ ਰਿਕਾਰਡ ਹੋ ਸਕੀ ਤਾਂ ਆਪਣੇ ਫੋਨ ਚ ਪਾ ਲਈ, ਰੋਜ਼ ਸੁਣਿਆ ਕਰ ਇਹਨੂੰ, ਸ਼ਾਇਦ ਤੇਰੇ ਅੰਦਰ ਜਲਣ ਆਵੇ, ਤੈਨੂੰ ਆਪਣੇ ਆਪ ਚ ਇਸ ਗੱਲ ਤੇ ਗੁੱਸਾ ਆਵੇ, ਇੱਦਾਂ ਲਿਆਈ ਗੁੱਸਾ, ਪਾਲੀ ਉਸ ਗੁੱਸੇ ਨੂੰ ਔਰ ਕੁਛ ਕਰੀ ਇਹਦੇ ਲਈ, ਦੇਖੀ ਇੱਕ ਇੱਕ ਪਰਤ ਕਰਕੇ ਜਿਹੜਾ ਤੁਹਾਡਾ ਟਕਸਾਲ ਰੂਪੀ ਛੋੜਾ ਹੈ ਨਾ, ਇਹ ਕਿੱਦਾਂ ਲਹਿੰਦਾ ਲੋਕਾਂ ਦੇ ਉੱਤੇ, ਕਿੱਦਾਂ ਡਿੱਗਦਾ। ਇਹ ਗੱਲ ਮੇਰੀ ਇਕੱਲੇ ਦੀ ਆਪਣੀ ਨਹੀਂ ਹੈਗੀ ਜਾਣੀ, ਮੈਂ ਦੱਸਦਾ ਤੁਹਾਡੀਆਂ ਕਰਤੂਤਾਂ ਨੇ ਡਿੱਗਣਾ ਤੁਹਾਨੂੰ, ਤੇਰੇ ਵਰਗੇ ਪਸ਼ੂ ਨੂੰ ਇੰਨਾ ਕੁਛ ਸੁਣ ਕੇ ਵੀ ਅਕਲ ਨਹੀਂ ਆਈ ਵੀ ਮੈਂ ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰਾਂ, ਤੇਰੀ ਕਾਲ ਲੈ ਲਈ ਸੀ ਅਸੀਂ ਗੱਲ ਕਰਦਾ, ਤੂੰ 5 ਮਿੰਟ 10 ਮਿੰਟ ਇੱਕ ਸਟੇਟਮੈਂਟ ਦੇ ਦਿੱਤੀ ਸੀ ਉਹਦਾ ਜਵਾਬ ਲੈ ਲੈਂਦਾ ਮੇਰੇ ਕੋਲੋਂ, ਦੂਜੀ ਕਰਦਾ ਫਿਰ ਉਹਦਾ ਲੈ ਲੈਂਦਾ, ਤੀ ਫਿਰ ਇਮਾਨਦਾਰੀ ਨਾਲ ਕਰਦਾ, ਮੇਰੇ ਸਾਹਮਣੇ ਮੇਰੀਆਂ ਸਟੇਟਮੈਂਟਾਂ ਨੂੰ ਤੋੜ ਕੇ ਪੇਸ਼ ਕਰਨ ਲੱਗਾ ਹੈ, ਤੂੰ ਤੈਨੂੰ ਕੀ ਲੱਗਦਾ ਤੁਹਾਡੇ ਕਹਿਣ ਦੇ ਨਾਲ ਕਿਤੇ ਗੱਲਾਂ ਬਦਲ ਜਾਣੀਆਂ। ਇੱਦਾਂ ਕੋਈ ਗੱਲ ਨਹੀਂ ਵੀਰਾ, ਦੇਖੀ ਸੀ ਬਣਾਉਣੇ ਕੀ ਆ, ਔਰ ਸਾਡੇ ਜਿਹੜਾ ਸਾਡਾ ਇਰਾਦਾ ਹੈ ਨਾ ਉਹਦੇ 'ਚ ਪਰਪੱਕਤਾ ਤੁਹਾਡੇ ਵਰਗੇ ਬੰਦੇ ਦੇ ਕੇ ਜਾਂਦੇ ਆ, ਸਾਨੂੰ ਲੋੜ ਨਹੀਂ ਰਹਿ ਜਾਂਦੀ ਕੋਈ, ਅੱਜ ਅਸੀਂ ਜੀਤੇ ਦੀ ਵੀਡੀਓ ਕਰਨੀ ਆ, ਅਸੀਂ ਤਾਂ ਗੱਲਾਂ ਕਰਨੀਆਂ ਸੀ, ਤੁਹਾਡੇ ਵਰਗੇ ਬੰਦੇ ਸਾਬਤ ਕਰਕੇ ਜਾਂਦੇ ਆ ਵੀ ਭਿੰਡਰਾਂ ਵਾਲੇ ਨੇ ਗੁੰਡਾਗਰਦੀ ਕੀਤੀ ਆ,
ਜੇ ਜੀਤਾ ਉਹਦੀ ਪ੍ਰੋੜਤਾ ਕਰਦਾ, ਜੇ ਖੰਡਾ ਉਹਦੀ ਪ੍ਰੋੜਤਾ ਕਰਦਾ, ਜੇ ਜੱਗ ਵਾਲੇ ਉਹਦੀ ਪ੍ਰੋੜਤਾ ਕਰਦੇ ਆ, ਕੁਲਦੀਪ ਸਿੰਘ ਦੀ ਪ੍ਰੋੜਤਾ ਕਰਦਾ, ਤੇ ਗਰੰਟੀ ਆ ਭਿੰਡਰ ਵਾਲਾ ਗੁੰਡਾ ਸੀ। ਇੱਕ ਵਾਰੀ ਨਹੀਂ 100 ਵਾਰੀ ਸੁਣੋਗੇ ਤੁਸੀਂ, ਤੁਹਾਨੂੰ ਸਾਬਤ ਕਰਨਾ ਪੈਣਾ। ਉਹ ਕਿਸੇ ਦੇ ਪਾਠ ਕਰਨ ਦੇ ਨਾਲ ਗੁੰਡੇ ਗੁੰਡੇ ਬਥੇਰੀ ਪੂਜਾ ਕਰਦੇ ਆ, ਅੱਜ ਤੱਕ ਗੁੰਡੇ ਮੰਦਰਾਂ 'ਚ ਨਹੀਂ ਜਾਂਦੇ ਦੇਖੇ ਦੁਨੀਆ ਨੇ। ਜਿਹੜੇ ਚੰਬਲ ਦੇ ਡਾਕੂ ਆ, ਉਹ ਦੇਵੀਆਂ ਦੀ ਪੂਜਾ ਨਹੀਂ ਕਰਦੇ, ਵਰਤ ਵੀ ਰੱਖਦੇ ਆ ਭਰਾਵਾ। ਉਹ ਸਾਰਾ ਕੁਛ ਹੁੰਦਾ ਆ, ਠੀਕ ਹੈ। ਜੀਣਾ ਮੋੜ ਵੀ ਕਹਿੰਦੇ ਉੱਥੇ ਛੱਤਰ ਚੜ੍ਹਾ ਕੇ ਆਇਆ ਸੀ ਦੇਵੀ ਦੇ। ਇਸ ਕਰਕੇ ਫਿਕਰ ਨਾ ਕਰੇ ਇਹ ਗੱਲਾਂ ਦਾ, ਸਾਰਾ ਕੁਛ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਆਊਗਾ। ਹੌਸਲਾ ਰੱਖਿਓ ਥੋੜ੍ਹਾ ਜਿਹਾ। ਚਲੋ ਠੀਕ ਹੈ ਜੀ, ਆਪਾਂ ਹਾਂਜੀ ਵੀਡੀਓ ਸ਼ੁਰੂ ਕਰ ਲੈਂਦੇ ਹਾਂ ਜੀਤੇ ਦੀ। ਉਹਦੇ ਉੱਤੇ ਜਿਹੜੀ ਕੋਈ ਟਿੱਪਣੀ ਹੁੰਦੀ ਆ ਉਹਨੂੰ ਆਪਾਂ ਕਰਦੇ ਜਾਂਦੇ ਹਾਂ। ਬੇਨਤੀ ਹੈ ਕਾਲਾਂ ਘੱਟੋ ਘੱਟ ਜਾਣੀ, 5-7 ਕਾਲਾਂ ਜਿਹੜੀਆਂ ਲੰਘ ਜਾਂਦੀਆਂ ਆ, ਫਿਰ ਕਿਤੇ ਇੱਕ ਅੱਧੀ ਕਾਲ ਅਸੀਂ ਲੈਂਦੇ ਹਾਂ। ਮੋਬਾਈਲ ਦੇ ਉੱਤੇ ਕਈ ਕਾਲਾਂ ਆ ਗਈਆਂ, ਬੇਨਤੀ ਆ ਹੱਥ ਬੰਨ ਕੇ। ਸਾਨੂੰ ਅਸੀਂ ਕਹਿੰਦੇ ਸੀ ਆਖਰੀ ਘੰਟਾ, ਮੈਨੂੰ ਲੱਗਦਾ ਹੁਣ ਆਖਰੀ ਘੰਟੇ 'ਚ ਵੀ ਅਸੀਂ ਨਾ ਲਈਏ ਤਾਂ ਵਧੀਆ ਆ, ਕਿਉਂਕਿ ਟਾਈਮ ਸਾਡਾ ਲਗਭਗ ਅੱਧਾ ਟਾਈਮ ਜਿਹੜਾ ਆ ਉਹ 2 ਘੰਟੇ ਹੋ ਚੱਲੇ ਆ ਸਾਨੂੰ। 1 ਘੰਟਾ 50 ਮਿੰਟ ਹੋ ਗਿਆ ਸਾਨੂੰ ਬੈਠਿਆਂ ਨੂੰ। ਅਸੀਂ ਵੀਡੀਓ ਜਿਹੜੀ ਆ ਉਹ 'ਤੇ ਗੱਲ ਕਰ ਲਈਏ ਪਹਿਲਾਂ, ਨਹੀਂ ਤਾਂ ਵੀਡੀਓ ਲੰਬੀਆਂ ਹੋ ਜਾਣੀਆਂ ਆ, ਉਹਨਾਂ ਦੀਆਂ ਕੰਮ ਵਧੀ ਜਾਣਾ ਆ, ਸਾਨੂੰ ਫਿਰ ਆਡੀਓ ਪ੍ਰੋਗਰਾਮਾਂ ਦੇ ਵਿੱਚੋਂ ਡਿਸਕਸ ਕਰਨੀਆਂ ਪੈਣੀਆਂ। ਅੱਜ ਜੇ ਅਸੀਂ ਟਾਈਮ ਕੱਢ ਕੇ ਆਏ ਹਾਂ, ਥੋੜ੍ਹਾ ਜਿਹਾ ਤਰਸ ਕਰੋ ਸਾਡੇ ਉੱਤੇ, ਅਤੇ ਤੁਹਾਡੀਆਂ ਗੱਲਾਂ ਆਪਾਂ ਕੋਈ ਨਹੀਂ ਅੱਗੇ ਪਿੱਛੇ ਕਰਕੇ ਡਿਸਕਸ ਕਰ ਲਾਂਗੇ। ਹਾਂ, ਜੇ ਕੋਈ ਵਿਰੋਧੀ ਹੋਇਆ ਉਹਨੂੰ ਬੇਨਤੀ ਆ ਜ਼ਰੂਰ ਆਪਣੀ ਕਾਲ ਜਿਹੜੀ ਆ ਉਹ ਤੁਸੀਂ ਕਰਿਓ। ਇੱਕ ਵਾਰੀ ਨਾ ਵੀ, ਅਸੀਂ ਕੋਸ਼ਿਸ਼ ਕਰਾਂਗੇ ਹਰੇਕ ਕਾਲ ਨੂੰ ਲੈਣ ਦੀ, ਪਰ ਕਰਿਓ ਵਜ੍ਹਾ ਦੇ ਵਿੱਚ, ਤਮੀਜ਼ ਦੇ ਨਾਲ ਤੁਸੀਂ ਆਪਣਾ ਸਵਾਲ ਕਰੋ ਅਤੇ ਸਾਡੇ ਕੋਲੋਂ ਲੈ ਲਓ, ਠੀਕ ਹੈ। ਮੁੜ ਕੇ ਤੁਸੀਂ ਆ, ਸਾਡਾ ਨਿਊਜ਼ੀਲੈਂਡ ਨਾਲ ਬਦਵਾਨ ਲੱਗਾ ਸੀ ਰੌਲਾ ਪਾਉਣ, ਕਹਿੰਦਾ ਅਕਸਾ ਦਿੰਦਾ ਬੰਦੇ ਨੂੰ, ਠੀਕ ਹੈ। ਹੁਣ ਜੀ ਜੀ ਕਰਦਿਆਂ ਨੂੰ ਯਾਰ, ਜੇ ਬੰਦੇ ਇਹ ਕੁਛ ਕਰ ਰਹੇ ਆ, ਇੱਦਾਂ ਇੰਨਾ ਸਬਰ ਅਸੀਂ ਕਿੰਨਾ ਰੱਖਾਂਗੇ ਸਬਰ, ਠੀਕ ਹੈ। ਵੈਸੇ ਵੀ ਬੇਨਤੀ ਹੈ ਜੀ, ਅਸੀਂ ਅਸੀਂ ਮੈਂ ਤਾਂ ਕਹਿੰਦਾ ਰੇਡੀਓ ਦੇ ਸ਼ੁਰੂ 'ਚ ਪੱਕਾ ਅਸੀਂ ਲਿਖ ਕੇ ਲਾ ਦਈਏ ਵੀ ਜਿਹੜੇ ਬੱਚੇ ਆ ਉਹ ਪ੍ਰੋਗਰਾਮ ਨਾ ਸੁਣਿਆ ਕਰਨ, ਠੀਕ ਹੈ। ਠੀਕ ਹੈ, ਇਹਨਾਂ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਉੱਦਾਂ ਦੀਆਂ ਗੱਲਾਂ ਫਿਰ ਸਾਡੇ ਕੋਲੋਂ ਸੁਣਦੇ ਆ, ਠੀਕ ਹੈ। ਪਰ ਇਹ ਗੱਲ ਸਾਨੂੰ ਜਿਹੜੀ ਆ ਬੜੀ ਗੰਭੀਰਤਾ ਦੇ ਨਾਲ ਵਿਚਾਰਨੀ ਪੈਣੀ ਆ ਵੀ ਕੀ ਅਸੀਂ ਅਵਤਾਰ ਸਿੰਘ ਵਾਂਗ ਇੱਦਾਂ ਗਲ ਦੇ ਵਿੱਚ ਪਰਨਾ ਪਾ ਕੇ ਉੱਥੇ ਜਥੇਦਾਰਾਂ ਦੇ ਮੂਹਰੇ ਪਸ਼ੂਆਂ ਗੁਲਾਮਾਂ ਵਾਂਗ, ਭੇਡਾਂ ਬੱਕਰੀਆਂ ਵਾਂਗ ਖੜ੍ਹੇ ਹੋਣਾ, ਜਾਂ ਅਸੀਂ ਅਣਖ ਦੇ ਨਾਲ ਜੀਣਾ। ਜਿੱਦਣ ਅਸੀਂ ਇਹਨਾਂ ਤੋਂ ਆਜ਼ਾਦ ਹੋ ਕੇ ਆਪਣੀ ਖੁਦਮੁਖਤਿਆਰੀ ਦੇ ਨਾਲ ਜੀਣ ਦੀ ਗੱਲ ਕਰਾਂਗੇ, ਉੱਦਣ ਕੁਲਦੀਪ ਸਿੰਘ ਵਰਗੇ ਬੰਦੇ ਜਿਹੜੇ ਆ, ਜਿਹੜੇ ਜਦੋਂ ਨਾ ਗੁਰੂ ਸਾਹਿਬ ਆਸਾ ਕੀ ਵਾਰ ਦੇ ਵਿੱਚ ਗੱਲ ਕਰਦੇ ਆ, ਰਾਜੇ ਸ਼ੀਂ ਮੁਕੱਦਮ ਕੁੱਤੇ, ਠੀਕ ਹੈ ਜੀ। ਇਹ 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 ਮੁਕੱਦਮ, ਇਹ ਚੌਧਰੀ, ਇਹ ਉਹਨਾਂ ਦੇ ਅਹਿਲਕਾਰ ਜਿਹੜੇ ਆ ਨਾ ਇਸ ਸਿਸਟਮ ਦੇ, ਇਹ ਕੁੱਤਿਆਂ ਵਾਂਗ ਫਿਰ ਇੱਦਾਂ ਨੋਚ ਨੋਚ ਕੇ ਤੁਹਾਨੂੰ ਇੱਦਾਂ ਹੱਕ ਹੱਕ ਕੇ ਤੁਹਾਨੂੰ ਉਹਨਾਂ ਦੇ ਬਾੜੇ ਵਿੱਚ ਲਿਜਾ ਕੇ ਖੜ੍ਹੇ ਕਰਦੇ ਆ, ਅਤੇ ਉਹ 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 ਜਿਹੜੇ 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 ਸ਼ੀਂ ਆ ਉਹਨਾਂ ਦੇ ਉਹਨਾਂ ਦਾ ਸ਼ਿਕਾਰ ਬਣ ਸਕੋ ਤੁਸੀਂ, ਠੀਕ ਹੈ, ਉਹਨਾਂ ਦੀ ਖੁਰਾਕ ਬਣ ਸਕੋ ਤੁਸੀਂ। ਜੇ ਚਾਹੁੰਦੇ ਅਸੀਂ ਆਪਣੇ ਆਪ ਨੂੰ ਇੱਕ ਖੁੱਲ੍ਹੀ ਉਡਾਰੀ ਲਾਉਣੀ, ਜਾਣੀ ਇਹਦਾ ਨਜ਼ਾਰਾ ਬੜਾ ਬੜਾ। ਅੱਜ ਕਿਸੇ ਨੇ ਫੇਸਬੁੱਕ 'ਤੇ ਪਾਇਆ ਸੀ, ਉਹ ਕਹਿੰਦੇ ਵੀ ਜਿਹੜਾ ਪਿੰਜਰੇ ਦੇ ਵਿੱਚ ਪੰਛੀ ਹੈ ਨਾ, ਹਾਂਜੀ, ਜਿਹੜਾ ਉੱਥੇ ਜੰਮਦਾ, ਉੱਥੇ ਪਲਦਾ, ਉੱਥੇ ਮਰਦਾ ਆ, ਜਦੋਂ ਬਾਹਰ ਦੂਜਿਆਂ ਨੂੰ ਉੱਡਦੇ ਦੇਖਦਾ, ਉਹਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਇਹ ਕੋਈ ਬਿਮਾਰੀ ਆ, ਉੜਨਾ ਇਹ ਠੀਕ ਨਹੀਂ ਹੈ, ਠੀਕ ਨਹੀਂ ਹੈਗੇ ਇਹ। ਜੇ ਠੀਕ ਹੁੰਦੇ ਤਾਂ ਮੇਰੇ ਵਰਗੇ ਹੁੰਦੇ ਵੀ ਪਿੰਜਰੇ 'ਚ, ਦੇਖੋ ਹੁਣ ਅਸੀਂ ਇੱਦਾਂ ਨਾ ਸਮਝ ਲਈਏ ਵੀ ਜਿਹੜੇ ਜਿਹੜੇ ਖੁਦਮੁਖਤਿਆਰੀ ਨਾਲ ਜੀਂਦੇ ਆ ਉਹ ਸ਼ਾਇਦ ਮਾਨਸਿਕ ਰੋਗੀ ਆ ਭਾਈ। ਇੱਦਾਂ ਕਈ ਵਾਰੀ ਤਾਂ ਵਿਦਵਾਨਾਂ ਦੀਆਂ ਗੱਲਾਂ ਸੁਣ ਕੇ ਇੱਦਾਂ ਲੱਗਦਾ ਵੀ ਪਿੰਜਰੇ ਦੇ ਵਿੱਚ ਰਹਿ ਕੇ ਇੱਦਾਂ ਦੇ ਹੋ ਚੁੱਕੇ ਆ ਨਾ, ਇੱਦਾਂ ਹੈ ਨਾ ਵੀ ਅਸੀਂ ਤਾਂ ਇਹਨਾਂ ਲਈ, ਤਖਤਾਂ ਦੇ ਜਥੇਦਾਰਾਂ ਲਈ, ਟਕਸਾਲਾਂ ਦੇ ਵਰਤਣ ਵਾਲੀ ਚੀਜ਼ ਆ, ਹੈ ਨਾ। ਅਸੀਂ ਇਹਨਾਂ ਦੇ ਮੂਹਰੇ ਥੋੜ੍ਹੇ ਬੋਲ ਸਕਦੇ ਹਾਂ, ਅਸੀਂ ਉੱਚੀ ਆਵਾਜ਼ ਕਿੱਦਾਂ ਇਹਨਾਂ ਦੇ ਗਾਲਾਂ ਤਾਂ ਉਹਨੇ ਕੱਢਣੀਆਂ, ਅਸੀਂ ਕਿੱਦਾਂ ਕਹਿ ਸਕਦੇ ਇਹਨਾਂ ਨੂੰ, ਹੈ ਨਾ। ਅਸੀਂ ਤੁਸੀਂ ਤੁਸੀਂ ਕਰੀਏ, ਇੱਦਾਂ ਗਲ 'ਚ ਪੱਲੂ ਪਾ ਕੇ ਖੜੀਏ, ਉਹ ਤੂੰ ਤੂੰ ਕਰਕੇ ਦਬ ਕੇ ਮਾਰਨ ਸਾਨੂੰ, ਅਸੀਂ ਥੋੜ੍ਹਾ ਬੋਲ ਸਕਦੇ ਮੂਹਰੇ। ਬਿਲਕੁਲ,
ਵੀ ਜਿਹੜਾ ਇੱਦਾਂ ਬੋਲਣਾ ਆ ਉਹ ਫਿਰ ਉਹ ਸਦਾਈ ਹੁੰਦੇ ਆ, ਉਹ ਨਹੀਂ, ਉਹ ਠੀਕ ਨਹੀਂ। ਨਾਲੇ ਜਨਮ ਤੋਂ ਉਹਨੇ ਬੰਦੇ ਨੇ ਤਾਂ ਰੋਸ਼ਨੀ ਨਾ ਦੇਖੀ ਹੋਊ, ਸਾਨੂੰ ਤਾਂ ਗੁਰੂ ਸਾਹਿਬ ਨੇ ਦਿਖਾਈ ਆ, ਸਾਨੂੰ ਤਾਂ ਦਿਖਾਈ ਨਜ਼ਾਰਾ, ਉਹ ਨਜ਼ਾਰਾ। ਨਾਲੇ ਜਦੋਂ ਜਦੋਂ ਨਾ ਜਦੋਂ ਇੱਕ ਗੱਲ ਦੱਸ ਦਿੰਦਾ ਮੈਂ ਸਰੋਤਿਆਂ ਨੂੰ, ਜਦੋਂ ਤੁਸੀਂ ਇਹ ਆਨੰਦ ਮਾਣ ਲੈਂਦੇ ਆ ਨਾ, ਜਦੋਂ ਤੁਸੀਂ ਇਹ ਸਵਾਦ ਲੈਣਾ ਸ਼ੁਰੂ ਕਰ ਦਿੰਦੇ ਆ, ਤੇ ਹੈਗਾ ਹੀ ਵੱਖਰਾ ਆ, ਇਹਦਾ 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 ਮੁਕਾਬਲਾ ਕੋਈ ਨਹੀਂ। ਫਿਰ ਜਦੋਂ ਅਸੀਂ ਕਹਿੰਦੇ ਆ ਨਾ ਵੀ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਹੋਣ ਲੱਗੇ, ਡਰੇ ਕਿਉਂ ਨਹੀਂ, ਘਬਰਾਏ ਕਿਉਂ ਨਹੀਂ, ਦਸਵੇਂ ਪਾਤਸ਼ਾਹ ਨੂੰ ਇਹ ਫਿਕਰ ਕਿਉਂ ਨਹੀਂ ਹੋਇਆ ਵੀ ਮੈਂ ਇੱਦਾਂ ਪੰਗਾ ਲੈਣ ਲੱਗਾ, ਮੇਰੇ ਨਿੱਕੇ ਨਿੱਕੇ ਬੱਚੇ ਆ ਕੀ ਬਣੂੰਗਾ। ਤੁਸੀਂ ਸੋਚ ਕੇ ਦੇਖੋ ਵੀ ਇਹ ਤੋਂ ਵੱਧ ਕੀ ਹੋ ਸਕਦਾ, ਜਿੰਨੀ ਨਿਰਦੈਤਾ ਦੇ ਨਾਲ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਇਹ ਤੋਂ ਵੱਧ ਕੀ ਹੋ ਸਕਦਾ। ਅਤੇ ਉਹ ਤੋਂ ਪਹਿਲਾਂ ਆਪਣੀ ਉਮਰ ਉਹਨਾਂ ਦੀ 9 ਸਾਲ ਦੀ ਸੀ, 9 ਸਾਲ ਦੀ ਉਮਰ ਵਿੱਚ ਜਦੋਂ ਕੋਈ ਬੱਚਾ ਆਪਣੇ ਬਾਪ ਦਾ ਕੱਟਿਆ ਹੋਇਆ ਸਿਰ ਦੇਖੇ, ਕਿਸੇ ਨਿਆਣੇ ਮੂਹਰੇ ਕੁੱਕੜ ਨੂੰ ਉਹਦੀ ਧੌਣ ਮਰੋੜ ਕੇ ਉਹ ਵੀ ਸਿਰੇ ਦਾ ਰੱਖ ਕੇ ਦਿਖਾ ਲਏ, ਲਹੂ ਹੋਵੇ ਲੱਗਾ ਉਹਨੂੰ, ਦੇਖਿਓ ਕਿੱਦਾਂ ਚੀਕਾਂ ਮਾਰਦਾ। ਤਾਂ ਜਿਸ ਬੱਚੇ ਨੇ 9 ਸਾਲ ਦੀ ਉਮਰ 'ਚ ਆਪਣੇ ਬਾਪ ਦਾ ਕੱਟਿਆ ਹੋਇਆ ਸਿਰ ਦੇਖਿਆ ਹੋਵੇ, ਉਹਦੇ ਅੰਦਰ ਉਹਦੇ ਦਿਮਾਗ 'ਚ ਮੈਸੇਜ ਨਹੀਂ ਜਾਂਦਾ ਵੀ ਇਹ ਤੋਂ ਵੱਧ ਕੀ ਕਰ ਦੇਣਗੇ ਮੈਨੂੰ, ਮੇਰੇ ਬੱਚਿਆਂ ਨੂੰ ਇਹ ਤੋਂ ਵੱਧ ਨਿਰਦੈਤਾ ਨਾਲ ਮਾਰ ਦੇਣਗੇ ਕਿਤੇ ਇਹ। ਫਿਰ ਮੌਤ ਦਾ ਡਰ ਜਿਹੜਾ ਨਿਕਲ ਜਾਂਦਾ ਹੈ, ਮੌਤ ਛੁੱਟੀ ਲੱਗਣ ਲੱਗ ਪੈਂਦੀ ਹੈ, ਮੌਤ 'ਤੇ ਕਾਬੂ ਪੈ ਜਾਂਦਾ, ਬੰਦੇ ਨੂੰ ਜ਼ਿੰਦਗੀ ਪਿਆਰੀ ਲੱਗਣ ਲੱਗ ਪੈਂਦੀ ਹੈ। ਜ਼ਿੰਦਗੀ ਦੇ ਨਾਲ ਨਫ਼ਰਤ ਉਨ੍ਹਾਂ ਚਿਰ ਆ ਜਿੰਨਾ ਚਿਰ ਮੌਤ ਤੋਂ ਡਰ ਆ। ਜਦੋਂ ਮੌਤ ਦਾ ਡਰ ਚੱਕਿਆ ਗਿਆ ਫਿਰ ਫਿਰ ਜ਼ਿੰਦਗੀ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ, ਫਿਰ ਜੀਣ ਦੇ ਲਈ ਬੰਦਾ ਉਪਰਾਲੇ ਕਰਨ ਲੱਗ ਪੈਂਦਾ, ਜੀਣ ਦਾ ਨਸ਼ਾ ਹੋਣ ਲੱਗ ਪੈਂਦਾ, ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਜੀਣ ਦੇ ਅਰਥ ਕੀ ਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਵੀ ਜੇ ਉਹ ਸੰਗ ਨਹੀਂ ਨਾ ਤੁਹਾਡੇ, ਜੇ ਤੁਸੀਂ ਉਹਦੇ ਵਾਂਗ ਵਿਚਰ ਨਹੀਂ ਸਕੇ, ਉਹਦੇ ਵਾਂਗ ਆਜ਼ਾਦ ਨਹੀਂ ਹੋ ਸਕੇ, ਉਸ ਇੱਕ ਵਾਂਗ ਖੁਦ ਮੁਖਤਿਆਰ ਨਹੀਂ ਹੋ ਸਕੇ, ਇਹਨਾਂ ਦੇ ਡਰਾਂ ਤੋਂ, ਉਹਨਾਂ ਦੀਆਂ ਗੁਲਾਮੀਆਂ ਤੋਂ ਮੁਕਤ ਨਹੀਂ ਹੋ ਸਕੇ, ਫਿਰ ਸਭ ਹਰਾਮ ਜ਼ਿੰਦਗੀ ਦੇ ਵਿੱਚ ਖਾਣਾ ਪੀਣਾ ਸੌਣਾ, ਤਵੀ ਤਾਂ ਤਵੀ ਦਾ ਤਵੀ 'ਤੇ ਬਹਿਣਾ ਤਾਂ ਨਸ਼ਾ ਆ, ਮੌਤ ਨੂੰ ਤਾਂ ਖੇਲ ਸਮਝਦਾ ਬੰਦਾ, ਇਹਨਾਂ ਦੇ ਹੱਥ ਆ ਕਿਤੇ। ਮਰ ਤਾਂ ਬੰਦਾ, ਸ਼ੂਗਰ ਵੱਧ ਗਏ ਤਾਂ ਪਤਾ ਨਹੀਂ ਸਾਹ ਕਿਹੜੇ ਵੇਲੇ ਰੁਕ ਜਾਣਾ। ਡਰਨਾ ਤਾਂ ਚਾਹੀਦਾ ਬੰਦੇ ਨੂੰ, ਜੇ ਗਰੰਟੀ ਹੋਵੇ ਵੀ ਜੇ ਮੈਂ ਗੁਲਾਮੀ ਕਬੂਲ ਕਰ ਲਵਾਂ ਇਹਨਾਂ ਦੀ ਤਾਂ ਫਿਰ ਮੈਨੂੰ ਮੌਤ ਨਹੀਂ ਆਉਣੀ। ਜਿੱਦਣ ਜਿੱਦਣ ਇਹ ਅੰਦਰ ਸਾਡੇ ਗੱਲ ਵੱਸ ਗਈ, ਫਿਰ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਮ ਲੱਗਣ ਲੱਗ ਪੈਣੀ ਆ, ਫਿਰ ਸਾਨੂੰ ਪਤਾ ਲੱਗ ਜਾਣਾ ਵੀ ਵਾਕਿਆ ਹੀ ਗੁਰੂ ਸਾਹਿਬ ਆਮ ਇਨਸਾਨ ਹੋਏ ਆ, ਕਿਉਂਕਿ ਅਸੀਂ ਵੀ ਤਾਂ ਉਹਨਾਂ ਵਾਂਗ ਕਰ ਗਏ ਆ ਨਾ। ਅੱਜ ਸਾਨੂੰ ਖਾਸ ਤਾਂ ਲੱਗਦੇ ਆ ਵੀ ਅਸੀਂ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਆ ਉਹ ਕਰਨ ਤੋਂ ਡਰਦੇ ਹਾਂ, ਘਬਰਾਉਂਦੇ ਹਾਂ, ਖਤਰੇ ਨਹੀਂ ਮੁੱਲ ਲੈ ਸਕਦੇ। ਸਾਨੂੰ ਗੁਲਾਮੀ ਪਿਆਰੀ, ਅਸੀਂ ਉਹ ਪਿੰਜਰੇ ਦੇ ਪੰਛੀ ਵਰਗੇ ਹਾਂ ਜਿਹਨਾਂ ਨੂੰ ਜਿਹਨੂੰ ਇਹ ਲੱਗਦਾ ਸੀ ਵੀ ਜਿਹੜੇ ਉੱਡਦੇ ਆ ਨਾ ਬਾਹਰ ਉਹ ਕਿਸੇ ਬਿਮਾਰੀ ਦੇ ਮਾਰੇ ਹੋਏ ਆ। ਬਸ ਉਹ ਤੋਂ ਇੱਕ ਵਾਰੀ ਮੁਕਤ ਹੋ ਜਾਈਏ, ਇੱਕ ਵਾਰੀ ਪਿੰਜਰੇ 'ਚੋਂ ਨਿਕਲ ਜਾਈਏ, ਉੱਡਣਾ ਸਿੱਖ ਜਾਈਏ, ਫਿਰ ਦੇਖਿਓ ਮੌਤ ਕਿੰਨੀ ਪਿਆਰੀ ਲੱਗਣ ਲੱਗ ਪੈਣੀ ਹੈ। ਮੌਤ ਤੱਕ ਮੌਤ ਨਾਲ ਤਾਂ ਖੇਲਣਾ ਸ਼ੁਰੂ ਕਰ ਦਿੰਦਾ ਬੰਦਾ, ਫਿਰ ਨਹੀਂ ਡਰਾ ਸਕਦਾ ਤੁਹਾਨੂੰ ਕੋਈ ਵੀ। ਠੀਕ ਹੈ ਜੀ, ਆਪਾਂ ਬੇਨਤੀ ਆ ਟਕਸਾਲੀਆਂ ਨੂੰ, ਕਾਬੂ ਰੱਖੋ ਆਪਣੇ ਜਜ਼ਬਾਤਾਂ ਨੂੰ, ਤੁਹਾਡੇ ਕੋਲ ਬਹੁਤ ਸਮਾਂ ਆਉਣਾ ਕਹਿਣੇ ਦਾ, ਤੁਹਾਡੇ ਤੁਹਾਡੀਆਂ ਬੱਚਿਆਂ ਨੇ ਸਵਾਲ ਪੁੱਛਣੇ ਆ ਤੁਹਾਨੂੰ, ਤੁਹਾਨੂੰ ਜਵਾਬ ਦੇਣੇ ਪੈਣੇ ਆ। ਠੀਕ ਹੈ ਜੀ, ਆਪਾਂ ਕਰਦੇ ਹਾਂ ਸ਼ੁਰੂ ਜੀ। ਉਹ ਤੋਂ ਪਹਿਲਾਂ ਇੱਕ ਸਰੋਤੇ ਹੋ ਰਿਹਾ ਸਾਡੇ ਨਾਲ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੈਂ ਇਹਦੇ ਬਾਰੇ ਗੱਲ ਕਰਨੀ ਸੀ। ਬੰਦਾ ਜਿਹੜਾ ਫੋਨ ਨਹੀਂ ਕਰਕੇ ਗਿਆ, ਟਕਸਾਲੀ ਕੁਲਦੀਪ ਸਿੰਘ ਸੰਧੂ ਇਹਦਾ ਨਾਮ ਆ ਜੀ, ਅਮਰੀਕਾ ਦਾ ਰਹਿਣ ਵਾਲਾ, ਕੈਲੀਫੋਰਨੀਆ ਦਾ। ਹਾਂਜੀ,
ਇਹ ਬੰਦਾ ਸਿਰੇ ਦਾ ਘਟੀਆ ਡੰਗਰ ਬੰਦਾ ਵਾ ਜੀ, ਤੇ ਉਹ ਬੰਦਾ ਮੈਂ ਯਾਦ ਕਰਾਵਾਂ ਸੋਚਿਆ ਨੂੰ, ਪਿੱਛੇ ਜੀ ਤੁਸੀਂ ਵੀਡੀਓ ਦੇਖੀ ਹੋਣੀ ਫੇਸਬੁੱਕ ਤੇ, ਇੱਕ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਇੱਕ ਬੰਦਾ ਢੱਡੀਆਂ ਵਾਲਿਆਂ ਨੂੰ ਬੜਾ ਹਰਾਮ ਦਾ ਆ ਕੇ ਜੀ ਕੁਛ ਟਰੱਕ 'ਚ ਬੈਠ ਕੇ ਵੀਡੀਓ ਪਾਈ ਸੀ ਤੇ ਬੜਾ ਗੰਦ ਪੁਕਿਆ ਪਗਿਆ ਸੀਗਾ। ਹਾਂ ਪਛਾਣ ਲਈ ਸੀ, ਪਛਾਣ ਲਈ ਸੀ ਆਵਾਜ਼ ਜੀ ਮੈਂ ਉਹਦੀ। ਹਾਂ ਹੁਣ ਇਹ ਬੰਦਾ ਮੱਤਾਂ ਦੇ ਰਿਹਾ ਰੇਡੀਓ ਤੇ ਫੋਨ ਕਰਕੇ ਵੀ ਤੁਸੀਂ ਕਿਹਾ ਵੀ ਔਰਤਾਂ ਨੂੰ ਸੰਬੰਧ ਬਣਾਉਣ ਦੀ, ਪਹਿਲਾਂ ਮੈਂ ਇਹਦੀ ਗੱਲ ਦੱਸਦਾ ਵੀ ਇਹ ਬੰਦੇ ਉਹ ਬੰਦੇ ਦੋ ਦੋ ਨੰਬਰ ਦੇ ਅਮਰੀਕਾ ਆਏ ਹੋਏ, ਆਪਣੀ ਵੀਡੀਓ ਤੇ ਆਪ ਦੱਸਦਾ ਕਿ ਮੈਂ ਕਹਿੰਦਾ ਅਮਰੀਕਾ ਆਇਆ ਸੰਘਰਸ਼ ਦੀ ਚੇਨ ਦੱਸਦਾ ਵਾ, ਕਹਿੰਦਾ ਆਹ ਚੇਨ ਆ ਮੈਂ ਇੱਥੇ ਆਇਆ, ਮੈਂ 5 ਸਾਲ ਜੇਲ੍ਹ 'ਚ ਰਿਹਾ ਵਾ, ਆਪਣੇ ਸਿਰ ਤੇ ਖੁਸ਼ੀ ਦੱਸ ਰਿਹਾ ਉਸ ਚੀਜ਼ ਨੂੰ, ਆਪਣੀ ਦੱਸ ਰਿਹਾ ਵਡਿਆਈ ਦੱਸ ਰਿਹਾ ਕਿ ਮੈਂ ਜੇਲ੍ਹ 'ਚ ਰਹਿ ਕੇ ਪੱਕਾ ਹੋਇਆ ਇੱਥੇ ਆ ਕੇ, ਤੇ ਮੈਨੂੰ ਤਾਂ ਕਿਸੇ ਨੇ ਇਹਦੇ ਬਾਰੇ ਇਹ ਵੀ ਦੱਸਿਆ ਸੀਗਾ ਵੀ ਇੱਥੇ ਆਪਣੇ ਟਕਸਾਲ ਦੇ ਮੁਖੀ ਠਾਕੁਰ ਸਿੰਘ ਹੋਣਾ ਦੇ ਨਾਲ ਜੱਥੇ ਵਿੱਚ ਆਇਆ ਸੀਗਾ ਤੇ ਇੱਥੇ ਰਿਹਾ ਪਿਆ ਸੀਗਾ ਇਹ ਬੰਦਾ। ਇਹ ਬੰਦਾ ਜੀ ਇਹਦੀ ਪਿੱਛੇ ਜੀ ਕਿਸੇ ਨੇ ਵੀਡੀਓ ਪਾਈ ਸੀ ਇਸ ਬੰਦੇ ਦੀ, ਉਹ ਜਿਹੜੀ ਟਰੱਕ 'ਚ ਗਾਲਾਂ ਕੱਢ ਦਿੰਦੇ, ਲੋਕੀ ਸੁਭਾਵਿਕ ਤੌਰ ਤੇ ਲੋਕਾਂ ਨੇ ਥੱਲੇ ਕਮੈਂਟ ਕਰ ਰਹੇ ਸੀ, ਲਾਂਤਾ ਪਾ ਰਹੇ ਸੀਗੇ। ਇਹ ਬੰਦਾ ਉਹਨਾਂ ਨੂੰ ਰਿਪਲਾਈ ਕਰ ਰਿਹਾ ਸੀਗਾ ਵੀ ਜਿਹੜੇ ਗੰਦੇ, ਮੈਂ ਕਹਿੰਦਾ ਜਿਹੜੇ ਬੰਦੇ ਦੇ ਸਰੀਰਕ ਪਾਰਟ ਪ੍ਰਾਈਵੇਟ ਪਾਰਟ ਹੁੰਦੇ ਉਹਨਾਂ ਦੇ ਨਾਮ ਲੈ ਲੈ ਕੇ ਤੇ ਔਰਤਾਂ ਨੂੰ ਕਹਿ ਰਿਹਾ ਸੀ ਵੀ ਮੈਨੂੰ ਲੈ ਜਾਓ ਘਰ, ਮੈਨੂੰ ਸਵਾਲੋ ਨਾਲ, ਤੇ ਇੱਥੇ ਆ ਕੇ ਮੱਤਾਂ ਦੇ ਰਿਹਾ ਵੀ ਤੁਸੀਂ ਕਹਿ ਰਹੇ ਜੀ ਵੀ ਜਨਾਨੀਆਂ ਨੂੰ ਸੌਣ ਦੇਣਾ ਚਾਹੀਦਾ ਵਾ। ਇਹ ਬੰਦਾ ਕਮੈਂਟ ਕਰ ਰਿਹਾ ਲੋਕਾਂ ਨੂੰ, ਕਹਿ ਰਿਹਾ ਵੀ ਮੈਨੂੰ ਘਰ ਸੱਦੋ ਆਪਣੇ, ਮੈਂ ਤੁਹਾਡਾ ਸੋਣਾ ਵਾ, ਇਹ ਕਮੈਂਟ ਕਰ ਰਿਹਾ ਇਸ ਵੇਲੇ। ਤੇ ਇਹ ਏਡਾ ਘਟੀਆ ਬੰਦਾ ਵਾ ਤੇ ਇੱਥੇ ਆ ਕੇ ਮੱਤ ਦੇ ਰਿਹਾ ਵਾ ਵੀ ਜਿਹੜੀ ਗੱਲ ਆਹ ਕੀਤੀ ਗਈ ਸੀ ਉਹ ਤਾਂ ਉਹ ਇਸ ਸੰਦਰਭ ਵਿੱਚ ਕੀਤੀ ਗਈ ਸੀ ਵੀ ਜੇ ਔਰਤ ਕਿਸੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਆ ਬਾਹਰ ਆਪਣੇ ਉਹ ਬਣਾ ਰਹੀ ਆ ਆਲਰੇਡੀ, ਤੁਹਾਨੂੰ ਉਹਨੂੰ ਖੁੱਲ ਦੇਣੀ ਚਾਹੀਦੀ ਆ। ਇੱਦਾਂ ਥੋੜਾ ਕਿਹਾ ਗਿਆ ਸੀਗਾ ਵੀ ਤੁਹਾਡੇ ਜੇ ਪਤੀ ਪਤਨੀ ਦੇ ਸੰਬੰਧ ਠੀਕ ਵਾ, ਐਵੇਂ ਮੂੰਹ ਚੁੱਕ ਕੇ ਆਪਣੀ ਪਤਨੀ ਨੇ ਕਹੋ ਵੀ ਤੁਸੀਂ ਬਾਅਦ ਸੰਬੰਧ ਬਣਾਈ ਜਾ। ਨਹੀਂ ਨਹੀਂ ਉਹ ਤਾਂ ਫੇਸਬੁੱਕ ਤੇ ਵੀ ਬੰਦਾ ਬਾਹਰ, ਹਾਂਜੀ ਉਹ ਤਾਂ ਨਾ ਵੀਰੇ ਇੱਥੇ ਇੱਕ ਫੇਸਬੁੱਕ ਤੇ ਕਲਿੱਪ ਘੁੰਮਦਾ ਆ ਕੋਈ ਹੈਗੇ ਤਾਂ ਉਹ ਮੁੰਨੇ ਹੀ ਆ ਬੰਦੇ ਸਾਰੇ, ਔਰਤ ਖੁੰਜੇ ਜਾਂ ਬੈਠੀ ਆ ਜਨਾਨੀ ਤੇ ਬੰਦਾ ਬੈੱਡ ਤੇ ਲੰਮਾ ਪਿਆ ਤੇ ਉਹ ਤਿੰਨ ਚਾਰ ਜਣੇ ਉਹਨੂੰ ਕੁੱਟਣ ਲੱਗੇ ਆ ਬੰਦੇ ਨੂੰ। ਮੈਂ ਵੀ ਉਹਦੀ ਗੱਲ ਕਰਨ ਲੱਗਾ ਸੀਗਾ ਭਾਈ ਸਾਹਿਬ ਜੀ ਕਿ ਇਹ ਹਾਲਾਤ ਬਣਾਉਣਾ ਚਾਹੁੰਦੇ ਟਕਸਾਲੀ, ਕਿ ਔਰਤ ਕਿਤੇ ਬਾਹਰ ਸੰਬੰਧ ਬਣਾਉਣਾ ਚਾਹੁੰਦੇ ਤਾਂ ਦਿਲ ਕਰਦਾ ਸੀਗਾ, ਪਰ ਉਹ ਇੰਨੇ ਟਕਸਾਲੀਆਂ ਵਰਗੀ ਮਨੋਤਾਂ ਵਾਲਾ ਦਾ ਘਰ ਵਾਲਾ ਹੋਣਾ ਵਾ, ਉਹ ਡਰਦੀ ਦੱਸ ਨੀ ਪਾਈ। ਉਹ ਬੰਦਾ ਕਿਤੇ ਗਿਆ ਸੀ ਬਾਹਰ, ਉਹ ਗੈਰ ਮਰਦ ਨੂੰ ਜਿਹਦੇ ਨਾਲ ਕਿਤੇ ਉਹਦਾ ਪ੍ਰੇਮ ਸੰਬੰਧ ਹੋਣਗੇ ਤੇ ਘਰ ਸੱਦ ਕੇ ਤਾਂ ਸਰੀਰਕ ਸੰਬੰਧ ਬਣਾਉਂਦੀ ਸੀ, ਫਿਰ ਉੱਤੇ ਆਇਆ ਤੇ ਉਹਨੂੰ ਇੰਨਾ ਕੁੱਟਿਆ ਜਿਹਦੇ ਨਾਲ ਸਰੀਰਕ ਸੰਬੰਧ ਬਣਾ ਰਹੀ ਸੀ, ਕਿੰਨੇ ਦੱਸਦੇ ਕਮੈਂਟਾਂ 'ਚ ਦੱਸ ਰਹੇ ਲੋਕੀ ਵੀ ਉਹ ਬੰਦਾ ਮਰ ਗਿਆ ਸੀਗਾ ਹਸਪਤਾਲ ਜਾ ਕੇ ਬਾਅਦ ਵਿੱਚ। ਨਤੀਜੇ ਨਿਕਲਦੇ ਆ, ਗੱਲ ਤਾਂ ਇਹ ਹੋ ਰਹੀ ਸੀ ਵੀ ਜੇ ਔਰਤ ਆਲਰੇਡੀ ਉਹਦਾ ਦਿਲ ਕਰ ਰਿਹਾ ਵਾ ਉਹਨੂੰ ਖੋਲਣੀ ਚਾਹੀਦੀ ਵੀ ਆਪਣਾ ਖੋਲ ਕੇ ਦੱਸੋ, ਨਾਲੇ ਜਦੋਂ ਜਦੋਂ ਨਹੀਂ ਜਦੋਂ ਨਹੀਂ ਤੁਹਾਡੀ ਅੰਡਰਸਟੈਂਡਿੰਗ ਬਣ ਰਹੀ ਫਿਰ ਜਿੱਦਾਂ ਅਸੀਂ ਗੁਰਦੁਆਰੇ ਆ ਕੇ ਸੰਗਤ ਦੇ ਸਾਹਮਣੇ ਮਾਣ ਦੇ ਨਾਲ ਵਿਆਹ ਕਰ ਲੈਂਦੇ ਨਾ, ਸਾਡੇ 'ਚ ਇੰਨੀ ਹਿੰਮਤ ਹੋਣੀ ਚਾਹੀਦੀ ਆ ਵੀ ਇੱਦਾਂ ਹੀ ਆ ਕੇ ਆਪਣੇ ਸਮਾਜ ਦੇ ਵਿੱਚ ਖੜ ਕੇ ਕਹਿ ਦਈਏ ਵੀ ਅੱਜ ਤੋਂ ਬਾਅਦ ਅਸੀਂ ਇਕੱਲੇ ਇਕੱਲੇ ਹਾਂ ਜੀ। ਭਾਈ ਜੀ ਜੇ ਕਿਸੇ ਨੇ ਵਿਆਹ ਤੇ ਖੰਡ ਪਾਠ ਤੇ ਸੱਦਣਾ ਹੋਇਆ ਤਾਂ ਇਕੱਲੇ ਇਕੱਲੇ ਨੂੰ ਫੋਨ ਕਰਿਓ, ਇਹ ਅਲੱਗ ਰਹਿਣ ਲੱਗੀ ਆ ਮੈਂ, ਹਿੰਮਤ ਹੋਵੇ ਸਾਡੇ ਵਿੱਚ। ਇਹ ਬੰਦੇ ਹੁਣ ਜਿਹੜੇ ਤੁਸੀਂ ਮੁੱਦੇ ਉਠਾਏ ਆ, ਕਹਿੰਦਾ ਇੱਥੋਂ ਸਵਾਲ ਕੋਈ ਮੁੱਦਾ ਨੀ ਹੈਗਾ ਵੀ ਉਹਨਾਂ ਦੇ ਜਵਾਬ ਦੇ ਤੋਂ ਜਿਹੜੇ ਮੁੱਦੇ ਆ ਤਾਂ ਗਾ ਸਵਾਦ ਆਏ, ਜਿਹੜੇ ਸਵਾਲ ਉਠਾਈ ਜਾ ਕਹਿ ਕੇ ਮੈਂ ਦੇਣ ਲੱਗਾ ਜਵਾਬ, ਸਾਡੇ ਸੋਤੇ ਸੁਣਨ ਆਹ ਸਵਾਲ ਦਾ ਆਹ ਜਵਾਬ ਆ ਤੇ ਮੂੰਹ ਚੁੱਕ ਕੇ ਕੋਈ ਨੇਕੀ ਨੇਕੀ ਤੇ ਕੋਈ ਜਵਾਬ ਤੇ ਕੋਈ ਹੋਰ ਕੋਈ ਮੁੱਦਾ ਨੀ ਹੈਗਾ ਵੀ ਇਹਨਾਂ ਮੁੱਦਿਆਂ ਕਰਕੇ ਤੇ ਗੰਦ ਪਾਇਆ ਸੀ, ਗੁੰਡਾਗਰਦੀ ਫੈਲਾਈ ਹੈ ਲੋਕਾਂ ਵਿੱਚ, ਆਤੰਕਵਾਦ ਇੱਡੀ ਭੈੜੀ ਮੈਂਟੈਲਿਟੀ ਤੁਸੀਂ ਸਿੱਖਾਂ ਦੀ ਬਣਾ ਦਿੱਤੀ ਆ, ਸ਼ਰਮ ਆਉਂਦੀ ਹੈ ਸਾਨੂੰ ਜੋ ਬੰਦਾ ਰੀਕੋਗਨਾਈਜ਼ ਕਰਦਾ ਤੁਹਾਡੀਆਂ ਮਨੋਤਾਂ ਕਰਕੇ ਵੀ ਇਹੋ ਜਿਹੇ ਗਧੇ ਲੋਕ ਆ, ਭੈਣਾਂ ਭੈਣਾਂ ਨਾਲ ਵਿਆਹ ਕਰਾ ਕੇ ਲੋਕੀ ਬਾਹਰ ਆਉਂਦੇ ਆ ਜਾਂ ਇੱਡੀ ਤਾਲੀ ਪਾਣੀ ਸੋਚ ਰੱਖਦੇ ਆ ਵੀ ਕਿਸੇ ਨਾਲ ਸੋਚ ਨੀ ਮਿਲਦੀ ਉਹਨੂੰ ਮਾਰ ਦੋ। ਇਹ ਇਹਦੀਆਂ ਵੀਡੀਓ ਸੁਣ ਕੇ ਵੇਖਿਓ, ਕਹਿੰਦਾ ਵੀ ਮੈਨੂੰ ਬੁਲਾ ਨਿਊਜ਼ੀਲੈਂਡ, ਮੈਂ ਤੇਰਾ ਸੋਧਾ ਲਾ ਦੂੰਗਾ, ਮੈਂ ਆਹ ਕਰ ਦੂੰਗਾ, ਤੇ ਅਮਰੀਕਾ ਵਿੱਚ ਰਹਿ ਕੇ ਡੰਗਰਾ ਤੂੰ ਆਹ ਸੋਚ ਲੈ ਕੇ ਫਿਰਨ ਦਿਆ ਵੀ ਕਿੰਨੇ ਸੋਧੇ ਲਾਈਵ ਲੱਗੇ ਤੁਸੀਂ। ਨਹੀਂ ਅੱਗੇ ਅੱਗੇ ਕਿਤੇ ਅੱਗੇ ਸਵਾਦ ਨਹੀਂ ਆਇਆ ਸਾਨੂੰ, ਪੰਜਾਬ 'ਚ ਇਹੀ ਕੁਛ ਕਰਦੇ ਰਹੇ ਆ, ਭਿੰਡਰਾਂ ਵਾਲਾ ਦਰਬਾਰਾ ਸਿੰਘ ਵਰਗੇ ਨੂੰ ਚੈਲੰਜ ਕਰਦਾ ਰਿਹਾ, ਬਾਅਦ 'ਚ ਜਦੋਂ ਮਿਲਟਰੀ ਗਈ ਕੀ ਹੋਇਆ। ਬਿਲਕੁਲ ਜੀ ਬਿਲਕੁਲ,
ਲੋਕਾਂ ਸਾਹਮਣੇ ਰੱਖਣ ਦਾ ਸੋਚ ਆ ਆਪਣੀ ਆ ਵਾਲੀ ਬਹਿਜੋ ਹਰ ਬੰਦੇ ਨੂੰ ਆਪਣੀ ਫਰੀਡਮ ਆਫ ਸਪੀਚ ਦਾ ਗੱਲ ਕਰਨ ਦੀ ਤੁਸੀਂ ਗੱਲ ਦਾ ਜਵਾਬ ਦਿਓ ਆਪਣੀ ਨਹੀਂ ਚੰਗੀ ਲੱਗਦੀ ਚੱਲਦੇ ਬਣੋ ਆਹ ਕਿਹੜੇ ਕੰਮ ਹੋਏ ਵੀ ਸੋਧੇ ਲਾ ਦਾਂਗੇ ਤੇਰਾ ਝਟਕਾ ਦਾਂਗੇ ਇਹਨੂੰ ਐਂ ਕਰਦਾਂਗੇ ਮੋਰੇ ਮੋਰੇ ਅਗਲੇ ਉਦਾਂ ਦੇ ਟੱਕਰਦੇ ਆ ਫਿਰ ਫੇਰ ਪਤਾ ਕੀ ਬਣਦਾ ਜਾਣੀ ਅੱਜ ਤਾਂ ਹੀ ਫਰਿਆਦੀ ਹੋਏ ਫਿਰਦੇ ਆ ਉਹਨਾਂ ਨੂੰ ਉਹਨਾਂ ਟੱਬਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਉੱਤੇ ਅਤਿਆਚਾਰ ਹੋਇਆ ਭਾਈ ਬਿਲਕੁਲ ਜੀ ਬਿਲਕੁਲ ਜਾਂ ਤਾਂ ਫਿਰ ਕਹਿ ਦੇਣਾ ਵੀ ਇੱਕ ਪਾਸੇ ਫਰਿਆਦੀ ਹੁੰਦੇ ਆ ਹਏ ਸਾਨੂੰ ਇਨਸਾਫ਼ ਨੀ ਮਿਲਿਆ ਧੱਕਾ ਹੋਇਆ ਤੇ ਦੂਜੇ ਪਾਸੇ ਏਦਾਂ ਸੋਧੇ ਲਾਉਂਦੇ ਹੁੰਦੇ ਸਿੰਘ ਲਾਇਆ ਕਿ ਨੀ ਇੰਦਰਾ ਗਾਂਧੀ ਦਾ ਲਾਇਆ ਕਿ ਨੀ ਫਲਾਣੇ ਦਾ ਫਿਰ ਫਰਿਆਦੀ ਕਿਹੜੀ ਗੱਲੋ ਜਦ ਬਾਦਸ਼ਾਹ ਬਣ ਕੇ ਰਹੋ ਬਾਗੀ ਬਣ ਕੇ ਰਹੋ ਫਿਰ ਇੱਕ ਪਾਸੇ ਮੰਗਦੇ ਵਾਂਗੂ ਭੀਖ ਮੰਗਦੇ ਹਾਏ ਹਾਏ ਇੰਡੀਅਨ ਗੌਰਮੈਂਟ ਹਾਏ ਹਾਏ ਤੇ ਗਦੇ ਹੋ ਵੀ ਇੱਕ ਪਾਸੇ ਖੜੋ ਨਹੀਂ ਜੀ ਸਿੱਧੀ ਗੱਲ ਆ ਜਿਹਨੂੰ ਇਹ ਨਹੀਂ ਸਮਝ ਆ ਰਹੀ ਨਾ ਦੇਖੋ ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦਾ ਕਤਲ ਹੋਣ ਦਾ ਇਲਜ਼ਾਮ ਲੱਗਾ ਉਹਦੇ ਬਦਲੇ ਚ ਕਿੰਨੇ ਹਜ਼ਾਰ ਸਿੱਖ ਕਤਲ ਹੋ ਗਏ ਦਿੱਲੀ ਕਾਨਪੁਰ ਬੋਕਾਰੋ ਪਤਾ ਨਹੀਂ ਕਿਹੜੀ ਕਿਹੜੀ ਥਾਂ ਦੇ ਉੱਤੇ ਪਰ ਬੇਅੰਤ ਸਿੰਘ ਦੇ ਪਿਓ ਨੂੰ ਤੇ ਉਹਦੀ ਪਤਨੀ ਨੂੰ MP ਬਣਾ ਕੇ ਉਸੇ ਪਾਰਲੀਮੈਂਟ ਬਿਠਾ ਦਿੱਤਾ ਗਿਆ ਜਿੱਥੇ ਇੰਦਰਾ ਗਾਂਧੀ ਬੈਠੀ ਸੀ ਜੇ ਨਹੀਂ ਸਮਝ ਆ ਰਹੀ ਸਾਨੂੰ ਨਾ ਤੇ ਸਾਡੀ ਸਾਨੂੰ ਆਪਣੀ ਸੋਚ ਦਾ ਇਲਾਜ ਕਰਾਉਣਾ ਪੈਣਾ ਵੀ ਹੋਇਆ ਕੀ ਆ ਸਾਡੇ ਨਾਲ ਨਾਲੇ ਭਾਜੀ ਇੱਕ ਵੱਡਾ ਸਵਾਲ ਆ ਵੀ ਸਾਰਾ ਕੁਛ ਹੋਣ ਤੋਂ ਬਾਅਦ ਜੇ ਆਮ ਲੋਕਾਂ ਦਾ ਦੱਸਦੇ ਵੀ ਕੜਾ ਵੀ ਦੇਖਿਆ ਜਾਂਦਾ ਖੱਟਾ ਪਰਨਾ ਵੀ ਦੇਖਿਆ ਜਾਂਦਾ ਟਕਸਾਲੀ ਦੱਸਦੇ ਆ ਵੀ ਉਹਨੂੰ ਮਾਰਨ ਦੇ ਪੁਲਿਸ ਚੁੱਕ ਕੇ ਲੈ ਆਉਂਦੀ ਸੀਗੀ ਜਿਹੜੇ ਬੰਦੇ ਮੂਵਮੈਂਟ ਤੇ ਮੋਢੀ ਸੀਗੇ ਉਹਨਾਂ ਦੇ ਟੱਬਰ ਉਹਨਾਂ ਦੇ ਰਿਸ਼ਤੇਦਾਰ ਉਹ ਵਿਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਉਹ ਇਹਨਾਂ ਮੁਲਕਾਂ ਦੀ ਕਿੱਦਾਂ ਟੱਪ ਕੇ ਏਅਰਪੋਰਟਾਂ ਤੇ ਕਿੱਦਾਂ ਪਹੁੰਚ ਗਈ ਅਗਲੇ ਤਾਂ ਏਅਰਪੋਰਟ ਦੇ ਉੱਥੇ ਹੀ ਫੜ ਲੈਂਦੇ ਆ ਬੰਦੇ ਨੂੰ ਬਸ 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 ਉਹ ਗੱਲ ਹੁਣ ਸਾਨੂੰ ਜੇ ਨਹੀਂ ਜਿਹਨੂੰ ਨਹੀਂ ਦੇਖੋ ਇਹ ਸਮਝਣੀ ਪੈਣੀ ਇੱਕ ਗੱਲ ਸਾਰੇ ਸਰੋਤਿਆਂ ਨੂੰ ਦੱਸ ਦਿੰਦੇ ਕੰਨ ਖੋਲ ਕੇ ਸੁਣ ਲਿਓ ਜੇ ਅਸੀਂ ਸਮੱਸਿਆ ਦਾ ਹੱਲ ਲੱਭਣਾ ਚਾਹੁੰਦੇ ਹਾਂ ਤੇ ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਂ ਜਿਹੜਾ ਸਾਡੇ ਤੇ ਥੋਪਿਆ ਗਿਆ ਜਿਹੜਾ ਡਰਾਵਾ ਦਿੱਤਾ ਗਿਆ ਉਹ ਲਾ ਕੇ ਪਰੇ ਰੱਖਣਾ ਪੈਣਾ ਸਾਨੂੰ ਜੇ ਅਸੀਂ ਦਸਾਂ ਗੁਰੂਆਂ ਨੂੰ ਆਮ ਇਨਸਾਨ ਵਾਂਗ ਦੇਖਦੇ ਹਾਂ ਤੇ ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਵੀ ਆਮ ਇਨਸਾਨ ਵਾਂਗ ਦੇਖਣਾ ਪੈਣਾ ਇਹ ਡਰ ਲਾਉਣਾ ਪੈਣਾ ਤਾਂ ਇਹਨਾਂ ਦੀ ਗੁੰਡਾਗਰਦੀ ਨੂੰ ਨੱਥ ਪੈਣੀ ਆ ਨਹੀਂ ਤਾਂ ਇਹ ਬੰਦਿਆਂ ਨੇ ਪਸ਼ੂਆਂ ਨੇ ਸਾਡੇ ਸਿਰਾਂ ਤੇ ਬਹਿਣਾ ਬ੍ਰਹਮ ਗਿਆਨ ਨੂੰ ਸੰਭਾਲ ਕੇ ਰੱਖੋ ਆਪਣੇ ਜਿਹੜਾ ਤੁਹਾਡਾ ਵਿਸ਼ਵਾਸ ਆ ਤੁਹਾਡੀ ਸ਼ਰਧਾ ਆ ਆਪਣੇ ਘਰ ਤੱਕ ਸੀਮਿਤ ਰੱਖੋ ਆਪਣੇ ਗੁਰਦੁਆਰੇ ਤੁਹਾਡੀਆਂ ਦਮਦਮੀ ਟਕਸਾਲ ਆ ਉਹਦੇ ਅੰਦਰ ਜੋ ਤੁਸੀਂ ਅਕਾਲ ਤਖ਼ਤ ਤੇ ਕਰ ਲਓ ਜੋ ਮਰਜ਼ੀ ਪਰ ਸਾਨੂੰ ਨਾ ਕਹੋ ਪਏ ਅਕਾਲ ਤਖ਼ਤ ਨੂੰ ਮੰਨੋ ਨਹੀਂ ਮੰਨਦੇ ਅਸੀਂ ਇੱਕ ਬਿਲਡਿੰਗ ਮੰਨਦੇ ਹਾਂ ਉਹਨੂੰ ਸਾਡਾ ਭਰੋਸਾ ਆ ਵੀ ਕੋਈ ਦੁਨੀਆਂ ਚ ਸ੍ਰਿਸ਼ਟੀ ਦੇ ਵਿੱਚ ਰੱਬ ਨੇ ਕੁਦਰਤ ਨੇ ਕੋਈ ਇਹੋ ਜਿਹਾ ਸਰੋਵਰ ਨਹੀਂ ਬਣਾਇਆ ਜਿਹਦੇ ਵਿੱਚ ਵੱਡਿਆ ਬੰਦਾ ਠੀਕ ਹੋ ਕੇ ਨਿਕਲ ਆਵੇ ਜੇ ਹੁੰਦਾ ਐਸਾ ਤਾਂ ਦਸਵੇਂ ਪਾਤਸ਼ਾਹ ਜੰਗਾਂ ਦੇ ਟਾਈਮ ਜ਼ਰੂਰ ਉੱਥੋਂ 10-15 ਬੋਤਲਾਂ ਲਿਜਾ ਕੇ ਉੱਥੇ ਸਰੋਵਰ ਖੁਦਵਾ ਲੈਂਦੇ ਨਾਲ ਥੋੜਾ ਚਿੱਕੜ ਨਾ ਭਰਿਆ ਪਾਣੀ ਤੁਹਾਨੂੰ ਪਤਾ ਨਹੀਂ ਲੱਗਦਾ ਜੋ ਗੰਦ ਗੰਦ ਉਹ ਸਾਰਾ ਪਾਣੀ ਕੱਢ ਕੇ ਤੁਸੀਂ ਦੁਬਾਰਾ ਉਹਦੀ ਚਿੱਕੜ ਕੱਢ ਕੇ ਦੁਬਾਰਾ ਪਾਣੀ ਭਰਦੇ ਪਾਣੀ ਕਿੱਥੋਂ ਆਉਂਦਾ ਸਰੋਵਰ ਦਾ ਪਾਣੀ ਸਾਫ਼ ਕਰਾਉਣ ਦੇ ਲਈ ਤੁਹਾਨੂੰ ਉੱਥੇ ਮਸ਼ੀਨਾਂ ਲਾਉਣੀਆਂ ਪੈਂਦੀਆਂ ਫਿਰ ਦਾਅਵਾ ਕਦੇ ਕਰਦੇ ਆ ਵੀ ਤੁਸੀਂ ਇੱਥੇ ਮਰੇ ਬੰਦੇ ਜਿੰਦੇ ਹੋ ਜਾਂਦੇ ਆ ਬਕਵਾਸ ਆ ਕਿਸੇ ਵਿਰੋਧੀ ਨੇ ਲਿਖ ਦਿੱਤਾ ਤੁਸੀਂ ਆਪਣੀ ਗੱਲ 'ਚ ਪਾ ਲਿਆ ਪਤਾ ਨਹੀਂ ਕਿਹੜੇ 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 ਨਜ਼ਰੀਏ ਦੇ ਨਾਲ ਅਗਨੇ ਲਿਖਿਆ ਹੋਵੇ ਠੀਕ ਆ ਨਹੀਂ ਕਬੂਲਦੇ ਅਸੀਂ ਔਰ ਸਾਨੂੰ ਇਸ ਚੀਜ਼ ਦੇ ਡਰ ਤੋਂ ਮੁਕਤ ਹੋਣਾ ਪੈਣਾ ਕੱਢਣਾ ਪੈਣਾ ਇਹਦਾ ਠੀਕ ਆ ਮੈਂ ਤਾਂ ਕਹਿੰਦਾ ਭਲਾ ਹੋਵੇ ਇਹਨਾਂ ਬੰਦਿਆਂ ਦਾ ਕੁਲਦੀਪ ਸਿੰਘ ਵਰਗਿਆਂ ਦਾ ਜਿਹੜੇ ਮੁੜ ਮੁੜ ਕੇ ਸਾਡੇ ਅੰਦਰੋਂ ਫਿਰ ਸਾਨੂੰ ਠੰਡੇ ਹੋਇਆਂ ਨੂੰ ਫਿਰ ਚੰਗਿਆੜੀ ਦੇ ਜਾਂਦੇ ਆ ਫਿਰ ਬਰੂਦ ਭਰ ਜਾਂਦੇ ਸਾਡੇ ਅੰਦਰ ਠੀਕ ਆ ਔਰ ਸਾਡੀਆਂ ਗੱਲਾਂ 'ਤੇ ਮੋਹਰ ਲਾ ਦਿੰਦੇ ਆ ਵੀ ਇੱਦਾਂ ਹੀ ਆ
ਮੈਂ ਅੰਦਾਜ਼ਾ ਨਹੀਂ ਲਾ ਸਕਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੇ ਕੁ ਫੋਨ ਆਉਂਦੇ ਆ ਸਾਨੂੰ, ਕਿੰਨੇ ਕੁ ਸੁਨੇਹੇ ਆਉਂਦੇ ਆ, ਕਿੰਨੇ ਕੁ ਇਹੋ ਜਿਹਾ ਪਰਿਵਾਰ ਆ ਜਿਹੜੇ ਜਿਹੜੇ ਆਪਣੀਆਂ ਕਹਾਣੀਆਂ ਦੱਸਣਾ ਚਾਹੁੰਦੇ ਆ, ਜਿਹਨਾਂ ਨੂੰ ਅਜੇ ਰੋਕ ਕੇ ਬੈਠੇ ਅਸੀਂ। ਆ ਜਾਊਗਾ ਸਾਹਮਣੇ ਸਾਰਾ ਕੁਛ ਆ ਜਾਊਗਾ, ਦੇਖਿਓ ਛੋੜਾ ਡਿੱਗਣਾ ਕਿੱਦਾਂ। ਔਰ ਜਿੱਦਣ ਡਿੱਗਣਾ ਨਾ, ਜਿਹਨਾਂ ਨੂੰ ਸ਼ੱਕ ਹੋਈ ਉਹ ਦੇਖਿਓ, ਜਿੱਦਣ ਨਿਊਯਾਰਕ ਦੇ ਉਹ ਦੋ ਟਾਵਰ ਡਿੱਗੇ ਆ, ਜਾਂ ਜਦੋਂ ਬਿਲਡਿੰਗਾਂ ਡੈਮੋਲਿਸ਼ ਹੁੰਦੀਆਂ ਜਿੱਥੇ ਅਰਥਕੁਇਕ ਆ ਜਾਂਦੇ ਨਾ, ਉਹ ਬਿਲਡਿੰਗ ਦੇ ਹੇਠਲੇ ਪਾਸੇ ਬਰੂਦ ਰੱਖ ਕੇ ਇੱਦਾਂ ਜਦੋਂ ਉਹਨੂੰ ਸਿੱਟਦੇ ਆ, ਇੱਦਾਂ ਇੱਕਦਮ ਕਲੈਪਸ ਹੋ ਕੇ ਇੱਦਾਂ ਥੱਲੇ ਡਿੱਗਦੀ ਆ। ਕੋਈ ਚਾਹੁੰਦੇ ਨਹੀਂ ਹੁੰਦੇ ਵੀ ਸਾਈਡ ਨੂੰ ਡਿੱਗੇ, ਉਹ ਆਲੇ ਦੁਆਲੇ ਹੋਰ ਨੁਕਸਾਨ ਕਰੂਗੀ, ਉਹ ਉਹ ਉੱਥੇ ਹੀ ਇੱਦਾਂ 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 ਡਿੱਗਦੀ ਕਲੈਪਸ ਹੋ ਕੇ। ਜਿੱਦਣ ਹੋਣਾ ਆ, ਜਿੱਦਣ ਇਹ ਸਲੰਪ ਆ, ਜਿੱਦਣ ਸਲੰਪ ਹਾਈ ਹੋ ਗਿਆ ਨਾ, ਅਸੀਂ ਤਾਂ ਪਾਣੀ ਪਾ ਰਹੇ ਹਾਂ, ਤੁਸੀਂ ਦੇਖਿਓ ਨਹੀਂ ਕਿੱਦਾਂ ਐਨ ਮਿਲਟ ਹੋ ਕੇ ਇੱਦਾਂ ਡਿੱਗ ਪੈਣਾ, ਟਾਈਮ ਨਹੀਂ ਲੱਗਣਾ। ਔਰ ਅੱਜ ਅੱਜ ਇਹਨਾਂ ਦਾ ਜ਼ਿੰਮੇਵਾਰਾਂ ਦਾ ਚੁੱਪ ਹੋਣਾ ਔਰ ਜਣੇ ਖਣੇ ਦਾ ਬੁਖਲਾਟ ਚ ਆ ਕੇ ਇਹੋ ਜਿਹਾ ਬੋਲਣਾ ਸਾਬਤ ਕਰਦਾ ਹੈ ਵੀ ਇਹਨਾਂ ਦੇ ਕੋਲ ਕੱਖ ਨਹੀਂ ਹੈਗਾ, ਅੰਦਰੋਂ ਡਰੇ ਪਏ ਆ ਇਹ। ਜੇ ਜੇ ਅਮਰੀਕਾ, ਕੈਨੇਡਾ, ਇੰਗਲੈਂਡ ਆ, ਬਾਹਰਲੇ ਮੁਲਕਾਂ 'ਚ ਜਿਹੜੇ ਬੈਠੇ ਆ ਨਾ, ਜੇ ਇਹ ਬੋਲ ਰਹੇ ਆ, ਜੇ ਰੌਲਾ ਪਾ ਰਹੇ ਆ, ਤਾਂ ਉਹਦਾ ਕਾਰਨ ਇਹ ਆ, ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਭਿੰਡਰਾਂਲੇ ਦੇ ਨਾਂ ਦੇ ਉੱਤੇ, ਅਕਾਲ ਤਖ਼ਤ ਦੇ ਨਾਂ ਦੇ ਉੱਤੇ, ਕਰੋੜਾਂ ਅਰਬਾਂ ਦੀਆਂ ਗ੍ਰਾਹੀਆਂ ਕਰਕੇ ਬੈਠੇ ਆ ਇਹ। ਇਹਨਾਂ ਦਾ ਡੰਡਾ ਚੱਲਦਾ, ਗੁਰਦਨ 'ਤੇ ਕਬਜ਼ ਹੋ ਕੇ ਬੈਠੇ ਆ ਇਹਨਾਂ ਨਾਵਾਂ ਦੇ ਨਾਲ। ਜੱਗ ਵਾਲੇ ਵਰਗਿਆਂ ਨੂੰ ਸਟੇਜ 'ਤੇ ਟਾਈਮ ਹੀ ਤਾਂ ਮਿਲਦਾ ਭਿੰਡਰਾਂਲੇ ਦੀ ਗੱਲ ਕਰਦੇ ਆ, ਲੋਕਾਂ ਦੇ ਉੱਤੇ ਦਹਿਲ ਆ, ਕੁਛ ਨਹੀਂ ਹੋ ਰਿਹਾ ਇਹਨਾਂ ਦੇ। ਉਹ ਜਿਹੜੀ ਜਿਹਨੂੰ ਉਹ ਖੱਚਰ ਜਿਹੀ ਨੂੰ ਕਹਿੰਦੇ ਸੀ ਅਸੀਂ, ਉਹ ਜਿਹੜੀ ਹੈਗੀ ਦਲੇਰ ਕੌਰ, ਉਹਨੂੰ ਕਹੋ ਤੂੰ ਕੋਈ ਗੁਰਮਤਿ ਗਿਆਨ ਦੀ ਗੱਲ ਕਰਕੇ ਦਿਖਾ ਦੇ, ਤਾਂ ਉਹਨੂੰ ਅਕਲ ਨਾ ਥੋ ਉਹਨੂੰ। ਉਹ ਮੋਰਾਲੀ ਦੀਆਂ ਰੀਸਾਂ ਲਾਈ ਜਾਂਦੀਆਂ ਮੋਰਾਲੀ ਵਾਲੇ ਦੀਆਂ, ਇਹ ਲੋਕ ਕਿਉਂ ਨਾ ਚਿਣਗੇ, ਕਿਉਂ ਨਾ ਕਰਨਗੇ। ਉਹਨਾਂ ਦਾ ਹਜ਼ਾਰਾਂ ਲੱਖਾਂ ਦੀ ਆਮਦਨ ਆ ਭਾਈ, ਜਿਹਨੂੰ ਸ਼ੱਕ ਆ ਉਹ ਸ੍ਰੀਨਗਰ ਵਾਲੇ ਨੂੰ, ਰਣਜੋਤ ਸਿੰਘ ਨੂੰ, ਅਮਰੀਕ ਸਿੰਘ ਨੂੰ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤਲਵਾੜੇ ਵਾਲੀਆਂ ਬੀਬੀਆਂ ਦਾ ਉਹਨਾਂ ਦੇ ਘਰ ਦੇ ਵਿਆਹ ਕਿਉਂ ਨਹੀਂ ਸੀ ਕਰਦੇ, ਕਰੋੜਾਂ ਦੀ ਆਮਦਨ ਆਉਂਦੀ ਸੀ। ਆ ਗਗਨ ਜਿਹੜੀ ਆ ਪੰਥਪ੍ਰੀਤ ਹੋਣਾ ਦੇ, ਗਗਨਦੀਪ ਕੌਰ ਕੌਣ ਆ ਬੀਬੀ, ਉਹ ਕਥਾ ਕਰਦੀ ਆ, ਕਿਹੜਾ ਮਾਪਾ ਚਾਹੂਗਾ ਇਹੋ ਜਿਹੀ ਕੁੜੀ ਦਾ ਵਿਆਹ ਕਰਨਾ। ਗੇੜੀ ਲੱਗਦੀ ਆ ਬਾਹਰ 25-30 ਹਜ਼ਾਰ ਪਾਉਂਡ ਡਾਲਰ ਯੂਰੋ ਲੈ ਕੇ ਅਗਲੀ ਘਰ ਆ ਜਾਂਦੀ ਆ, ਘਰ ਦਾ ਖਰਚਾ ਚੱਲਦਾ ਆ, ਉਹ ਤਾਂ ਕਹੂਗਾ ਵੀ ਪੁੱਤ ਜੰਮਿਆ ਸਾਡੇ ਘਰੇ। ਹੁਣ ਦਲੇਰ ਕੌਰ ਵਰਗੀ 17-18 ਸਾਲ ਉਮਰ ਆ, ਉਹ ਚੱਕ ਕੇ ਇੱਦਾਂ ਲੱਖਾਂ ਦੀ ਮਹੀਨੇ ਦੀ ਆਮਦਨ ਆ, ਮਾਪੇ ਕਿਉਂ ਨਾ ਕਹਿਣਗੇ। ਧੁੰਦਾ ਉਦਣ ਇਹੀ ਕਹਿ ਰਿਹਾ ਸੀ ਵੀ ਟੱਬਰ ਮੇਰਾ ਸਾਥ ਆ, ਉਹ ਤੂੰ 70-70 ਲੱਖ 3-4 ਮਹੀਨਿਆਂ ਦੇ ਵਿੱਚ ਲੈ ਕੇ ਜਾਂਦਾ, 2-2 ਕਰੋੜ ਦੇ ਬਿਜ਼ਨਸ ਪਾ ਕੇ ਦਿੰਦਾ ਭਰਾਵਾਂ ਨੂੰ, ਕਿੱਦਾਂ ਕਹਿਣਗੇ ਵੀ ਤੇਰਾ ਸਾਥ ਨਹੀਂ ਦੇਣਾ ਅਸੀਂ। ਤੁਹਾਡਾ ਝਗੜਾ ਸਵਾਰਥ ਦਾ ਆ ਸਾਰਿਆਂ ਦਾ ਭਾਈ, ਇਹੀ ਹਾਲ ਆ। ਇਹ ਪਸ਼ੂ ਪਸ਼ੂ ਲਿਆ ਕੇ ਇਹਨਾਂ ਨੇ ਇੱਕੋ ਇੱਕ ਕਾਰਨ ਆ ਜੀ ਉਹਦਾ, ਉਹ ਕਾਰਨ ਆ ਭਿੰਡਰਾਂ ਵਾਲਾ। ਇਹ ਜਿਹੜਾ ਸਾਡੇ ਗਲੇ ਦੇ ਲਈ ਜਿਹੜੀ ਫਾਂਸੀ ਤਿਆਰ ਕੀਤੀ ਗਈ ਨਾ, ਇਹਨੂੰ ਮਾਲਾ ਨਾ ਕਹੋ, ਸਾਨੂੰ ਫਾਂਸੀ ਦੇਣ ਲਈ ਰੱਸਾ ਤਿਆਰ ਕੀਤਾ ਗਿਆ ਆ, ਉਹਦੇ ਵਿੱਚ ਜਿਹੜਾ ਧਾਗਾ ਆ ਨਾ ਉਹ ਭਿੰਡਰਾਂ ਵਾਲਾ ਆ, ਉਸ ਧਾਗੇ ਦੇ ਵਿੱਚ ਸਾਰੇ ਪਰੋ ਪਰੋ ਕੇ ਆ, ਨੂੜ ਨੂੜ ਕੇ ਸਾਡੇ ਗਲੇ ਦੇ ਵਿੱਚ ਪਾਏ ਗਏ ਆ। ਔਰ ਉਹਨਾਂ ਦਾ ਜ਼ੋਰ ਸਾਰਾ ਇਸ ਗੱਲ ਦੇ ਉੱਤੇ ਲੱਗਾ ਵੀ ਸਾਨੂੰ ਗੁਲਾਮ ਬਣਾ ਕੇ ਉੱਥੇ ਕਿਸੇ ਤਰ੍ਹਾਂ ਅਕਾਲ ਤਖ਼ਤ ਦੇ ਕਟਹਿਰੇ 'ਚ ਖੜੇ ਕਰ ਲੈਣ ਸਾਨੂੰ, ਇਹ ਚਾਹੇ ਡਰਾਵਾ ਦੇ ਕੇ ਚਾਹੇ ਲਾਲਚ ਦੇ ਕੇ। ਹਿੰਮਤ ਕਰਕੇ ਸਾਨੂੰ ਉਹਨਾਂ ਦੇ ਉਸ ਸਿਸਟਮ ਦੇ ਬਰਾਬਰ ਇੱਕ ਸਿਸਟਮ ਖੜਾ ਕਰਨਾ ਪੈਣਾ। ਅਸੀਂ ਰਾਧਾ ਸਵਾਮੀਆਂ ਵਾਂਗ, ਅਸੂਤੋਸ਼ੀਆਂ ਵਾਂਗ, ਨਿਰੰਕਾਰੀਆਂ ਵਾਂਗ ਭੱਜ ਕੇ ਨਹੀਂ ਜਾਵਾਂਗੇ ਇੱਥੋਂ, ਦਾਵਾ ਆ ਸਾਡਾ। ਖਿਆਲ ਰੱਖਿਓ ਤੁਹਾਡੀ ਹਿੱਕ ਦੇ ਵਿੱਚ ਕਿਲ ਠੁਕੂਗਾ ਛੋੜਾ ਜਿਹੜਾ ਤੁਹਾਡਾ, ਜਿਹੜੇ ਥੱਲੇ ਜਿੰਨੇ ਵੀ ਪਿੱਲਰ ਆ ਤੁਹਾਡੇ, ਇੱਦਾਂ ਇਕੱਲਾ ਇਕੱਲਾ ਕਰਕੇ ਤਾਰ ਤਾਰ ਕਰਾਂਗੇ।
ਤੁਸੀਂ ਪੁੱਛਦੇ ਹਾਂ ਨਾ ਵੀ ਤੁਹਾਡੇ ਕੋਲ ਵਿਸ਼ਾ ਹੈ ਨਹੀਂ ਕੋਈ ਹੈਗੇ ਆ ਵਿਸ਼ੇ ਭਾਈ, ਅਸੀਂ ਤਾਂ ਜੇ ਉਹ ਹੋਊਗਾ ਜਿਹੜਾ ਪਿੰਡਾਂ ਵਾਲੇ ਦਾ ਪਹਿਲਾਂ ਉਹ ਲਾਉਣਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਪਤਾ ਨਵਾਂ ਕੁਛ ਦਿੱਤਾ ਆ ਉਹਨਾਂ ਚਿਰ ਕਾਰਗਰ ਨਹੀਂ ਹੋਣਾ ਜਿੰਨਾ ਚਿਰ ਆ ਆ ਆ ਛੋੜਾ ਨਹੀਂ ਢਹਿੰਦਾ ਤੁਹਾਡਾ, ਜਿੰਨਾ ਚਿਰ ਪਿੰਡਾਂ ਵਾਲੇ ਦਾ ਡਰਾਵਾ ਦੇਣੋਂ ਤੁਸੀਂ ਬੰਦ ਨਹੀਂ ਕਰਦੇ, ਠੀਕ ਹੈ। ਦਸਵੇਂ ਰਾਹ ਤਾਂ ਬਹਾਨਾ ਆ, ਸਾਡਾ ਕੀ ਲੈਣਾ ਦੇਣਾ ਉਹਦੇ ਨਾਲ, ਅਸੀਂ ਤਾਂ ਆਪਣੇ ਰਾਹ ਤੁਰਨੇ ਵਾਲੇ ਬੰਦੇ ਹਾਂ, ਠੀਕ ਹੈ। ਕਰਾਂਗੇ ਸਾਰਾ ਕੁਝ ਦੱਸਾਂਗੇ ਤੁਹਾਨੂੰ, ਪਰ ਅਜੇ ਵੇਟ ਕਰੋ ਥੋੜ੍ਹੀ ਜਿਹੀ। 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਯੂਐਸ ਤੋਂ ਬੋਲਦਾ ਜੀ, ਇੰਦਰਜੀਤ ਸਿੰਘ। ਹਾਂਜੀ, ਤੁਸੀਂ ਪ੍ਰੋਗਰਾਮ ਸੁਣਦੇ ਸੀ ਉਦਾਂ? ਹਾਂਜੀ ਹਾਂਜੀ, ਸੁਣਦਾ ਸੀ ਪਹਿਲਾਂ ਤੇ। ਕਰ ਲਓ ਗੱਲ। ਹਾਂਜੀ ਹਾਂਜੀ, ਮੈਂ ਕੁਛ ਗੱਲ ਰੱਖਣਾ ਚਾਹੁੰਦਾ ਜੀ, ਜੋ ਤੁਸੀਂ ਕਹਿੰਦੇ ਆ ਵੀ ਹਾਂਜੀ ਵੀ ਭਿੰਡਰਾਂ ਵਾਲੇ ਸਾਹਿਬ ਨੇ ਜੀ ਜੋ ਕੀਤਾ ਵੀ ਨਹੀਂ ਕਰਨਾ ਚਾਹੀਦਾ ਸੀ ਉਸ ਟਾਈਮ। ਹਾਂਜੀ, ਮੈਂ ਕਹਿਣਾ ਚਾਹੁੰਦਾ ਜੀ ਵੀ ਜਿਹੜੇ ਆਪਣੇ ਜੀ ਪਹਿਲਾਂ ਤੇ ਆਜ਼ਾਦੀਆਂ ਹੋਈਆਂ ਨੇ ਵੀ ਜਦੋਂ ਗੁਰੂਆਂ ਨੇ ਜੀ ਕੀਤੀਆਂ ਨੇ ਵੀ ਉਸ ਟਾਈਮ ਦੇ ਵਿੱਚ ਵੀ ਕੁਰਬਾਨੀਆਂ ਹੋਈਆਂ ਨੇ ਜੀ, ਵੀ ਉਸ ਟਾਈਮ ਦੇ ਵਿੱਚ ਵੀ ਕਿੰਨੀਆਂ ਜਾਨਾਂ ਗਈਆਂ ਨੇ ਜੀ, ਫਿਰ ਤਾਂ ਵੀ ਉਹ ਵੀ ਗਲਤ ਆ ਜੀ ਤੁਸੀਂ ਕਹਿੰਦੇ। ਨਹੀਂ ਵੀਰਾ, ਗੱਲ ਪਤਾ ਕੀ ਆ, ਜਿੱਦਾਂ ਜਿਹੜਾ ਨਾ ਰਾਜਸੀ ਢਾਂਚਾ ਆ, ਜਿਹੜਾ ਜਿਹੜਾ ਸਟਰਕਚਰ ਆ, ਜਿਹੜਾ ਸਿਸਟਮ ਆ ਜਿੱਥੇ ਤੁਸੀਂ ਰਹਿ ਰਹੇ ਆ। ਹੁਣ ਤੁਸੀਂ ਜਦੋਂ ਤੁਹਾਨੂੰ ਅਮਰੀਕਾ ਆਏ ਨੂੰ ਕਿੰਨੇ ਸਾਲ ਹੋਏ ਆ? ਮੈਨੂੰ ਹੋ ਗਏ ਜੀ ਸਾਲ ਹੋ ਗਏ। ਓਕੇ, ਜਿਹੜਾ ਬਿਜਲੀ ਦਾ ਬਿੱਲ ਆ, ਤੁਸੀਂ ਫਲੈਟ ਤੁਹਾਡਾ ਆਪਣਾ ਹੈ ਜਾਂ ਕਿਸੇ ਨਾਲ ਕਿਰਾਏ ਤੇ ਰਹਿੰਦੇ ਆ? ਮੈਂ ਜੀ ਰਿਸ਼ਤੇਦਾਰਾਂ ਭਰ ਰਹਿੰਦਾ ਜੀ। ਜੇ ਉਹਨਾਂ ਨੂੰ ਪੁੱਛਿਓ ਜਿਹੜਾ ਬਿਜਲੀ ਦਾ ਬਿੱਲ ਆ ਉਹ ਕਿੱਦਾਂ ਪੇ ਕਰਦੇ ਆ ਤੁਸੀਂ? ਹਾਂਜੀ, ਉਹ ਤਾਂ ਜੀ ਕ੍ਰੈਡਿਟ ਕਾਰਡ ਰਾਹੀਂ ਜਾਂ ਇੱਦਾਂ। ਤੇ ਪੰਜਾਬ ਚ ਇਨਕਮ ਚੋਂ, ਪੰਜਾਬ ਚ ਕਿੱਦਾਂ ਕਰਦੇ ਸੀ? ਪੰਜਾਬ ਦੇ ਕੈਸ਼ ਕਰਦੇ ਨੇ। ਹੁਣ ਸਮਝਦੇ ਨਾ, ਜਿਹੜਾ ਜਿੱਥੇ ਤੁਸੀਂ ਰਹਿੰਦੇ ਆ ਨਾ, ਜਿਹੜਾ ਉੱਥੇ ਦਾ ਢਾਂਚਾ ਆ, ਉਹ ਢਾਂਚੇ ਦੇ ਵਿੱਚ ਤੁਹਾਨੂੰ ਢਲਣਾ ਪੈਣਾ ਆ। ਨਹੀਂ ਤਾਂ ਤੁਹਾਨੂੰ ਮੈਂ ਉਹੀ ਮੈਂ ਉੱਥੇ ਜਾਊਂਗਾ, ਮਾੜਾ ਜਿਹਾ ਟਾਈਮ ਦੇ ਮੈਨੂੰ। ਜੇ ਉਹ ਢਾਂਚੇ ਚ ਤੁਸੀਂ ਨਾ ਫਿੱਟ ਹੋਏ ਨਾ, ਆਪਣੇ ਆਪ ਨੂੰ ਨਾ ਫਿੱਟ ਕੀਤਾ, ਤੇ ਤੁਹਾਨੂੰ ਸਿਸਟਮ ਨੇ ਰਿਜੈਕਟ ਕਰ ਦੇਣਾ। ਜਿੱਦਾਂ ਤੁਸੀਂ ਆਨਲਾਈਨ ਐਪਲੀਕੇਸ਼ਨ ਲਾਉਂਦੇ ਆ, ਉਹ ਕਹਿੰਦੇ ਵੀ ਈਮੇਲ ਲਿਖੋ ਆਪਣਾ। ਜੇ ਈਮੇਲ ਤੁਸੀਂ ਵੱਡੇ ਅੱਖਰਾਂ ਚ ਲਿਖ ਦਿੰਦੇ ਆ, ਉਹ ਲੌਗਇਨ ਹੋਣ ਦਊਗਾ? ਨਹੀਂ, ਉਹਨੇ ਉਸ ਵੇਲੇ ਲਾਲ ਅੱਖਰਾਂ ਚ ਆ ਜਾਣਾ। ਤੁਸੀਂ ਬੈਂਕ ਦੇ ਅਕਾਊਂਟ ਨੂੰ ਲੌਗਇਨ ਕਰੋ, ਪਾਸਵਰਡ ਦੋ ਵਾਰੀ ਗਲਤ ਪਾ ਦਿਓ, ਤੀਜੀ ਵਾਰੀ ਬਲੌਕ ਹੀ ਮਾਰ ਦੇਣਾ ਉਹਨੇ। ਜਿਹੜਾ ਜਿਹੜਾ ਸਿਸਟਮ ਆ ਨਾ, ਉਹ ਕੋਈ ਵੀ ਹੋਵੇ, ਚਾਹੇ ਉਹ ਬਿਜਲੀ ਦਾ ਬਿੱਲ ਦੇਣ ਦਾ, ਚਾਹੇ ਬੈਂਕ ਦੇ ਅਕਾਊਂਟ ਦਾ ਆ, ਚਾਹੇ ਕ੍ਰੈਡਿਟ ਕਾਰਡ ਦਾ, ਚਾਹੇ ਏਟੀਐਮ ਮਸ਼ੀਨ ਦਾ, ਇਦਾਂ ਹੀ ਜਿਹੜਾ ਰਾਜਸੀ ਢਾਂਚਾ ਆ ਉਹ ਤੈਅ ਕਰਦਾ ਵੀ ਉਸ ਰਾਜ ਦੇ ਵਿੱਚ ਕਿੱਦਾਂ ਰਹਿਣਾ ਤੁਸੀਂ। ਗੁਰੂ ਸਾਹਿਬ ਵੇਲੇ ਜਿਹੜਾ ਰਾਜਸੀ ਢਾਂਚਾ ਸੀ ਨਾ, ਉਹ ਕਿਤੇ ਵੀ ਨਾ ਤਾਂ ਉਸ ਵੇਲੇ UNO ਸੀ, ਦੁਨੀਆਂ ਦੀ ਕੋਈ ਸਾਂਝੀ ਕਮੇਟੀ ਨਹੀਂ ਸੀ। ਜਿਹੜਾ ਉੱਥੇ ਉਦੋਂ ਕਾਨੂੰਨ, ਜਾਣੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਸੀ ਆਪਸ ਵਿੱਚ ਹੀ, ਵੀ ਜਿਹੜਾ ਵੀ ਬੰਦਾ, ਜਿਹੜਾ ਵੀ ਗਰੁੱਪ ਕੋਈ ਆਪਣੀ ਆਪਣੇ ਨਾਲ ਬੰਦੇ ਇਕੱਠੇ ਕਰਕੇ ਏਰੀਏ ਤੇ ਕਬਜ਼ਾ ਕਰ ਲੈਂਦਾ ਸੀ, ਉਹਦਾ ਰਾਜ ਹੋ ਜਾਂਦਾ ਸੀ।
ਉਹ ਡਿਪੈਂਡ ਕਰਦਾ ਸੀ ਪੰਜਾਬ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਰਿਆਸਤਾਂ ਸੀ ਖਾਸ ਕਰਕੇ ਅਕਬਰ ਦੇ ਵੇਲੇ ਜੇ ਤੁਸੀਂ ਸਿਕੰਦਰ ਦਾ ਇਤਿਹਾਸ ਪੜੋਗੇ ਨਾ ਯੂਰਪ ਦਾ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਉਹ ਕਿਸੇ ਵੀ ਦੇਸ਼ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਉੱਥੇ ਦੇ ਜਿਹੜਾ ਉਹਦਾ ਰਾਜਾ ਸੀ ਉਹਨੂੰ ਮੌਕਾ ਦਿੰਦਾ ਸੀ ਉਹ ਵੀ ਤੂੰ ਜੇ ਮੇਰੀ ਈਨ ਮੰਨ ਕੇ ਮੈਨੂੰ ਲਾਂਘਾ ਦੇ ਕੇ ਮੇਰੀਆਂ ਇਹ ਇਹ ਸ਼ਰਤਾਂ ਮੰਨ ਕੇ ਰਾਜ ਕਰਨਾ ਚਾਹੁੰਦਾ ਤਾਂ ਕਰੀ ਜਾ ਪਰ ਇਹ ਸ਼ਰਤਾਂ ਮੰਨਣੀਆਂ ਪੈਣੀਆਂ ਇੱਦਾਂ ਹੁਣ ਗੁਰੂ ਸਾਹਿਬ ਦੇ ਵੇਲੇ ਰਾਜਸੀ ਢਾਂਚਾ ਇਹ ਸੀ ਉਦੋਂ ਕੋਈ ਵੀ ਬੰਦਾ ਆਪਣੇ ਨਾਲ ਬੰਦੇ ਇਕੱਠੇ ਕਰਕੇ ਹਥਿਆਰ ਰੱਖ ਕੇ ਰਾਜੇ ਨਾਲ ਲੜ ਸਕਦਾ ਸੀ ਆਪਣਾ ਰਾਜ ਸਥਾਪਿਤ ਕਰ ਸਕਦਾ ਸੀ ਪਰ ਨਹੀਂ ਵੀਰੇ ਰੁਕ ਇੱਕ ਮਿੰਟ ਡੈਮੋਕਰੇਸੀ ਦੇ ਵਿੱਚ ਇਹ ਅਧਿਕਾਰ ਨਹੀਂ ਹੈਗੇ ਤੂੰ ਅਮਰੀਕਾ ਦੇ ਵਿੱਚ ਜਿੰਨੇ ਤੁਸੀਂ ਟਕਸਾਲੀ ਆ ਇਕੱਠੇ ਹੋ ਕੇ ਹਥਿਆਰ ਲੈ ਕੇ ਲੜਾਈ ਸ਼ੁਰੂ ਕਰੋ ਵੀ ਅਸੀਂ ਆਪਣਾ ਰਾਜ ਬਣਾਉਣਾ ਆ ਨਹੀਂ ਨਹੀਂ ਮੈਂ ਕੋਈ ਟਕਸਾਲੀ ਨਹੀਂ ਜੀ ਮੇਰਾ ਕਿਸੇ ਨਾਲ ਦੇਗਾ ਦੇਗਾ ਨੀ ਕਿਸੇ ਵੀ ਨਾਲ ਵੀ ਮੈਂ ਖੁਦ ਵੀ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦਾ ਰਿਹਾ ਜੀ ਮੈਂ ਮਤਲਬ ਉਹ ਚੀਜ਼ਾਂ ਤੇ ਨਹੀਂ ਨਹੀਂ ਪਰ ਤੇਰਾ ਤੇਰਾ ਸਵਾਲ ਨੀ ਨਾ ਇਹ 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 ਦੱਸ ਰਿਹਾ ਤੇਰਾ ਸਵਾਲ ਬੜਾ ਬੇਥਵਾ ਆ ਨਹੀਂ ਨਹੀਂ ਸਵਾਲ ਮੇਰਾ ਇੱਦਾਂ ਦੀ ਹੈ ਨਾ ਜੀ ਜੇ ਤੁਸੀਂ ਨੇ ਗੱਲ ਕੀਤੀ ਹੈ ਵੀ ਪੇਮੈਂਟ ਵੀ ਕਰਨੀ ਹੈ ਵੀ ਅਸੀਂ ਏਦਾਂ ਏਦਾਂ ਕੈਸ਼ ਜੇ ਤੁਹਾਡੇ ਹੀ ਹੁਣ ਦੇਖ ਲਓ ਥੋੜਾ 1 ਰੁਪਿਆ ਦੇ ਲੈ ਜੀ ਤੁਹਾਡਾ ਜੇ ਤੁਹਾਡੇ 2 ਰੁਪਏ ਮੰਗ ਰਹੀ ਹੈ ਸਰਕਾਰ ਤੁਸੀਂ ਵਿਰੋਧ ਤਾਂ ਕਰੋਗੇ ਨਾ ਜੀ ਵਿਰੋਧ ਤਾਂ ਹਥਿਆਰ ਚੱਕ ਕੇ ਨਹੀਂ ਨਾ ਕਰੋਗੇ ਅਮਰੀਕਾ ਚ ਕਰਕੇ ਦੇਖ ਲਾ ਨਹੀਂ ਨਹੀਂ ਹਥਿਆਰ ਚੱਕ ਕੇ ਨਹੀਂ ਜੀ ਤੁਹਾਡੇ ਹੁਣ ਘਰ ਦੇ ਵਿੱਚ ਜਾ ਕੇ ਧੱਕੇ ਨਾਲ ਵੀ ਵੜਨ ਤੇ ਆ ਕੇ ਸਰਕਾਰ ਦੇ ਬੰਦੇ ਕੁਛ ਵੀ ਲਾ ਲਓ ਤੁਸੀਂ ਕਿਹਦੇ ਘਰੇ ਕਿਹਦੇ ਘਰੇ ਤੇਰੀ ਉਮਰ ਕਿੰਨੀ ਆ ਮੇਰੀ ਉਮਰ ਹੈ 30 ਸਾਲ ਦੀ ਤੈਨੂੰ ਪਤਾ 84 ਤੋਂ ਪਹਿਲਾਂ ਬੜੇ ਆ ਕਿਸੇ ਦੇ ਘਰ ਚ ਉਹ ਇਦਾਂ ਧੱਕੇ ਨਾਲ ਨਹੀਂ ਨਹੀਂ ਜੁਰਮ ਤਾਂ ਜੀ ਪਹਿਲਾਂ ਤੇ ਹੁੰਦਾ ਰਿਹਾ ਜੀ ਕੌਣ ਕਹਿੰਦਾ ਆ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਲੈ ਫੇਰ ਗੁਰੂ ਗੋਬਿੰਦ ਸਿੰਘ ਤੇ ਫਿਰ ਚਲਾ ਗਿਆ ਯਾਰ ਤੂੰ ਤੂੰ ਟੱਕਣਾ ਕਿਉਂ ਮਾਰਨ ਲੱਗਾ ਰਹਿਣ ਦੇ ਸਾਡਾ ਟਾਈਮ ਨਾ ਖਰਾਬ ਕਰ ਉਦਾਹਰਣ ਤੈਨੂੰ ਮੈਂ ਕਿਹਾ ਤੈਨੂੰ ਵੀਰਾ ਮੈਂ ਕਿਹਾ ਡਿਕਟੇਟਰਸ਼ਿਪ ਦੇ ਵੇਲੇ ਹਾਲਾਤ ਹੋਰ ਸੀ ਡੈਮੋਕਰੇਸੀ ਦੇ ਵੇਲੇ ਹੋ ਰਿਹਾ ਜੇ ਨਹੀਂ ਸਮਝ ਆ ਰਹੀ ਫਿਰ ਸਾਡਾ ਟਾਈਮ ਨਾ ਖਰਾਬ ਕਰੋ ਅਸੀਂ ਹੋਰ ਗੱਲ ਕਰਨੀ ਧੰਨਵਾਦ ਤੇਰਾ ਠੀਕ ਹੈ ਬਸ ਕਰ ਐਵੇਂ ਟੱਕਰਾਂ ਮਾਰਨਾ ਆ ਜਾਇਆ ਕਰੋ ਸਾਡੇ ਨਾਲ 0108 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ ਵੀਰੇ ਮੈਂ 10 ਵਾਰੀ ਕਿਹਾ ਸੀ ਵੀ ਜੇ ਜ਼ਰੂਰੀ ਹੋਇਆ ਤਾਂ ਗੱਲ ਕਰਿਓ ਨਹੀਂ ਨਹੀਂ ਭਾਜੀ ਮੈਂ ਜ਼ਰੂਰੀ ਗੱਲ ਕਰਨੀ ਸੀ ਹਾਂਜੀ ਹੈਲੋ ਹਾਂਜੀ ਭਾਜੀ ਜਿਹੜਾ ਆਪਣੇ ਰੌਲਾ ਪਾਉਂਦੇ ਆ ਜਿੱਦਾਂ ਸਤਵੰਤ ਸਿੰਘ ਦਾ ਪਰਿਵਾਰ ਇੱਥੇ ਨਿਊਜ਼ੀਲੈਂਡ ਵੀ ਰਹਿੰਦਾ ਹੈ ਉਹ ਪਰਿਵਾਰ ਹਾਂਜੀ ਤੇ ਸਾਡੇ ਬਹੁਤ ਨੇੜੇ ਆ ਪਿੰਡ ਉਹਨਾਂ ਦਾ ਤਾਂ ਮੇਰੇ ਫੁੱਫੜ ਜੀ ਦੀ ਮਾਸੀ ਰੱਖਦੇ ਸਤਵੰਤ ਸਿੰਘ ਦੇ ਜਿਹੜੇ ਨਾ ਹਾਂਜੀ ਟੱਬਰ ਚੋਂ ਹਾਂਜੀ ਤੇ ਭਾਜੀ ਮੈਂ ਉਹਨਾਂ ਨੂੰ ਵਿੱਚੋਂ ਮਤਲਬ ਕਿ ਹੁਣ ਜਾਣਾ ਰਹਿੰਦਾ ਰਿਹਾ ਮੈਂ ਵਿੱਚੋਂ ਦੇਖਿਆ ਉਹਨਾਂ ਦਾ ਹਿਸਾਬ ਕਿਤਾਬ ਵੀ ਕੀ ਆ ਭਾਜੀ ਉਹ ਦੁਨੀਆਂ ਨੂੰ ਲੁੱਟ ਕੇ ਖਾ ਗਏ ਲੋਕਾਂ ਨੂੰ ਇੰਨਾ ਕੁ ਉਹਨਾਂ ਨੇ ਪੈਸਾ ਇਕੱਠਾ ਕੀਤਾ ਇੱਥੋਂ ਤੱਕ ਕਿ ਮੇਰੇ ਫੁੱਫੜ ਜੀ ਹੁਣੀ ਵੀ ਦੱਸਦੇ ਹੁੰਦੇ ਵੀ ਉਹ ਪਹਿਲਾਂ ਪਹਿਲਾਂ ਤਾਂ ਉਹ ਨਾ ਨੋਟ ਵੀ ਛਾਪ ਦੇ ਰਹੇ ਆ ਆਪਣੇ ਘਰੇ ਚ ਤਾਂ ਤੇ ਇੰਨਾ ਕੁ ਉਹਨਾਂ ਨੇ ਹੁਣ ਵੀ ਪ੍ਰੀਤਮ ਕੌਰ ਬੀਬੀ ਪ੍ਰੀਤਮ ਕੌਰ ਕਹਿੰਦੇ ਆ ਉਹਨੂੰ ਤੁਸੀਂ ਉਹਨਾਂ ਦੀ ਪਿੱਛੇ ਜੀ ਹੁਣ ਸਟੇਜ ਦੇ ਉੱਪਰ ਬੋਲਦੇ ਪਏ ਸੀ ਮੰਮੀ ਹੁਣੀ ਇੱਕ ਦਿਨ ਦਰਬਾਰ ਇੱਕ ਮਿੰਟ ਉਹ ਪ੍ਰੀਤਮ ਕੌਰ ਕੌਣ ਆ ਯਾਰ ਮੈਂ ਉਹਦੀਆਂ ਵੀਡੀਓ ਉਹਦੇ ਮੈਂ ਹਵਾਲਾ ਹੀ ਸੁਣਿਆ ਮੇਰੇ ਤੋਂ ਉਹਦਾ ਵੇਰਵਾ ਨੀ ਜਾਣ ਹੋਇਆ
ਭਾਜੀ ਭੈਣ ਆ ਉਹਨਾਂ ਦੀ ਜਿੱਦਾਂ ਮਤਲਬ ਏਦਾਂ ਨਾ ਇਹ ਗੋਦ ਵੀ ਇਹਨਾਂ ਦੀ ਕੁੜੀ ਇੱਕ ਲੈ ਜਾਓ ਸੀ ਤੇ ਮੈਂ ਬਾਕੀ ਪਾਪਾ ਉਹਨਾਂ ਤੋਂ ਕਲੀਅਰ ਕਰੂੰਗਾ ਇਹ ਪ੍ਰੀਤਮ ਕੌਰ ਭੈਣ ਹੀ ਆ ਉਹਨਾਂ ਦੀ ਵੈਸੇ ਕਿਹਨਾਂ ਦੀ ਬੀਬੀ ਪ੍ਰੀਤਮ ਕੌਰ ਜਿਹਨੂੰ ਕਹਿੰਦੇ ਇਹਨਾਂ ਦੀ ਸਤਵੰਤ ਸਿੰਘ ਉਹਨਾਂ ਦੀ ਅੱਛਾ ਮੈਨੂੰ ਪਤਾ ਲੱਗਾ ਸੀ ਪਿੱਛੇ ਜੀ ਕਹਿੰਦੇ ਵੀ ਇਹ ਜਿੱਦਾਂ ਜਦੋਂ ਇਹ ਨੋਟ ਛਾਪ ਦੇ ਰਹੇ ਆ ਬੜੀ ਜੀ ਦੱਸਦੇ ਰਹੇ ਵੀ ਇਹ ਨੋਟ ਛਾਪ ਦੇ ਰਹੇ ਆ ਨਕਲੀ ਨੋਟ ਤੇ ਬਾਦਲ ਦੀ ਇਹਨਾਂ ਦੇ ਘਰ ਆਣੀ ਜਾਣੀ ਬਹੁਤ ਜ਼ਿਆਦਾ ਮੈਂ ਤਾਂ ਇਹੀ ਮਤਲਬ ਸਮਝ ਨੀ ਮੈਨੂੰ ਆਉਂਦੀ ਵੀ ਬਾਦਲ ਦੀ ਇਹਨਾਂ ਦੇ ਘਰ ਇੰਨੀ ਆਣੀ ਜਾਣੀ ਆ ਹੁਣ ਵੀ ਜਿੱਦਾਂ ਮਤਲਬ ਜਦੋਂ ਇਹਨਾਂ ਦੇ ਘਰ ਕਿਤੇ ਪ੍ਰੋਗਰਾਮ ਹੋਵੇ ਤੇ ਉਹ ਆਉਂਦਾ ਆ ਹਨਾ ਅਫਗਾਨਾ ਜਿਹੜੇ ਪਿੰਡ ਜਦੋਂ ਆਉਂਦਾ ਤੇ ਇਹ ਧੁੰਮੇ ਉਹਨਾਂ ਦੇ ਖਿਲਾਫ਼ ਬੋਲੀ ਜਾਂਦੇ ਆ ਪਤਾ ਨੀ ਧੁੰਮੇ ਨਾਲ ਵੀ ਇਹਨਾਂ ਦੀ ਇਹੀ ਤੇ ਉਹ ਪ੍ਰੀਤਮ ਕੌਰ ਦਾ ਮੈਂ ਦੱਸਦਾ ਪਿਆ ਸੀ ਵੀ ਪ੍ਰੀਤਮ ਕੌਰ ਦਾ ਇਹ ਤਾਂ ਦੱਸਦੀ ਆ ਵੀ ਉਦੋਂ ਇਹਦਾ ਪਰਿਵਾਰ ਜਿੱਦਾਂ ਮਤਲਬ ਉੱਥੇ ਅੰਦਰ ਹੀ ਹੋ ਗਿਆ ਸੀ ਤੇ ਉਹ ਮੰਮੀ ਹੁਣੀ ਇੱਕ ਦਿਨ ਦਰਬਾਰ ਸਾਹਿਬ ਗਏ ਉਹਦੀ ਪਿੱਛੇ ਜੀ ਤਾਂ ਇਹ ਨਾ ਉੱਥੇ ਹੁਣ ਸਾਨੂੰ ਤਾਂ ਜਾਣਦੇ ਆ ਜਦੋਂ ਬਾਈ ਫੇਸ ਵੀ ਉਹ ਕਿਤੇ ਟੋਕਰੀ ਰੱਖ ਕੇ ਨਾ ਜਿੱਥੇ ਅਕਾਲ ਤਖ਼ਤ ਸਾਹਿਬ ਉੱਥੇ ਟੋਕਰੀ ਰੱਖ ਕੇ ਤੇ ਪੈਸੇ ਜਿੱਦਾਂ ਦੇਖ ਕੇ ਬੂਟ ਲਾਇਆ ਸੀ ਵੀ ਸ਼ਹੀਦਾਂ ਦੇ ਪਰਿਵਾਰ ਲਈ ਉਗਰਾਇਆ ਹਾਂਜੀ ਹਾਂਜੀ ਵੀਰੇ ਨਹੀਂ ਮੈਨੂੰ ਲੱਗਦਾ ਫੋਨ ਉਹਨਾਂ ਦਾ ਕੱਟਿਆ ਗਿਆ ਚਲੋ ਠੀਕ ਆ ਜੀ ਗੱਲ ਫਿਰ ਕਿਤੇ ਜਦੋਂ ਸਬੱਬ ਬਣਿਆ ਆਪਾਂ ਕਰ ਲਾਂਗੇ ਤੇ ਆਪਾਂ ਹੁਣ ਜੀਤਾ ਜੀਤਾ ਹਲੇ ਬੱਚੇ ਹੀ ਆ ਵੀਡੀਓ ਚਲਾ ਲਈਏ ਬ੍ਰੇਕ ਲੈ ਲੈਣੀ ਪਹਿਲਾਂ ਜਾਂ ਬ੍ਰੇਕ ਕਰਕੇ ਫਿਰ ਲਗਾਤਾਰ ਹੀ ਕਰ ਲਾਂਗੇ ਗੱਲ ਠੀਕ ਆ ਚਲੋ ਠੀਕ ਆ ਜੀ ਆਪਾਂ ਪਹਿਲਾਂ ਬ੍ਰੇਕ ਦਾ ਇੰਤਜ਼ਾਮ ਕਰ ਲੈਂਦੇ ਹਾਂ ਠੀਕ ਆ ਅਤੇ ਉਹ ਤੋਂ ਬਾਅਦ ਫਿਰ ਜਿਹੜੀ ਆ ਅਗਲੀ ਗੱਲਬਾਤ ਉਹ ਕਰਦੇ ਹਾਂ ਸਰੋਤਿਆਂ ਦੇ ਨਾਲ ਅਤੇ ਇੱਕ ਵਾਰੀ ਫਿਰ ਬੇਨਤੀ ਕਰ ਦਿੰਦੇ ਹਾਂ ਵੀ ਕੋਈ ਜ਼ਰੂਰੀ ਗੱਲ ਨਾ ਹੋਈ ਤਾਂ ਫੋਨ ਨਾ ਕਰਿਓ ਮੈਨੂੰ ਠੀਕ ਹੈ ਹੋ ਜੀ ਮੇਰੇ ਤੋਂ ਲਿਖ ਪਹਿਲਾਂ ਗਲਤ ਹੋ ਗਿਆ ਸੀ ਇੱਕ ਵਾਰੀ ਨਾਂ ਲਿਖ ਹੋਇਆ ਸੀ ਦੂਜੀ ਵਾਰ ਨਾਂ ਨਹੀਂ ਸੀ ਵਿੱਚ ਰਹਿ ਗਿਆ ਸੀ ਹਾਂਜੀ ਠੀਕ ਹੈ ਅਤੇ ਜਦੋਂ ਤੁਸੀਂ ਜਦੋਂ ਪ੍ਰੋਗਰਾਮ ਚੱਲਦਾ ਆ ਜਿਹੜੀ ਕਈ ਗੱਲਾਂ ਸੁਣ ਕੇ ਤੁਹਾਨੂੰ ਇੱਦਾਂ ਥੋੜ੍ਹਾ ਜਿਹਾ ਜਿਗਰਾ ਰੱਖਣਾ ਪੈਂਦਾ ਆ ਵੀ ਉਹ ਸਟੇਟਮੈਂਟ ਸੁਣ ਕੇ ਜੇ ਤੁਹਾਨੂੰ ਲੱਗਦਾ ਹੁੰਦਾ ਵੀ ਨਾਲ ਦੀ ਨਾਲ ਮੈਂ ਵੀ ਹੁਣ ਇੱਦਾਂ ਗੱਲ ਕਰਾਂ ਆਪਾਂ ਅਜੇ ਉਹ ਕਰ ਲਵਾਂਗੇ ਕਈ ਪ੍ਰੋਗਰਾਮ ਇੱਦਾਂ ਦੇ ਕਰ ਸਕਦੇ ਹਾਂ ਅਸੀਂ ਪਰ ਅਜੇ ਸਾਨੂੰ ਪੰਗਾ ਹੀ ਪੈ ਜਾਂਦਾ ਵੀ ਜਦੋਂ ਵੀਡੀਓ ਚਲਾਉਣੀ ਹੁੰਦੀ ਹੈ ਉਦੋਂ ਲਾਲਚ ਹੋ ਜਾਂਦਾ ਸਾਨੂੰ ਸਾਡੀ ਗੱਲ ਪੂਰੀ ਹੋ ਜਾਵੇ ਨਹੀਂ ਤਾਂ ਉਹ ਜਦੋਂ ਫਿਰ ਦੂਜੀ ਗੱਲ ਇਹ ਆ ਵੀ ਜਿਹੜਾ ਬੰਦਾ ਗੱਲ ਕਰਦਾ ਹੈ ਉਹ ਆਪਣੇ ਨਜ਼ਰੀਏ ਦੇ ਨਾਲ ਕਰਦਾ ਉਹਦੀਆਂ ਗੱਲਾਂ ਦੇ ਉੱਤੇ ਜੇ ਅਸੀਂ ਟਿੱਪਣੀਆਂ ਨਾ ਕਰੀਏ ਫਿਰ ਉਹਦੇ ਨਾਲ ਨਿਆਂ ਹੋ ਜਾਣਾ ਜੇ ਉਹਨੂੰ ਇੱਕਦਮ ਗੱਲ ਨੂੰ ਛੱਟ ਕਰ ਦਿੰਦੇ ਹਾਂ ਅਸੀਂ ਜੇ ਹੁਣ ਉਹਦੇ 'ਤੇ ਬੋਲਣ ਲੱਗ ਪਿਆ ਫਿਰ ਉਹਦੇ ਵਿੱਚ ਉਦਾਹਰਣ ਲੈ ਕੇ ਕੋਈ ਹੋਰ ਬੰਦਾ ਫੋਨ ਕਰ ਲਊਗਾ ਤਾਂ ਥੋੜ੍ਹਾ ਜਿਹਾ ਆਪਾਂ ਕਰੀਏ ਸਬਰ ਸਾਨੂੰ ਪਹਿਲਾਂ ਇਹ ਇਹ ਦੇਖੋ ਹਲੂਣਾ ਦੇ ਲੈਣ ਦਿਓ ਇਹ ਬੜੀਆਂ ਡੂੰਘੀਆਂ ਜੜ੍ਹਾਂ ਲਾ ਕੇ ਬੈਠੀ ਆ ਟਕਸਾਲ ਸੰਤੋਖ ਸਿੰਘ ਦੇ ਟਾਈਮ ਤੋਂ ਜਾਣੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਇਹ ਬੰਦੇ ਉਦੋਂ ਤੋਂ ਗੁਰਦੁਆਰਿਆਂ ਦੇ ਵਿੱਚ ਕਾਬਜ ਹੋ ਕੇ ਬੈਠੇ ਆ ਜਿਹਨਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਮੋਰਚੇ ਲਾ ਲਾ ਕੇ ਸਿੱਖਾਂ ਨੇ ਕੱਢਿਆ ਜਾਣੀ ਅਸੀਂ ਅਸੀਂ ਗੁਰਦੁਆਰੇ ਖਾਲੀ ਕਰਾਏ ਜਿਹਨਾਂ ਤੋਂ ਉਹਨਾਂ ਦੀਆਂ ਨਸਲਾਂ ਆ ਇਹ ਜਿਹੜੀਆਂ ਕੁਲਦੀਪ ਸਿੰਘ ਵਰਗੇ ਆ ਜਿਹੜੇ ਠੀਕ ਆ ਇਹਨਾਂ ਦੀਆਂ ਦੁਕਾਨਾਂ ਭਿੰਡਰਾਂ ਵਾਲੇ ਦੇ ਨਾਂ ਦੇ ਉੱਤੇ ਰੋਜੀ ਚੱਲਦੀ ਇਹਨਾਂ ਦੀ ਕਰੋੜਾਂ ਅਰਬਾਂ ਦੀਆਂ ਪ੍ਰੋਪਰਟੀਆਂ ਬਣਾ ਕੇ ਬੈਠੇ ਆ ਔਰ ਦਬਦਬਾ ਲੋਕਾਂ ਦੇ ਵਿੱਚ ਫਿਰਦੇ ਆ ਲੋਕ ਤਾਂ ਸਿੱਧੂ ਮੂਸੇ ਵਾਲੇ ਨੂੰ ਹੀਰੋ ਮੰਨ ਕੇ ਬੈਠੇ ਆ ਉਹਦਾ ਗਾਣਾ ਸੁਣ ਕੇ ਜਦੋਂ ਬੰਦਾ ਆਪਣੇ ਆਪ ਨੂੰ ਫੀਲਿੰਗ ਲੈ ਜਾਂਦਾ ਅੱਗੇ ਮਨਕੀਰਤ ਦਾ ਇੱਕ ਗਾਣਾ ਆਇਆ ਸੀਗਾ ਗਾਣਾ ਕੁੜੀਆਂ ਨੇ ਬਹੁਤ ਪਸੰਦ ਕੀਤਾ ਵੈਸੇ ਵੀ ਮੁੰਡਿਆਂ ਦੇ ਜਿੰਨੇ ਗਾਣੇ ਮੁੰਡਿਆਂ ਵੱਲੋਂ ਮੁੰਡਿਆਂ ਦੇ ਗਾਏ ਹੋਏ ਕੁੜੀਆਂ ਵੱਲੋਂ ਗਾਏ ਹੋਏ ਆ ਨਾ ਉਹ ਬਹੁਤ ਬਹੁਤ ਪ੍ਰਚਲਿਤ ਹੋਏ ਗਾਣੇ ਉਹ ਗਾਣਾ ਸੀਗਾ ਸੋਹਣਾ ਤਾਂ ਪਤੰਦਰਾ ਤੂੰ ਖਾਸ ਕੋਈ ਨਾ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਕੁੜੀਆਂ ਨੇ ਬਹੁਤ ਉਹਦੇ ਉੱਤੇ ਇੰਨੇ ਕੁ ਗਾਣੇ ਗਾਏ ਗਏ ਸੀ ਨਾ, ਜਦੋਂ ਸਾਰੇ ਗਾਣੇ ਨੂੰ ਸੁਣ ਲਓ ਤੁਸੀਂ, ਉਹਦੇ ਵਿੱਚ ਕੁਛ ਨਹੀਂ ਇੱਦਾਂ ਦਾ ਲੱਭਦਾ, ਪਰ ਇੱਕੋ ਹੀ ਲਾਈਨ ਜਿਹੜੀ ਉਹਦੀ ਸੀ ਨਾ, ਵੀ ਸੋਹਣਾ ਤਾਂ ਪਤੰਦਰਾ ਤੂੰ ਖਾਸ ਕੋਈ ਨਾ, ਉਹ ਹਰੇਕ ਵਹੁਟੀ ਜਿਹੜੀ ਆ ਖਾਸ ਕਰਕੇ ਹਰੇਕ ਗਰਲਫ੍ਰੈਂਡ ਆ ਉਹ ਆਪਣੇ ਆਪ ਵਿੱਚ ਫੀਲਿੰਗ ਲੈ ਰਹੀ ਸੀ, ਅਤੇ ਉਹ ਜਦੋਂ ਉਹ ਗਾਉਂਦੀ ਸੀ ਜਦੋਂ ਕਰਦੀ ਸੀ ਉਹ ਆਪਣੇ ਪਾਰਟਨਰ ਨੂੰ ਇਹ ਕਹਿ ਰਹੇ ਸੀ ਵੀ ਤੂੰ ਹੈ ਹੂੰ ਕੱਖ ਨਹੀਂ ਹੈਗਾ ਤੂੰ, ਬਟ ਠੀਕ ਹੈ ਤੂੰ ਗੱਲਾਂ ਗੁੱਲਾਂ ਚੰਗੀਆਂ ਕਰ ਲੈਣਾ ਤਾਂ ਮੈਂ ਤੈਨੂੰ ਪਸੰਦ ਕੀਤਾ ਹੈ ਜਾਣੀ, ਇੱਦਾਂ ਕਈ ਵਾਰ ਫੀਲਿੰਗ ਲੈ ਜਾਂਦਾ ਬੰਦਾ ਕਰਕੇ ਜਦੋਂ ਗੱਲ ਹੁੰਦੀ ਆ ਆਪਣੇ ਆਪ 'ਤੇ ਲਾ ਕੇ ਉਹਨੂੰ ਲੱਗਦਾ ਵੀ ਇੰਨੀ ਕੁ ਗੱਲ ਜਿਹੜੀ ਆ ਉਹ ਮੇਰੇ 'ਤੇ ਟੁੱਕ ਰਹੀ ਆ, ਠੀਕ ਆ ਇਹ ਲੈ ਕੇ ਬੈਠੇ, ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਬ੍ਰੇਕ ਲੈ ਲਈਏ ਜੀ ਆਪਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ। ਸਰੋਤੇ ਸਾਡੇ ਨਾਲ ਹੋਰ ਦੋ ਕਾਲਾਂ ਕਰ ਰਹੇ ਸੀ, ਉਹਨਾਂ ਨੂੰ ਬੇਨਤੀ ਆ ਵੀ ਭਾਈ ਤੁਸੀਂ ਹੁਣ ਕਰ ਲਓ ਸਬਰ ਥੋੜ੍ਹਾ ਜਿਹਾ, ਠੀਕ ਆ ਆਪਸ ਵਿੱਚ ਹੀ ਗੱਲ ਕਰ ਲਓ, ਦੋ ਜਣੇ ਇੱਦਾਂ ਫੇਸਬੁੱਕ 'ਤੇ ਪਾ ਦਿਓ ਵੀ ਮੈਂ ਗੱਲ ਕਰਨੀ ਆ, ਨਾਲ ਉਹਨੂੰ ਕਹੋ ਵੀ ਜਿਹੜਾ ਗੱਲ ਕਰਨੀ ਚਾਹੁੰਦਾ ਇਸ ਵਿਸ਼ੇ ਦੇ ਉੱਤੇ ਮੇਰੇ ਨਾਲ, ਤੁਸੀਂ ਆਪਣਾ ਵੱਖਰਾ ਲਾਈਵ ਹੋ ਜਾਓ, ਅੱਜ ਸਾਨੂੰ ਪਹਿਲਾਂ ਜੀਤੇ ਵੇ ਜੀਤੇ ਨੇ ਨਾਰਾਜ਼ ਹੋ ਜਾਣਾ ਨਹੀਂ ਤਾਂ, ਠੀਕ ਹੈ ਇੱਦਾਂ ਦੀ ਇੱਦਾਂ ਇੱਦਾਂ ਮੁੱਛਾਂ ਨੂੰ ਦੇ, ਉਹ ਉੱਥੇ ਬੈਠਾ ਵੀ ਇੱਦਾਂ ਕਰੀ ਜਾਂਦਾ ਇੱਦਾਂ ਇੱਦਾਂ ਜਾਣੀ ਇੱਦਾਂ, ਮੈਂ ਵੀ ਸੋਚਦਾ ਸੀ ਵੀ ਜੋ ਲਾ ਕੇ ਮੰਡੀ ਮੁੰਡੀ ਜੇ ਥੋੜ੍ਹੀ ਜਿਹੀ ਆਈਏ ਇੱਦਾਂ ਹੋ ਜਾਣੀ ਆ ਇੱਦਾਂ, ਪਰ ਫਿਰ ਪੰਗਾ ਜ਼ਿਆਦਾ ਪੈ ਜਾਣਾ ਸਾਨੂੰ, ਸਾਨੂੰ ਹੱਥ ਚਲਾਉਣੇ ਪੈਂਦੇ ਇੱਧਰ ਬਾਕੀ ਕੰਮਾਂ ਲਈ, ਅਤੇ ਉਹ ਉਹ ਅਗਲੇ ਨੂੰ ਲੱਗੇ ਨਾ ਵੀ ਮੇਰੀ ਮਿਹਨਤ ਜਿਹੜੀ ਜਾਇਆ ਗਈ ਹੈ, ਠੀਕ ਆ ਚਲੋ ਆਪਾਂ ਲੈਂਦੇ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।